ਦਲੀਪ ਕੌਰ ਟਿਵਾਣਾ ਦੀ ਸਵੈ ਜੀਵਨੀ ਹੈ ਨੰਗੇ ਪੈਰਾਂ ਦਾ ਸਫ਼ਰ। ਇਤਿਹਾਸ ਇਤਿਹਾਸ ਦੇ ਸਫ਼ਿਆਂ ਉੱਤੇ ਲਿਖੇ ਜਾਣ ਤੋਂ ਬਹੁਤ ਚਿਰ ਪਹਿਲਾਂ ਕੁਝ ਲੋਕਾਂ ਦੇ ਪਿੰਡਿਆਂ ਉੱਪਰ ਲਿਖਿਆ ਜਾਂਦਾ ਹੈ। ਇਹ ਸਵੈ ਜੀਵਨੀ ਸਮਰਪਿਤ ਹੈ ਉਹਨਾਂ ਲੋਕਾਂ ਨੂੰ ਜਿਹੜੇ ਇਤਿਹਾਸ ਨੂੰ ਆਪਣੇ ਪਿੰਡਿਆਂ ਉੱਪਰ ਲਿਖਿਆ ਜਾਣਾ ਜਰਦੇ ਨੇ। ਅੰਗ ਪਹਿਲਾ, ਜੇ ਪਿਛਾਂ ਮੁੜ ਕੇ ਦੇਖਾਂ ਤਾਂ ਸਭ ਤੋਂ ਪਹਿਲਾਂ ਉਹ ਅਮੀਰ ਘਰ ਯਾਦ ਆਉਂਦਾ ਹੈ ਜਿੱਥੇ ਇੱਕ ਗਰੀਬਣੀ ਜੀ ਔਰਤ ਰਹਿੰਦੀ ਸੀ, ਜਿਹਨੂੰ ਮੈਂ ਮਾਂ ਆਖਦੀ ਸੀ ਅਤੇ ਉਹ ਬਾਪੂ ਜੀ ਦੀ ਵੀ ਮਾਂ ਸੀ। ਅਮੀਰ ਘਰ 'ਚ ਗਰੀਬਣੀ ਜੀ ਔਰਤ ਕਿਸ ਤਰ੍ਹਾਂ ਆ ਗਈ ਮੈਂ ਨਹੀਂ ਜਾਣਦੀ, ਸ਼ਾਇਦ ਇਸ ਲਈ ਕਿ ਬਾਬਾ ਜੀ ਦਾ ਉਹ ਪਹਿਲਾ ਵਿਆਹ ਨਹੀਂ ਸੀ, ਸ਼ਾਇਦ ਇਸ ਲਈ ਕਿ ਉਹਨਾਂ ਦਾ ਘਰ ਏਡਾ ਵੱਡਾ ਸੀ ਕਿ ਹੁਣ ਕਿਸੇ ਵੱਡੇ ਘਰ ਨਾਲ ਰਿਸ਼ਤਾ ਜੋੜਨਾ ਉਹਨਾਂ ਲਈ ਕੋਈ ਖਾਸ ਅਰਥ ਨਹੀਂ ਸੀ ਰੱਖਦਾ। ਸ਼ਾਇਦ ਉਹ ਜਾਣਦੇ ਸਨ ਕਿ ਵੱਡੀਆਂ ਔਰਤਾਂ ਬਣਨ ਦੀ ਸਮਰੱਥਾ ਬਹੁਤ ਵੱਡਿਆਂ ਘਰਾਂ 'ਚ ਕੁੜੀਆਂ 'ਚ ਨਹੀਂ ਹੁੰਦੀ। ਸ਼ਾਇਦ ਉਸ ਔਰਤ ਦੇ ਰੰਗ ਰੂਪ ਉਸ ਵੱਡੇ ਘਰ ਦੇ ਮੇਚ ਦਾ ਸੀ। ਇਸ ਲਈ ਪਿੰਡ ਦੇ ਇਸ 7 ਚੁਬਾਰਿਆਂ ਵਾਲੇ ਅਮੀਰ ਘਰ 'ਚ ਜਿੱਥੇ ਸ਼ੀਸ਼ੇ ਲੱਗੇ ਹੋਏ ਸਨ, ਬਲੌਰ ਲੱਗੇ ਹੋਏ ਸਨ, ਜਿੱਥੇ ਸੋਨਾ ਤੱਕੜੀਆਂ ਨਾਲ ਤੋਲਿਆ ਜਾਂਦਾ ਸੀ, ਉਸ ਕੋਲ ਦੀਆ ਸਿਲਾਈ ਦੀ ਡੱਬੀ ਮੰਗਵਾਉਣ ਜੋਗੇ ਵੀ ਪੈਸੇ ਨਹੀਂ ਸੀ ਹੁੰਦੇ। ਕਿੰਨੇ ਕਿੰਨੇ ਦਿਨ ਉਹ ਪੈਸੇ ਮੰਗਣ ਦਾ ਹੌਸਲਾ ਨਾ ਕਰ ਸਕਦੀ ਅਤੇ ਹਾਰੇ 'ਚ ਪਾਥੀ ਦੱਬ ਕੇ ਦੂਜੇ ਡੰਗ ਲਈ ਅੱਗ ਸਾਂਭਦੀ ਰਹਿੰਦੀ। ਜਦੋਂ ਤੇਰੀ ਵੱਡੀ ਭੂਆ ਜੀ ਦਾ ਵਿਆਹ ਸੀ ਤਾਂ ਮਲੌਦ ਵਾਲੇ ਰਾਜੇ ਨੇ ਰੋਟੀ ਕੀਤੀ ਸੀ ਸਾਰੀ ਬਰਾਤ ਨੂੰ। ਆਪਣੇ ਪਿੰਡ ਤੋਂ ਲੈ ਕੇ ਮਲੌਦ ਤਾਈਂ ਤਿੰਨਾਂ ਕੋਹਾਂ 'ਚ ਜਾਨੀ ਜੰਨ ਸੀ, ਰੱਥ, ਘੋੜੇ, ਹਾਥੀ ਅਤੇ ਮੋਟਰਕਾਰਾਂ। ਆਪਣੇ ਪਿੰਡ ਦਿਆਂ ਲੋਕਾਂ ਨੇ ਉਦੋਂ ਪਹਿਲੀ ਵਾਰ ਮੋਟਰਕਾਰਾਂ ਦੇਖੀਆਂ ਸੀ। ਉਹ ਮੈਨੂੰ ਇਉਂ ਦੱਸਦੀ ਜਿਵੇਂ ਕੋਈ ਬਾਤ ਪਾ ਰਹੀ ਹੋਵੇ ਅਤੇ ਮੰਗਤੇ ਨੂੰ ਖੈਰ ਪਾਉਂਦਿਆਂ ਉਹ ਤਰਹਿ ਕੇ ਆਲੇ ਦੁਆਲੇ ਦੇਖਦੀ, ਖੈਰ ਪਾਉਂਦੀ, ਉੱਚੀ ਉੱਚੀ ਆਖਦੀ, ਜਾ ਬਾਬਾ ਗਾਹਾਂ ਜਾ। ਤੁਰ ਪੈਂਦੇ ਨੇ ਬਗਲੀਆਂ ਪਾ ਕੇ, ਬਈ ਕੋਈ ਕੰਮ ਕਰੋ ਜਾ ਕੇ, ਰੱਬ ਨੇ ਹੱਥ ਪੈਰ ਦਿੱਤੇ ਨੇ। ਜਿਵੇਂ ਬਾਹਰ ਉਹ ਖੈਰ ਪਾਉਣ ਲਈ ਸਾਧੂ ਨੂੰ ਸ਼ਿਸ਼ਕੇ ਰਹਿਣੀ ਗਈ ਹੋਵੇ। ਛੋਟੀ ਧੀ ਉਹਨੂੰ ਇਉਂ ਝਿੜਕਦੀ ਜਿਵੇਂ ਉਹ ਕੋਈ ਲਾਗਣ ਤੱਥਣ ਹੋਵੇ ਅਤੇ ਮੁੰਡਾ ਉਹਦਾ ਕਈ ਵਾਰੀ ਇਸ ਗੱਲੋਂ ਤਲਖ ਹੋ ਜਾਂਦਾ ਕਿ ਉਹ ਨੰਗੇ ਪੈਰੀਂ ਤੁਰੀ ਫਿਰਦੀ ਰਹਿੰਦੀ ਸੀ, ਚੰਗੇ ਕੱਪੜੇ ਸੰਦੂਕ 'ਚ ਰੱਖ ਛੱਡਦੀ ਸੀ ਅਤੇ ਪਾਟੇ ਝੀਟੇ ਪਾਈ ਰੱਖਦੀ ਸੀ। ਉਹਨਾਂ ਸਾਹਮਣੇ ਉਹ ਚੁੱਪ ਰਹਿੰਦੀ ਪਰ ਮੈਨੂੰ ਨਿੱਕੀ ਜਿਹੀ ਨੂੰ ਉਂਗਲ ਲਾਈ ਕੋਠੇ 'ਤੇ ਜਾ ਕੇ ਆਖਦੀ, ਲਹਿ ਕਮਲੇ, ਘਰ ਹੀ ਜੁੱਤੀ ਪਾਈ ਰੱਖੂੰਗੀ ਤਾਂ ਟੁੱਟ ਨਹੀਂ ਜਾਊਗੀ, ਨਾਲੇ ਚੰਗੇ ਲੀੜੇ ਤਾਂ ਆਉਣ ਜਾਣ ਨੂੰ ਰੱਖੀ ਦੇ ਨੇ। ਇਹ ਤਾਂ ਮੇਰੀ ਛੋਟੀ ਭੈਣ ਹੈ, ਬਾਪੂ ਜੀ ਮਖੌਲ ਨਾਲ ਮੈਨੂੰ ਆਖਦੇ, ਸ਼ਾਇਦ ਇਸ ਲਈ ਕਿ ਦਾਦੀ ਮਾਂ ਨੇ ਨਿੱਕੀ ਜਿਹੀ ਨੂੰ ਮੈਨੂੰ ਆਪਣਾ ਦੁੱਧ ਚੁੰਘਾਉਣਾ ਸ਼ੁਰੂ ਕਰਤਾ ਸੀ। ਅਤੇ ਹੈਰਾਨੀ ਦੀ ਗੱਲ ਇਹ ਸੀ ਕਿ ਮੇਰੇ ਲਈ ਦਾਦੀ ਮਾਂ ਦੇ ਦੁੱਧ ਉਤਰ ਆਇਆ ਸੀ। ਮੇਰੀ ਉਮਰ ਉਦੋਂ ਇਹਨਾਂ ਗੱਲਾਂ ਉੱਤੇ ਵਿਚਾਰ ਕਰਨ ਜੋਗੀ ਨਹੀਂ ਸੀ ਕਿ ਬੀਬੀ ਦੀ ਥਾਂ ਦਾਦੀ ਮਾਂ ਨੇ ਕਿਉਂ ਦੁੱਧ ਚੁੰਘਾਇਆ। ਭੋਰਾ ਕੁ ਜਿੰਨੀ ਮੈਂ ਜਦੋਂ ਕਿਸੇ ਗੱਲੋਂ ਮਾਂ ਦੀ ਹਿਮਾਇਤ 'ਚ ਖੜੋ ਜਾਂਦੀ ਤਾਂ ਬਾਬਾ ਜੀ ਨੂੰ ਗੁੱਸੇ 'ਚ ਵੀ ਹਾਸਾ ਆ ਜਾਂਦਾ। ਆਪਣੇ ਬਾਬਾ ਜੀ ਨੂੰ ਆਖ ਮੇਰੇ ਮਰਨ ਤੋਂ ਪਹਿਲਾਂ ਪਹਿਲਾਂ ਗੰਗਾ ਨਹਾ ਲਿਆਵੇ। ਉਹਨੇ ਇੱਕ ਦਿਨ ਜਦੋਂ ਮੈਨੂੰ ਆਖਿਆ ਤਾਂ ਮੈਂ ਕਿਹਾ, ਮਾਂ ਤੂੰ ਹੀ ਆਖ ਦੇ। ਉਸ ਦਿਨ ਉਹਨੇ ਬਾਬਾ ਜੀ ਨੂੰ ਆਪ ਆਖਣ ਦਾ ਹੌਸਲਾ ਕਰ ਲਿਆ। ਬੋਲੀ, ਗੁਲਾਬ ਕੌਰ ਦੇ ਬਾਪੂ ਜੀ, ਤੇਰੀ ਪੋਤੀ ਆਖਦੀ ਹੈ ਸਾਨੂੰ ਗੰਗਾ ਹੀ ਨਹਾ ਲਿਆ। ਜਾਗਟ ਪਾਉਂਦੇ ਬਾਬੂ ਜੀ ਜਦੋਂ ਮੁੜ ਕੇ ਉਸ ਵੱਲ ਝਾਕੇ ਤਾਂ ਉਹ ਜਿਵੇਂ ਥਥਲਾ ਗਈ। ਬੋਲੀ, ਨਹੀਂ ਆਹੋ ਚੰਗਾ, ਤੇਰੀ ਮਰਜ਼ੀ ਹੈ, ਚਲੇ ਚੱਲਾਂਗੇ। ਜਦੋਂ ਬਾਬਾ ਜੀ ਨੇ ਆਖ ਦਿੱਤਾ ਤਾਂ ਉਹ ਸਾਰਾ ਦੁਪਹਿਰਾ ਕੋਠੀ 'ਚ ਕੁੱਜਿਆਂ 'ਚ ਪਾ ਕੇ ਰੱਖੇ ਸੰਦੂਕ 'ਚ ਲੀਰਾਂ 'ਚ ਬੰਨ੍ਹ ਕੇ ਲੁਕੋ ਲੁਕੋ ਰੱਖੇ ਪੈਸੇ ਲੱਭਦੀ ਰਹੀ, ਜਿਹੜੇ ਸੋਚਦੀ ਸੀ ਗੰਗਾ 'ਤੇ ਜਾ ਕੇ ਪੁੰਨ ਦਾਨ ਕਰਕੇ ਆਊਗੀ। ਨਹੀਂ ਲੱਭਦੇ ਤਾਂ ਰਹਿਣ ਦੇ ਮਾਂ, ਬਾਬਾ ਜੀ ਦੀ ਜੇਬ 'ਚ ਬਥੇਰੇ ਪੈਸੇ ਹੁੰਦੇ ਨੇ, ਜਦੋਂ ਕੁੜਤਾ ਲਾ ਕੇ ਕਿਲੇ 'ਤੇ ਟੰਗਣਗੇ ਮੈਂ ਕੱਢ ਕੇ ਲਿਆ ਦੂੰ। ਜਦ ਮੈਂ ਆਖਿਆ ਤਾਂ ਰਾਮ ਰਾਮ ਆਖਦੀ ਨੇ ਉਹਨੇ ਕੰਨਾਂ ਨੂੰ ਹੱਥ ਲਾਏ ਅਤੇ ਬੋਲੀ, ਚੋਰੀ ਨਹੀਂ ਕਰੀਦੀ ਕਦੇ, ਨਹੀਂ ਤਾਂ ਅਗਲੇ ਜਨਮ ਰੱਬ ਤੇਲ ਦੇ ਤਪਦੇ ਕੜਾਹੀ 'ਚ ਡੁਬਾਉਂਦਾ, ਅੰਗਿਆਰਾਂ ਤੋਂ ਦੀ ਤੋਰਦਾ, ਦਰਖਤ ਨਾਲ ਪੁੱਠੇ ਟੰਗ ਦਿੰਦਾ, ਜਮਦੂਤ ਕੋਰੜੇ ਮਾਰਦੇ ਨੇ, ਅਗਲੇ ਜਨਮ ਕੁੱਤੇ ਬਿੱਲੇ ਦੀ ਜੂਨ ਮਿਲਦੀ ਹੈ, ਅਤੇ ਮੈਂ ਭੈ ਭੀਤ ਹੋ ਕੇ ਇਹ ਸਭ ਸੁਣਦੀ ਰਹੀ। ਅਤੇ ਇੱਕ ਵਾਰੀ ਨਾਭੇ ਜਾਣ ਲੱਗੀ, ਬਾਬਾ ਜੀ ਉਹਨੂੰ ਗਿਣ ਕੇ 100 ਰੁਪਈਏ ਫੜਾ ਗਏ ਕਿ ਮੇਰੇ ਪਿੱਛੋਂ ਪਟਿਆਲਿਓਂ ਵੱਡੀ ਬੀਬੀ ਅਤੇ ਪ੍ਰਾਹੁਣਾ ਨਾ ਆ ਜਾਣ। ਲੀਰ 'ਚ ਬੰਨੀ ਕਦੇ ਉਹਨਾਂ ਰੁਪਈਆਂ ਨੂੰ ਉਹ ਕੋਠੀ 'ਚ ਰੱਖ ਦੇਵੇ, ਕਦੇ ਸੰਦੂਕ 'ਚ, ਕਦੇ ਤੂੜੀ ਵਾਲੇ ਅੰਦਰ ਹੇਠ ਲੁਕੋ ਕੇ ਆਵੇ। ਸਾਰਾ ਦਿਨ ਉਹਨੂੰ ਪਤਾ ਹੀ ਨਾ ਲੱਗੇ ਕਿ ਇੰਨੇ ਸਾਰੇ ਰੁਪਈਏ ਉਹ ਕਿੱਥੇ ਰੱਖੇ। ਰਾਤ ਨੂੰ ਉਹਨੇ ਸਿਰਾਣੇ ਰੱਖ ਲਏ, ਸਾਰੀ ਰਾਤ ਨੀਂਦ ਨਾ ਆਏ, ਸਵੇਰੇ ਮੈਨੂੰ ਆਖਣ ਲੱਗੀ, ਤਾਂ ਹੀ ਤਾਂ ਸਾਧੂ ਮਹਾਤਮਾ ਆਖਦੇ ਨੇ ਵੀ ਬਹੁਤੀ ਮਾਇਆ ਤਾਂ ਸੰਤਾਪ ਦਾ ਘਰ ਹੈ। ਹੁਣ ਮੈਂ ਕੰਮ ਧੰਦਾ ਵੀ ਕਰਨਾ, ਕਿੱਥੇ ਰੱਖਾਂ ਰੁਪਏ? ਡਰ ਲੱਗਦਾ ਕਿਧਰੇ ਖੋ ਨਾ ਜਾਣ, ਮੇਰੇ ਤਾਂ ਮਾਪੇ ਭਰਨ ਜੋਗੇ ਵੀ ਨਹੀਂ।
मैं क्या आप हटियां चीजा लिया सिखा दिया डब्बिया की बोरी चाह की बोरी लूण बसार की एक एक बोरी बोसकी के कपड़े रंगा के पीपे ते एक बोरी खंड खिलौणिया की अखरोटा की बदमा की जिन्या को हट्टी तो आने वाली चीजा का मैनू पता सी मैं गणा दतिया। वो हैरान हुई मेरे वाल झाकती रही तो फिर बोली मैं मर जाऊं किड्डा दिल है तेरा आहो खोम केड़े दी है पर ना मेरी धी सब गल्लां राह राह दी ही चंगियां नाले बंदे नू धर्मराज कोल पाई पाई का हिसाब देना पैंदा है पिछले कर्म इत्थे भोगदे आं ते हुण ते गाहां भुगतांगे उस डाढे तो सत वेले डरीए न्यों के रहिए धरती आसमान सब सबर संतोख दे बन्ने खड़े ने नहीं तां इह ना अपना राह छड तुरन परलो ना हजे जग ते ते होर पता नहीं की कुछ आखदी रही त्यों उस बहुत अमीर घर च रहिंदी बहुत गरीब औरत दा बहुत कुछ मैनू याद है याद ही नहीं उहदा बहुत कुछ मेरे अंदर जिउंदा है जिहड़ा शायद वो अपने दुध नाल मैनू दे गई नंगे पैरी फिरना मैनू बेहद पसंद है जुत्ती नू टुटण तो बचाई रखना भावें इहदा कारण नहीं कई तरह के भोजना पदार्थों जां चटनी नाल रोटी खा लैण च मैनू कोई फर्क नहीं लगता पापियां दा तत्ते तेल दे कड़ाहे च तलिया जाना अंगियारां उत्ते तुरना पुठे लटके होना ते कोरड़े पैंदे मैनू अज भी याद हन जानदिया होया भी कि पैसा काम की चीज़ है पैसे लिए कोई मोह नहीं उपजता ते अज भी जदों कदे साडे श्रीमान जी माड़ा जिहा भी आकड़ के बोलते हैं तो मैं डर जानी हाँ भावें जानती हाँ डरन वाली कोई गल नहीं ये शायद उस अमीर घर च रहन वाली गरीब औरत दा मेरे सिर रहना है उस घर दी धी होण करके जिहड़ा मैं चुका रही हाँ ते मैनू लगता है उस अमीर घर दे हर बंदे ने उस गरीब औरत दा कुछ ना कुछ देना है। अंग दूसरा पटियाले वाले भूआ जी का पिंड आना एक विशेष घटना होंदी सी निक्के जे इस रब्बो नां दे पिंड तक ना कोई सड़क पहुंचती सी ना कोलों लंघदी नहर का पानी ना इत्थे कोई स्कूल सी ना पंचायत घर सरदी खतराणी दी ते लेखू बाणिए दी बस दो हट्टियां सन जिथों लूण मिर्चा रंग ते पतासे आदि मिल जाते सन ज्ञान दास का डेरा शहीदां दी मट्टी ते हल्टी वाला गुरद्वारा इस पिंड दियां दुख दे सुख दे जाण वालियां थावां सन बाबे संते नाई दियां पुड़ियां कपूरी झिउर दा हथौला जवाकां दे खंघ ताप ते दुख दियां अखां दे इलाज सन ना पिंड च अजे तक कोई खून होया सी ना इत्थे कदे ठाणा उतरिया सी हर द्वार फुल पौण पहोए नहाउण ते नैणा देवी दी सुख देण लोकी बिशने परोध दी सलाह लै के पीपियां विच पंजीरी पा लक नाल रुपये बन सग बना के जांदे ते उत्थों मुड़दे गानियां गंगा जल ते खिल्लां लै के आउंदे अजे पिंड जदों कार च बैठ के गल च पिस्तौल पाई अगे दो बंदूकां वाले सिपाहियां नाल फुफड़ जी भूआ जी नूं पेकी मिलाउण लिआउंदे तां लोकी इक दूजे नूं जा जा दसदे बीबी गुलाब कौर आई आ नाल परौणा है मोटर च आए ने नीवें मर जां जाणी कोई राणी है इहो जिहे तां कपड़े ही नहीं कदे देखे जिहो जिहे उहने पाए होए ने टूमां दा तां अंत ही नहीं लै परौणा सुपरडेंट आ पटियाले राजे दे भाईचारे चों है आखिर दरबार च राजे दे पैरी हाथ लाउंदा है ਉਹਦਾ ਅਹਿਲਕਾਰ ਹੋਣ ਕਰਕੇ ਪਰ ਅੱਗੋਂ ਪਿੱਛੋਂ ਉਹ ਇਹਦੇ ਪੈਰੀ ਹੱਥ ਲਾਉਂਦਾ ਹੈ ਭਾਈਚਾਰੇ 'ਚੋਂ ਚਾਚਾ ਲੱਗਦਾ ਹੋਣ ਕਰਕੇ ਲੋਕ ਗੱਲਾਂ ਕਰਦੇ ਉਦੋਂ ਘਰ 'ਚ ਲੋਕਾਂ ਦਾ ਜਿਵੇਂ ਮੇਲਾ ਲੱਗ ਜਾਂਦਾ ਕੁੜੀਆਂ ਚਿੜੀਆਂ ਨੂੰ ਕਪੂਰੀ ਝਿਉਰ ਬਥੇਰਾ ਆਖਦਾ ਜਾਓ ਕੁੜੇ ਗਰਮੀ ਨਾ ਕਰੋ ਕੁੜੀ ਨੂੰ ਪਰ ਕੌਣ ਸੁਣਦਾ ਬਹੂਆਂ ਕੁੜੀਆਂ ਭੂਆ ਜੀ ਵੱਲ ਮੁਤਰ ਮੁਤਰ ਝਾਕਦੀਆਂ ਰਹਿੰਦੀਆਂ ਸਿਆਮੋ ਨੈਣ ਫਟਾਫਟ ਚਾਹ ਧਰ ਦਿੰਦੀ ਭੈਣ ਸ਼ਹਿਰੀਏ ਨੇ ਪਹਿਲਾਂ ਚਾਹ ਪੀਣਗੇ ਉੱਧਰ ਚੁਬਾਰਿਆਂ ਕੰਨੀ ਕੋਈ ਪਾਣੀ ਛਿੜਕ ਰਿਹਾ ਹੁੰਦਾ ਕੋਈ ਮੰਜੇ ਵਿਛਾ ਰਿਹਾ ਹੁੰਦਾ ਕੋਈ ਪੱਖਾ ਝੱਲ ਰਿਹਾ ਹੁੰਦਾ ਕੋਈ ਮਲੌਦੋਂ ਸੋਡਾ ਬਰਫ਼ ਲੈਣ ਨੱਠ ਗਿਆ ਹੁੰਦਾ ਕੋਈ ਮੁਰਗੇ ਕੱਟਣ ਜਾ ਲੱਗਦਾ ਤੇ ਪਿੰਡ ਦੇ ਦਾਨੇ ਸਿਆਣੇ ਬੰਦੇ ਆ ਕੇ ਸਰਦਾਰ ਨੂੰ ਫਤਿਹ ਬੁਲਾਉਂਦੇ ਪੈਂਦ ਕੰਨੀ ਡਹਿ ਮੰਜਿਆਂ 'ਤੇ ਬੈਠ ਜਾਂਦੇ ਬਾਹਰ ਗਫੂਰ ਝਿੜਕ ਝਿੜਕ ਨਿਆਣਿਆਂ ਨੂੰ ਕਾਰ ਨੂੰ ਹੱਥ ਲਾਉਣੋਂ ਰੋਕਦਾ ਅਤੇ ਆਖਦਾ ਸਾਡੀ ਮੋਟਰ ਹੈ ਕੱਲ੍ਹ ਨੂੰ ਜਦੋਂ ਇਹ ਜਾਣਗੇ ਮੈਂ ਨਹਿਰ ਦੀ ਪਟੜੀ ਥਾਣੀ ਵਿੱਚ ਬੈਠ ਕੇ ਜਾਊਂਗਾ ਕਾਰ ਚੋਂ ਵੱਡੀ ਸਾਰੀ ਇੱਕ ਫੁੱਲਾਂ ਦੀ ਅਤੇ ਇੱਕ ਮਠਿਆਈ ਦੀ ਟੋਕਰੀ ਸਿਪਾਹੀ ਅੰਦਰ ਲੈ ਆਉਂਦੇ ਸਭ ਤੋਂ ਪਹਿਲਾਂ ਚਾਹ ਦੇ ਨਾਲ ਦੁੱਧ ਦਾ ਜੱਗ ਅਤੇ ਕੱਚ ਦੇ ਗਲਾਸ ਉੱਪਰ ਭੇਜੇ ਜਾਂਦੇ ਨਾਲ ਮਠਿਆਈ ਵੀ ਸੱਤਿਆਮਾਨ ਸਰਦਾਰ ਆਪ ਭੋਰਾ ਮੂੰਹ ਨੂੰ ਲਾਉਣ ਤੋਂ ਪਹਿਲਾਂ ਸਭ ਨੂੰ ਭੋਰਾ ਭੋਰਾ ਲੈਣ ਨੂੰ ਆਖਦਾ ਨਿੱਕਾ ਛੀਂਬਾ ਸਭ ਨੂੰ ਦੁੱਧ ਪਾਪਾ ਫੜਾਉਂਦਾ ਨਾ ਭਾਈ ਪਾਪ ਨਾ ਚੜਾਓ ਧੀ ਦੇ ਘਰ ਦਾ ਕੁਛ ਨਹੀਂ ਖਾਣਾ ਵਿੱਚੋਂ ਕੋਈ ਸਿਆਣਾ ਆਖਦਾ ਲੈ ਸੁਣੇ ਵਿਆਜ ਦੇਊਗਾ ਆਪੇ ਤਾਇਆ
कोई गभरी टाक के धी दे घर दी एडी वधिया मिठाई ना खाण दी दलील कट के खुश कर दिंदा। इस राम रौले च मां जिवें बौंदली फिरदी मैनू लभ के पुछदी, तू कुछ खा लिया? इस वारी जदों भूआ जी फुफड़ जी आए उन्हां दे नाल तकड़ा उच्चा सोहना एक जवान वी सी। पुत बुला लै, देख तेरी कन्नी किवें झाकदी है, दीपे तेरा बापू जी है। मां ने पहली गल संगत जे बापू जी नूं ते दूजी मैनू आखी। बापू जी मेरे वल वेखदे रहे, शुक्र है अपनी मां ते नहीं गई काली कलोटी ते, नहीं तां नस्ल ही बदल जानी सी। छोटे भूआ जी बोले, इहनूं गुड्डी जी नूं तां मैं लै जाणा नाल ही। वड्डे भूआ जी ने जदों फुफड़ जी दे सामने आख्या, किसी दी ना करन दी हिम्मत ना पई, किहड़े मूंह नाल ना कर दे। दूजा विआह करवाए नूं वी 10 साल हो गए सन, फुफड़ जी दे घर कोई बच्चा नहीं सी होया। चलेंगे साडे नाल, उत्थे अपनी कोठी है, बाग है, बहुत सारे खंडौने ने, बग्गी है, नाले उत्थे पढ़न ला देंगे, है ना? भूआ जी ने मैनूं पुछया। जदों आख्या करूँ कार चा के मिला ले जाया करांगे। फिर भूआ जी दादी माँ वल झाक के बोले, उन्हें की आखना सी, पर मैनूं पता उस रात दादी माँ ने रोटी नहीं सी खाधी। अगले दिन भूआ जी ने आप मेरे वाल वाए, नवा फ्रॉक पाया, मेरे फ्रॉक नूं सेंट लाया। हैं कुड़े बीबी गुलाब कुरे, तैं फिर राणियां देखियां ने उत्थे किहो जिहां हुंदियां ने? उत्थे तां आखे इक गुरद्वारा भी है जिथे सुखणा बार आउंदियां ने। आखे उत्थे चीरे बड़े सोहणे रंगीदे ने। बहुआं बुढ़ियां ते कुड़ियां दे झुरमुट विच घिरे भूआ जी नूं जैक कुर, निहाल कुर, बचनी, संती, इंदो तरह तरह दे सवाल पुछदियां। इस भीड़ भड़के जे च सब तों अख बचा के उह सांवली सुनखी जवान लड़की जो चुप चाप घर च काम करदी तुरी फिरदी हुंदी सी, जिस वल मैं कदे बहुत ध्यान नहीं सी दिता, उस दिन मैनूं सद के पिछले अंदर लै गई। तू चलनी है फिर? आखो मेरे सिर ते मूंह ते बाहां ते हाथ फेरदी प्यार दिंदी छम छम रोई जा रही सी। मैनू भुल तां ना जाएंगी, मैनू चिट्ठी पाया करेंगी? तेरे बिना मेरा जी किवें लगू? अपने बाबा जी नूं आख दे बई मैं नहीं जाणा, ते मेरी बीबी सी। फिर ठीक है, असीं लै जाइए ना दीप नूं, फुफड़ जी ने जदों बाबा जी नूं आख्या तो कुछ गंभीर जी हो के आखन लगे, हुणे लै के जाणी है। शायद उन्हां दा मतलब सी हुण तां वेला टपाओ फिर देखी जाओ, ऐतकी तां असीं आए ही इहनूं लैण। भूआ जी ने जोर पाया, देखो साहू लै बेशक बेशक जाओ, पर चंगू रखियो, सानू तां इह 7 पुत्तां तों प्यारी है, बाकी खर्च साल भर दा मैं ही दिया करूंगा, इहदा पढ़न ला दिओ। मैं सब कुछ सुन रही सी, सब कुछ देख रही सी, पर इस राम रौले जे च कुछ भी सोच नहीं सी रही, कुछ भी महसूस नहीं सी कर रही। आथणे डिक डोले खांदी, पहा लंघ के कलरंजियां विच हुंदी कार जदों पिंड दी जूह छड के जरग दे पुल ते नहर दी पटड़ी आ के चढ़ी, मेरी अजीब किस्म दा हॉल पिया ते मैं पिछले शीशे च मुड़ के पिंड वल झाकी। आपां अज ही जा के नवीआं नवीआं फराकां लवांगे पन्ना लाल दी दुकान तों ते घावा राम दी दुकान तों खिडौणे, नाले उत्थे तेरी इक होर बीजी भी है, फुफड़ जी ने सिर ते हाथ फेर के आख्या। आपां कल नूं ही मिलण आ जांगे, भूआ जी ने मेरियां भरियां अखां वल झाक के आख्या। ते कार नहर दे कंढे कंढे तुरी जा रही सी ते नाल ही नहर तुरी जा रही सी। हनेरा पैण तों पहलां असीं पटियाले पहुंच गए। ਇਹ ਕੋਠੀ ਬਾਗ ਤਲਾ ਨੌਕਰ ਬੱਗੀ ਕਮਰਿਆਂ 'ਚ ਵੱਡੇ ਵੱਡੇ ਸ਼ੀਸ਼ੇ ਸੋਫੇ ਕੁਰਸੀਆਂ ਕਾਲੀਨ ਨਿੱਕੇ ਨਿੱਕੇ ਜੱਤਲ ਕੁੱਤੇ ਪਿੰਜਰੇ 'ਚ ਮੈਨਾ ਸਭ ਕੁਝ ਹੀ ਉਪਰਾ ਉਪਰਾ ਲੱਗਿਆ ਅਤੇ ਉਸ ਰਾਤ ਆਪਣੇ ਆਪ ਨਾਲ ਗੱਲਾਂ ਕਰਦੀ ਸਿਰਹਾਣੇ 'ਚ ਮੂੰਹ ਦੇ ਕੇ ਬਹੁਤ ਦੇਰ ਤੱਕ ਮੈਂ ਚੁੱਪ ਚਾਪ ਰੋਂਦੀ ਰਹੀ। ਅਗਲੇ ਦਿਨ ਭੂਆ ਜੀ ਪਰਦਿਆਂ ਵਾਲੀ ਕਾਰ 'ਚ ਬਿਠਾ ਕੇ ਹਨੇਰੇ ਹਨੇਰੇ ਗੁਰਦੁਆਰੇ ਲੈ ਕੇ ਗਏ, ਗੇਂਦਾ ਰਾਮ ਨਾਲ ਕਾਲੀ ਦੇਵੀ ਦਾ ਮੰਦਰ ਦੇਖਣ ਭੇਜਿਆ, ਘਾਵਾ ਰਾਮ ਦੇ ਕਿੰਨੇ ਖਿਡੌਣੇ ਆ ਗਏ, ਪਰ ਮੇਰਾ ਮਨ ਕਰੇ ਖਿਡੌਣੇ ਜਿਨ੍ਹਾਂ 'ਚ ਇੱਕ ਵਲੈਤੀ ਗੁੱਡੀ ਵੀ ਸੀ ਲੈ ਕੇ ਪਿੰਡ ਮਾਂ ਕੋਲ ਚਲੀ ਜਾਵਾਂ। ਤੀਸਰੇ ਦਿਨ ਆਥਣੇ ਬਾਬਾ ਜੀ ਵੀ ਆ ਗਏ, ਆਖਣ ਲੱਗੇ ਮੈਂ ਆਖਿਆ ਪਤਾ ਲਿਆਵਾਂ ਵੀ ਦੀਪ ਦਾ ਜੀ ਲੱਗ ਗਿਆ, ਅਤੇ ਨਾਲੇ ਬੜੇ ਉਦਾਸ ਮੂੰਹ ਨਾਲ ਦੱਸਿਆ ਪੰਡਿਤ ਆਖਦਾ ਸੀ ਐਤਕੀ ਸ਼ਰਤੀ ਆ ਲੜਕਾ ਹੋ ਪਰ ਫਿਰ ਲੜਕੀ ਹੋ ਆ। ਲਹਿ ਭੋਰਾ ਭਰ ਜੇ, ਮੁੰਡੇ ਦੇ 3 ਧੀਆਂ ਹੋ ਗਈਆਂ, 5 ਸਾਲ ਅਜੇ ਵਿਆਹ ਨੂੰ ਨਹੀਂ ਹੋਏ, ਭੂਆ ਜੀ ਆਖ ਰਹੇ ਸਨ। ਜਿੱਥੇ ਲੋੜ ਹੁੰਦੀ ਹੈ ਉੱਥੇ ਦਿੰਦਾ ਨਹੀਂ ਰੱਬ, ਇਹ ਸਾਡੇ ਹੋ ਜਾਂਦੇ, ਵੱਡੇ ਭੂਆ ਜੀ ਨੇ ਕੋਵੇਲੇ ਦਾਤਣ ਕਰਦਿਆਂ ਆਖਿਆ। ਚੱਲ ਸਾਊ, ਇਹਨਾਂ ਨੇ ਆਪਣੇ ਭਾਗ ਖਾਣੇ ਨੇ, ਬਾਬਾ ਜੀ ਬੋਲੇ। ਆਈਆਂ ਗਲ ਲਾਈਆਂ, ਹੁਣ ਸਿੱਟੀਆਂ ਥੋੜ੍ਹਾ ਜਾਂਦੀਆਂ ਨੇ, ਚੱਲ ਤੁਹਾਡੇ ਕੋਲ ਤਾਂ 2 ਹੀ ਹੋਈਆਂ, ਦੀਪ ਤਾਂ ਹੁਣ ਸਾਡੇ ਕੋਲ ਹੋ ਗਈ, ਭੂਆ ਜੀ ਆਖ ਰਹੇ ਸਨ। ਬਾਬਾ ਜੀ ਨੇ ਇਸ ਗੱਲ ਦਾ ਜਵਾਬ ਨਹੀਂ ਸੀ ਦਿੱਤਾ, ਪਰ ਲੱਗਦਾ ਸੀ ਇਸ ਗੱਲ ਨਾਲ ਉਹਨਾਂ ਦਾ ਮੂੰਹ ਕਸੈਲਾ ਕਸੈਲਾ ਹੋ ਜਾਂਦਾ ਸੀ।
चलो अजे थोड़े कोल है पर विआह इहदा मैं अपने घर ही करूं। बाबा जी ने गंभीर हो के आख्या, लै सुन अजे 4 सालां दी हुई नहीं ते इहनां नूं विआह दा फिक्र पै गया। फुफड़ जी रेडियो दी सूई इधर उधर घुमाउंदे बोले, धीआं दा तां जमदियां दा ही मापिआं नूं फिक्र पै जांदा, वड्डे भूआ जी आख रहे सन। देखिए फिर हुणे कोई सरदारां दा मुंडा जिहदी मां मरी हुई होवे। फुफड़ जी ने मजाक कीता, लै इक मरी हुई होऊ, दो मरिया हुई होणगियां, सारियां थोड़े मरिया हुई होणगियां। मुंडे दियां मामा इत्थे है किहड़ा सरदार जी दे दो चौं ते घट वोटियां होण, वड्डे भूआ जी दस रहे सन। ये सब कुछ मैनू किवें याद है? ये सब कुछ नहीं, बहुत कुछ विच्चों कुछ है जो याद है। वो फ्रॉक वाली निक्की जी कुड़ी जो मैं कदी सी, उहनूं तुरी फिरदी नूं मैं अजे भी देख सकदी हाँ। कुछ दिनों मगरों घिओ दी पीपी, दोवें भूआ जीआं लई चांदी दियां पंजेबां, कुछ रेशमी लीड़े, फुफड़ जी लई कंबल ते मेरे लई कुड़ियां तों बनवा के लियांदी मोतियां ते सग्गी फुल्लां वाली गुड्डी लै के दादी मां आ गई। वो संधारा लै के आई सी, नाल संता नाई सी। उस रात मैं मां नाल ही सुती, जी ला के पढ़ी मेरी धी, नाले तेरे बाबा जी ने पैसे भेजे ने। उन्हें टीन दी भीड़े मूँह वाली दवात विच पाई, भान मैनू दिंदिया आख्या, रोज़ स्कूल जाती है चो कढ के लै जाई, वो आख रही सी। मैं नहीं पढ़ना, मैं आख्या, ना मेरी राणी धी, ऊ नहीं आखीदा, क्यों पढ़ना कातू नहीं, फिर अपने हथी लिख के तू मैनू काट पा दिया करी। मैं एक दिन स्कूल जाके देख लिया, मैं तो पढ़ना ही नहीं, ते तू मगरों अगले दिन, वो तो भी अगले दिन कदे वड्डिया होके कदे घूर के साडे सारे जोर ला रहे, पर मैं आख्या मैं स्कूल नहीं जाना, मैं पढ़ना नहीं। दोवें भूआ जी जदों हम बहार हटे, फुफड़ जी ने आख्या, ठीक है मेरा बेटा स्कूल नहीं जाऊगा, बिल्कुल नहीं पढ़ना। तो उन्होंने बाकियां नूं भी आख दिता, कोई इहनूं स्कूल जाण लई ना आखे। फिर किसी ने स्कूल जाण लई ना आख्या, पर कदे कदे छोटे बेजी जां वड्डे बेजी, असल च भूआ जी जिन्हां नूं हुण मैं बेजी आखदी सी, आखदे पढ़ेंगी नहीं तां जट्टां दे घर विआह हो, गोहा कूड़ा करिया करी, पढ़ेंगी नहीं तां अनपढ़ रह जाएंगे, पढ़ेंगी नहीं तां शोर किवें आऊ, पढ़ेंगी नहीं तां। पर मैं आखदी सी मैं नहीं पढ़ना। अंग तीसरा। महीने भी दिन मगरों बाबा जी आउंदे, किन्नियां सारियां चीज़ां लै के दे जांदे, ते कदे कदे जिद करन दे नाल मैनू ही पिंड लै जांदे। मलौद जदों असीं जा के उतरदे, अगे गफूर घोड़ी लई खड़ा हुंदा, 12-13 वरिया दा गफूर बाबा जी नाल जदों मैनू आई देखदा तां बहुत खुश हो के बाबा जी दी होंद भुल मैनू दसन जोगियां गल्लां दसन लग जांदा। है ना बीबा, ना सच बीबा जी, अपनी ना न्याई च जिहड़ी बेरी है उहनूं बेर लगन लग पई, ਹੋਨੀ ਨੇ ਜਿਹੜੇ ਕਤੂਰੇ ਦਿੱਤੇ ਨੇ ਇੱਕ ਦਾ ਨਾਂ ਮੈਂ ਪਿਸਤਾ ਰੱਖਿਆ। ਮਾਂ ਜੀ ਤੋਂ ਇੱਕ ਦਿਨ ਖੂਹ 'ਚ ਡੋਲ ਗਿਰ ਪਿਆ, ਬਾਬਾ ਜੀ ਨੇ ਮੇਲੇ 'ਤੇ ਜਾਣ ਨੂੰ ਰੁਪਈਆ ਦਿੱਤਾ ਸੀ, 98 ਦਾ ਮੈਂ ਬੁਗਦੂ ਸਿੱਕੇ ਵਾਲਾ ਖਰੋਟ ਖਰੀਦ ਲਿਆ, ਜਿਹਦੇ ਨਾਲ ਮੈਂ 100 ਖਰੋਟ ਹੋਰ ਜਿੱਤੇ ਅਤੇ 54 ਦੀ ਮੈਂ ਮੰਗੋ ਲਈ ਗਾਨੀ ਲਿਆਂਦੀ ਮਣਕਿਆਂ ਦੀ, 91 ਦੀ ਮਾਂ ਜੀ ਲਈ ਦੇਵੀ ਦੀ ਫੋਟੋ ਲਿਆਂਦੇ, 91 ਦਾ ਨੌ ਮਨ ਦੀ ਧੋਬਣ ਵਾਲਾ ਫੋਟੋਆਂ ਵਾਲਾ ਖੇਲ ਦੇਖਿਆ, ਦਵਾਨੀ ਦਾ ਤੋਤਾ ਲਿਆਂਦਾ, ਘਰ ਜਾ ਕੇ ਦੇਖੀ ਜਾਲੀ 'ਚ ਬੈਠੇ ਨੂੰ, ਆਖੋ ਮੀਆਂ ਮਿੱਠੂ ਚੋਰੀ ਖਾਣੀ ਹੈ, ਆਖੂਗਾ ਖਾਣੀ ਹੈ, ਅਤੇ ਖਾਧਾ ਕੁਛ ਨਾ, ਸਾਰਾ ਦਿਨ ਭੁੱਖਾ ਹੀ ਫਿਰਦਾ ਰਿਹਾ, ਬਾਬਾ ਜੀ ਨੇ ਵਿੱਚੋਂ ਟੋਕ ਕੇ ਪੁੱਛਿਆ। ਮਾਂ ਜੀ ਨੇ ਜਾਣ ਲੱਗੇ ਦੇ 2 ਪਰਾਂਠੇ ਲੜ ਪਾਂਤੇ ਸੀ, ਖਾ ਲਏ ਜਦੇ ਭੁੱਖ ਲੱਗੀ। ਇਉਂ ਗੱਲਾਂ ਕਰਦਿਆਂ ਬਾਬਾ ਜੀ ਲੋਕਾਂ ਦੀਆਂ ਫਤਿਹਾਂ ਦਾ ਜਵਾਬ ਦਿੰਦੇ, ਅਸੀਂ ਇੱਕ ਦੁਕਾਨ 'ਤੇ ਜਾਂਦੇ, ਲਾਲਾ ਆਪ ਉੱਠ ਕੇ ਬਾਬਾ ਜੀ ਦੇ ਗੋਡੀ ਹੱਥ ਲਾਉਂਦਾ, ਦੁਕਾਨ ਦੇ ਮਗਰ ਕਮਰੇ 'ਚ ਕੁਰਸੀਆਂ ਅਤੇ ਬੈਠ ਕੇ ਬਾਬਾ ਜੀ ਚਾਹ ਪੀਂਦੇ, ਮੇਰੇ 'ਤੇ ਗਫੂਰ ਲਈ ਦੁੱਧ ਦੇ ਗਲਾਸ ਆ ਜਾਂਦੇ, ਕਿਉਂਕਿ ਬਾਬਾ ਜੀ ਆਖਦੇ ਹੁੰਦੇ ਸਨ ਕਿ ਚਾਹ ਤਾਂ ਸਿਰਫ ਬੁੱਢਿਆਂ ਨੂੰ ਹੀ ਪੀਣੀ ਚਾਹੀਦੀ ਹੈ। ਇੱਕ ਪਲੇਟ 'ਚ ਤਾਜ਼ੇ ਪੇੜੇ ਆ ਜਾਂਦੇ, ਅਸੀਂ ਖਾ ਲੈਂਦੇ, ਪਰ ਗਫੂਰ ਕਾਗਜ਼ 'ਚ ਲਪੇਟ ਕੇ ਖੀਸੇ 'ਚ ਪਾ ਲੈਂਦਾ, ਆਖਦਾ ਘੋਨੀ ਮੰਗੋ ਮੀਆਂ ਮਿੱਠੂ ਪਿਸਤਾ ਅਸੀਂ ਸਾਰੇ ਇਕੱਠੇ ਖਾਵਾਂਗੇ। ਉਸੇ ਲਾਲੇ ਦੇ ਮੁੰਡੇ ਨੂੰ ਭੇਜ ਕੇ ਬਾਬਾ ਜੀ ਬਾਜ਼ਾਰੋਂ ਲੈ ਕੇ ਜਾਣ ਵਾਲੀਆਂ ਚੀਜ਼ਾਂ ਮੰਗਵਾ ਲੈਂਦੇ, ਜਿਨ੍ਹਾਂ ਨੂੰ ਗਫੂਰ ਨਾਲ ਲਿਆਂਦੇ ਝੋਲੇ 'ਚ ਪਾ ਕੇ ਸੋਟੀ 'ਤੇ ਟੰਗ ਲੈਂਦਾ, ਅਤੇ ਸੋਟੀ ਮੋਢੇ 'ਤੇ ਧਰ ਲੈਂਦਾ, ਅਤੇ ਸ਼ਹਿਰੋਂ ਬਾਹਰ ਪਿੰਡ ਜਾਣ ਵਾਲੀ ਡੰਡੀ ਉੱਤੇ ਘੋੜੀ ਦੇ ਅੱਗੇ ਅੱਗੇ ਤੁਰਿਆ ਜਾਂਦਾ। ਬਾਬਾ ਜੀ ਮੈਨੂੰ ਆਪਣੇ ਅੱਗੇ ਘੋੜੀ 'ਤੇ ਬਿਠਾ ਲੈਂਦੇ ਅਤੇ ਗੱਲਾਂ ਕਰਨ ਲੱਗ ਜਾਂਦੇ। ਮੈਂ ਕਿਹਾ ਉੱਥੇ ਤੈਨੂੰ ਕੋਈ ਘੂਰਦਾ ਤਾਂ ਨਹੀਂ ਹੁੰਦਾ? ਵੱਡੀ ਬੇਜੀ ਤੇਰੀ ਛੋਟੀ ਬੇਜੀ ਨਾਲ ਲੜਦੀ ਤਾਂ ਨਹੀਂ ਹੁੰਦੀ? ਫੁੱਫੜ ਜੀ ਤੇਰਾ ਸ਼ਰਾਬ ਤਾਂ ਨਹੀਂ ਪੀਂਦਾ ਹੁੰਦਾ? ਪਰ ਤੂੰ ਪੜ੍ਹਨਾ ਕਾਹਤੋਂ ਨਹੀਂ? ਚੰਦ ਕੌਰ ਤੇਰੀ ਬੀਬੀ ਦੇਖਿਆ ਕਿਆ ਸੋਹਣਾ ਗ੍ਰੰਥ ਸਾਹਿਬ ਦਾ ਪਾਠ ਕਰਦੀ ਹੈ, ਤੇਰੇ ਨਾਨੇ ਨੇ ਭਗਵਾਨ ਦਾਸ ਨਾਲ ਰਿਸ਼ਤਾ ਕਰਨ ਆਏ ਨੇ, ਪਹਿਲੀ ਗੱਲ ਹੀ ਇਹ ਦੱਸੀ ਸੀ ਵੀ ਲੜਕੀ ਗ੍ਰੰਥ ਸਾਹਿਬ ਦੀ ਪਾਠਣ ਹੈ, ਨਾਲੇ ਮੈਂ ਸੋਚਿਆ ਸਾਧੂ ਮਹਾਤਮਾ ਨਾਲ ਆਏ ਨੇ, ਕਾਹਨੂੰ ਨਾ ਆਖਣੀ ਹੈ,
नहीं रिश्ते तां बहुत चंगे चंगे घरां दे वी आउंदे सी ते कदे कदे बाबा जी आप घोड़ी तों उतर आउंदे वागां फड़ मूहरे डंडी ते तुरन लग जांदे ते मैनूं कल्ली नूं घोड़ी ते बैठी रहिण दिंदे। पहले पहले डर लग्गिया सी, पिछों तां मैं वागां वी आप ही फड़ लैंदी ते कदे कदे तां गफूर जाण के घोड़ी नूं शिशकेर के भजा दिंदा ते आप नाल भज पैंदा। इउं बाबा जी डंडी उत्ते पिछां रहि जांदे। ये तेनू किसी दिन ऐसी लैके भजू भी खूह खाते जा डिगू। अपना चिट्टा घोड़ा बिशन सिंह तेरे मामे दे हथों छुट के ऐसा भजया खबर नहीं किधर नू गया, मुड़ के इत्थे आया ही नहीं। बाबा जी दस दे ते कदे कदे सोचा ही सोचा च मैनू लगता जिवें उस चिट्टे घोड़े वांग ये घोड़ी भी त्रह के नट्ठी पई है, नट्ठी जा रही है ते फिर जिवें उड्डन लग पई है। मैं काठी नू घुट के फड़ी बैठी हाँ ते घोड़ी जंगलां समुंदरां ते बदलों विचों दी उड्डी जा रही है। बाबा जी गफूर खेत डंडी सब पिछा रह गए ने, बहुत दूर पिछा ते हुण दिसनों भी हट गए ने। ते मैं नाल भज्जे जांदे गफूर नूं चीख के आखदी हां, रोक लै घोड़ी नूं, मैं उतरना है, बाबा जी पिछा रह गए ने। फिर एक थां घोड़ी नूं रोक के असीं बाबा जी नूं उड़ीकण लग जांदे। सहुरिया कंजरा जे कुड़ी दे सट फेट लग गई, बाबा जी गफूर नूं झिड़कदे, लै एवीं लग गई, मैं नाल तां हुन्ना, वो आखदा। पिंड पहुंचदे तां बीही दियां सारियां बुढ़ियां कुड़ियां ताइयां चाचियां आके मिलदियां, सिर पलोसदियां, फ्रॉक नूं बूटां नूं गुत्त च पाए रिबनां नूं हथ ला ला देखदियां। मेरी खातर की लियाईयां शहरों कुड़े, बदरा गुजर बाबा जी नूं मिलण आया रोह नाल पुछदा। अगली बारी मैनूं तां कावाराम दा सुरमा लिया दे, तेरी भूआ दे गई सी शीशी जानी, ठंड पै जांदी अखां नूं, जै खाणे वेद ने पा पा मुकौती, ताई रली बाकियां नूं सुना के आखदी। असीं गए सी पंचमी नहाउण दुख निवारण, पर तेरा ताया लै के ही ना गया। मैं बथेरा कहा भी बीबी नूं मिल चलिए, आखण लग्या मैले जे तेरे लीड़े पाए हुए ने, होर उहनूं मुखौल करनगे भी तेरे पेकिआं ते कहे जे लोक आए ने। ताई गुलाब कौर बोली, भैणे मैं तां इक दिन मोटर 'च बैठ के पटियाले जाऊंगी, उत्थे जा के अपना फोटू लहा के आऊं, मर गई तां मेरे धीआं पुत्तां कोल नसानी तां रहि जू, ताई संती हर वारी आखदी। अगले दिन जदों कुड़ियां साग नूं जांदियां पौणा चुक के मैं भी नाल तुर पैंदी, तां राह 'चों ही झिड़क के मैनूं मोड़ जांदियां, जा मुड़ जा, होर तेरा बाबा जी कजिया करूंगा, थोड़े तां गफूर बथेरा लै आउंदा साग, नाले तुसीं साग कहनूं खाणा, भाजियां छकिया करो, बथेरे पैसे ने बुढ़े कोल। ते इक दिन कुड़ियां नूं मैं इह आख के नाल जाण लई राजी कर लिया कि सारियां साडे खेत 'चों गन्ने पट लो। दो कु गन्ने चुकी आउंदी नूं जदों बाबा जी ने देख लिया, उन्हां मैनूं तां कुछ ना आखिया पर मां नूं कजिया कीता ते आथणे गन्नियां दी इक भरी सबात 'च घर 'च आई पई सी। ते इक दिन बाबा जी ने आख्या, जरा बदरे नूं तां अंदर सद्दी, बाहर बैठा। मैं बाहर जा के आख्या, बदरिया तैनूं मेरे बाबा जी सद्दे ने। उह कौल के मेरी वल झाकिया ते गुड़ गुड़ करके हुक्का पींदा रहा। पल कु डीक के मैं फेर आख्या, बदरिया तैनूं मेरे बाबा जी सद्दे ने। चंगा चंगा, उन्हें खिझ के आख्या, उठ के मेरे नाल ही अंदर बाबा जी कोल आया। आंदा ही बोलिया, मखा चौधरी हूं आखदा कि मेरी पोती शहर पढ़दी है, अकल तो इहनूं डक्के दी नहीं, की हो गया? बाबा जी ने पूछा, ना ताया ना चाचा ना बाबा ना भाई, आखदी है बदरिया तैनूं मेरा बाबा जी सद्दा। न्याणी है, बाबा जी ने हस के कहा, न्याणी है, ये तो इउं गल करदी है जिवें मैं इहदा पोता लगदा हुन्ना। कतरी चिट्टी दाढ़ी वाले उच्चे लम्मे कद्दावर गुज्जर बदरे ने जदों ये आख्या तां बाबा जी ने मैनूं कोल सद के समझाया, आप तो वड्डे दा नां नहीं लईदा, बदरा तां तेरा बाबा लगदा है। ते सहरा मैं पुछया, वह तेरी अम्मा लगदी है? वह तां मेरी भी अम्मा लगदी है, बदरे बाबे ने अपने घर वाली बारे मजाक कीता सी, असल 'च तां तूं मेरी धी है, वह सांवली सुनखी औरत मेरी बीबी ने एक दिन मैनूं अपने कोल सद के आख्या, रोज़ तू अपनी माँ जी कोल सौनी है, अज मेरे कोल हेठां सौ जी, उन्हें जिवें तरला कीता, मैं कोई हाँ ना ना कीती। रात नूं मैनूं ददौड़ी चों मलाई कढ के तैनूं ददौड़ी चों मलाई कढ के देऊंगी, उन्हें लालच दिता। रात हुई तां मैं दादी माँ नूं आख्या, अज तां मैं हेठां सौंगी। क्यों? उन्हें पूछया, वह कहिंदी सी रात नूं तैनूं ददौड़ी चों मलाई कढ के देऊंगी। चंद कोल, माँ तेरी? मैं हाँ 'च सिर हिलाया, मैं भी नित कहां भी मखणी क्यों घट आउंदी है, खांदी होऊ ना नित रात नूं कढ के, तां ही तां जवाकड़ी नूं आखदी है। दादी मां ने बाबा जी नूं सुणा के सब दे सामने जदों गल आखी तां उस सांवली सुनखी औरत मेरी बीबी ने हजार हजार भरावां दीआं सौहां खादियां,
कि उन्हें कदे रात नूं दुध नूं नहीं छेड़िया। उन्हें तो मैनू कोल पाउण लई एवीं आख्या सी, एवीं नहीं सच्ची आख्या सी। जदों मैं आख्या तां किसे ने उहदी गल ते इतबार ना कीता। ਇਹ ਗੱਲ ਵੀ ਹੀ ਗਵਾਂਢ ਤੋਂ ਬਿਨਾਂ ਪਟਿਆਲੇ ਵਾਲੀ ਭੂਆ ਜੀ ਨੂੰ ਵੀ ਜਦੋਂ ਦੱਸੀ ਗਈ ਤਾਂ ਉਹ ਸਾਂਵਲੀ ਸੁਨੱਖੀ ਔਰਤ ਮੇਰੀ ਬੀਬੀ ਬਹੁਤ ਰੋਈ। ਉਸ ਦਿਨ ਮੈਨੂੰ ਉਹ 'ਤੇ ਬੜਾ ਤਰਸ ਆਇਆ। ਅਗਲੇ ਦਿਨ ਦਾਦੀ ਮਾਂ ਫਿਰ ਜਦੋਂ ਮਲਾਈ ਵਾਲੀ ਗੱਲ ਕਿਸੇ ਕੋਲ ਦੁਹਰਾਉਣ ਲੱਗੀ, ਮੈਂ ਖਿਝ ਕੇ ਆਖਿਆ, ਤਾਂ ਕੀ ਹੋ ਗਿਆ ਜੀ, ਮਲਾਈ ਖਾ ਵੀ ਲੈਂਦੀ ਸੀ। ਦਾਦੀ ਮਾਂ ਹੈਰਾਨ ਹੋ ਕੇ ਮੇਰੀ ਕੰਨੀ ਝਾਕੀ, ਬੋਲੀ, ਸਿਆਣਿਆਂ ਦੀਆਂ ਕਥੀਆਂ ਨੇ ਅਖੇ ਤਿੱਤਰ ਖੰਭੀ ਬਦਲੀ, ਰੰਨ ਮਲਾਈ ਖਾਏ ਉਹ ਵਸੇ ਉਜੜੇ ਕਦੇ ਨਾ ਖਾਲੀ ਜਾਏ। ਮਲਾਈ ਖਾਣਾ ਕੋਈ ਧੀਆਂ ਭੈਣਾਂ ਦੇ ਕੰਮ ਹੈ? ਤੂੰ ਤਾਂ ਦਾਦੀ ਮੈਂ ਐਵੇਂ ਬੋਲੀ ਜਾਂਦੀ ਹਾਂ, ਮੈਂ ਆਖਿਆ, ਦੇਖਦਾ ਕਿਵੇਂ ਲੁੱਤਰ ਲੁੱਤਰ ਜ਼ਬਾਨ ਚੱਲਦੀ ਹੈ, ਅਜੇ ਜੰਮ ਮੁੱਕੀ ਨਹੀਂ। ਦਾਦੀ ਨੂੰ ਮੱਤਾਂ ਦਿੰਦੀ ਹੈ, ਕੁੜੀਆਂ ਨੂੰ ਘਰੋਂ ਬਾਹਰ ਪੜ੍ਹਨ ਭੇਜੋ, ਬੁੱਧ ਤਾਂ ਆਪੇ ਭ੍ਰਿਸ਼ਟੀ ਜਾਊ। ਬੋਲ ਜੇ ਖਾਂ ਮੇਰੀ ਕੋਈ ਕੁੜੀ ਮੂਹਰੇ, ਜਾਂ ਕਰ ਜੇ ਸਵਾਲ ਜਵਾਬ, ਜੇ ਸੀਰਮੇ ਨਾ ਪੀ ਜਾਂ, ਗਾਟਾ ਨਾ ਲਾਹ ਦਿਆਂ, ਧਰਤੀ 'ਚ ਨਾ ਗੱਡ ਦਿਆਂ। ਕਿਸ਼ਨੀ ਬੁੜੀ ਨਸਵਾਰ ਦੀ ਚੁਟਕੀ ਨੱਕ 'ਚ ਚੜਾਉਂਦੀ ਤਿਊੜੀਆਂ ਪਾਈ ਮੇਰੇ ਬਾਰੇ ਆਖ ਰਹੀ ਸੀ। ਕਿਸ਼ਨੀ ਬੁੜੀ ਜਿਹੜੀ ਬਾਬਾ ਜੀ ਦੀ ਵੀ ਚਾਚੀ ਲੱਗਦੀ ਸੀ, ਜਿਸ ਤੋਂ ਸਾਰੇ ਡਰਦੇ ਸਨ। ਬਾਬਾ ਜੀ ਨੂੰ ਆਖ ਰਹੀ ਸੀ, ਮਸਾਂ ਹੀ ਇਹਦੇ ਜੰਮੀ ਤੋਂ ਹਜੂਰਾ ਸੀ, ਪੁੱਠ ਪੈ ਰਹੀਆਂ ਸੋਨੇ ਦੀਆਂ ਮੂਰਤੀਆਂ ਪੁੰਨ ਕਰਦਾ ਫਿਰਦਾ ਸੀ। ਆਖੇ ਪਾਂਧੇ ਨੇ ਕਿਹਾ, ਦੇਖ ਲੈ ਹੁਣ ਉਹੀ ਪੁੱਠੇ ਪੈਰੀ ਮੁੜੀਆਂ ਆਉਂਦੀਆਂ ਨੇ, ਇਹੋ ਜਿਹੀ ਕੜਮੀ ਜੰਮੀ ਹੈ, ਮਗਰ ਭੈਣਾਂ ਦੇ ਲਾਰੇ ਨੂੰ ਸੱਦਾ ਦੇ ਆਈ ਹੈ, ਤਿੰਨ ਹੋ ਗਈਆਂ। ਨਾ ਨਾ ਕਿਸ਼ਨੀ, ਮੇਰੀਆਂ ਪੋਤੀਆਂ ਕਿਸੇ ਦੇ ਘਰ ਖਾਣ ਨਹੀਂ ਜਾਂਦੀਆਂ, ਇਹਨਾਂ ਦਾ ਭਾਗ ਇਹਨਾਂ ਦੇ ਨਾਲ ਹੈ, ਇਹਨਾਂ ਜੋਗਾ ਰੱਬ ਨੇ ਸਾਨੂੰ ਬਥੇਰਾ ਕੁਛ ਦਿੱਤਾ ਹੋਇਆ, ਤੂੰ ਇਹਨਾਂ ਬਾਰੇ ਕੁਛ ਨਾ ਆਖਿਆ ਕਰ, ਬਾਬਾ ਜੀ ਨੇ ਆਖਿਆ ਸੀ। ਪਤਾ ਲੱਗੂ ਜਦ ਸੜੇ ਜੇ ਜੱਟਾਂ ਮੂਹਰੇ ਹੱਥ ਬੰਨਣੇ ਪਏ, ਇੰਨੀਆਂ ਦੇ ਵਿਆਹ ਕਰਦੇ ਦਾ ਘਰ ਦਾ ਬਾ ਦੂਜੇ ਪਾਸੇ ਲੱਗ ਜੂ। ਲੈ ਹੈ ਅੰਮਾ ਜੀ, ਇਸ ਘਰ ਦੀਆਂ ਧੀਆਂ ਅਗਲੀਆਂ ਪੱਲੇ ਅੱਡ ਅੱਡ ਮੰਗਣੀਆਂ ਨੇ, ਹੱਥ ਬਾਬਾ ਜੀ ਦੇ ਕਿਸੇ ਮੂਹਰੇ ਕਿਉਂ ਬੰਨਣੇ ਨੇ? ਬਾਬਾ ਜੀ ਦੀ ਥਾਂ ਘੁੰਡ ਕੱਢੀ ਭਾਂਡੇ ਮਾਂਜ ਰਹੀ ਸਿਆਮੋ ਨੈਣ ਨੇ ਜਵਾਬ ਦਿੱਤਾ। ਚੱਲ ਕਿਸ਼ਨੀ, ਧੀਆਂ ਪਿੱਛੇ ਜਾਗੀ ਹੱਥ ਬੰਨਦਾ, ਮੈਂ ਬੰਨ ਲੂੰ ਤਾਂ ਕੀ ਆ, ਬਾਬਾ ਜੀ ਨੇ ਕਿਹਾ। ਮਖਾ ਤੇਰਾ ਤਾਂ ਨੈੜਾ ਹੀ ਨਹੀਂ ਲਿਆ ਜਾਂਦਾ, ਵੀਹ ਕੋਹਾਂ 'ਚ ਤੇਰਾ ਨਾਂ ਵੱਜਦਾ, ਕੋਈ ਸਰਕਾਰੋਂ ਦਰਬਾਰੋਂ ਆਏ ਤਾਂ ਪਹਿਲਾਂ ਤੇਰੇ ਘਰ ਆ ਵੜਦਾ, ਹੁਣ ਜਿੱਦਣ ਦੀ ਗੁਲਾਬ ਕੌਰ ਵਿਆਹੀ ਆ ਤੇਰੇ ਤਾਂ ਉਈ ਸਮਾਨ ਕਤੂਰੇ ਭੌਂਕਦੇ ਨੇ, ਤੂੰ ਕਿਸੇ ਨੂੰ ਕੀ ਬਿੱਧਦਾ? ਕਿਸ਼ਨੀ ਬੁੜੀ ਬੋਲੀ। ਦਾਦੀ ਮਾਂ ਪਰੇ ਨੂੰ ਮੂੰਹ ਕਰੀ ਹੱਸ ਰਹੀ ਸੀ। ਸਾਰੇ ਪਿੰਡ 'ਚ ਇੱਕ ਅੰਮਾ ਕਿਸ਼ਨੀ ਸੀ ਜਿਹੜੀ ਬਾਬਾ ਜੀ ਨੂੰ ਇਉਂ ਬੋਲ ਸਕਦੀ ਸੀ। ਇੱਕ ਦਿਨ ਮੇਰੀ ਬੀਬੀ ਨੇ ਸਬਾਤ ਸੰਭਰੀ ਅਤੇ ਕੂੜਾ ਤਬਾਕੜੇ 'ਚ ਪਾ ਕੇ ਮੈਨੂੰ ਆਖਣ ਲੱਗੀ, ਬਾਹਰ ਬੰਦੇ ਬੈਠੇ ਨੇ, ਮੈਂ ਕਿੱਥੇ ਜਾਊਂਗੀ, ਤੂੰ ਇਹ ਵਿਹੜੇ 'ਚ ਸੁੱਟਾ। ਮੈਂ ਆਖਿਆ, ਨਹੀਂ ਮੈਂ ਕੂੜਾ ਨਹੀਂ ਚੁੱਕਣਾ। ਉਹਨੇ ਫੇਰ ਆਖਿਆ, ਮੈਂ ਫੇਰ ਨਾ ਕਰਤੀ। ਉਹਨੇ ਝਿੜਕੇ ਮੱਲੋ ਮੱਲੀ ਕੂੜੇ ਵਾਲਾ ਤਬਾਕੜਾ ਮੈਨੂੰ ਫੜਾ ਤਾ, ਮੈਂ ਆਕੜੀ ਅਕੜਾਈ ਨੇ ਉੱਥੇ ਹੀ ਸੁੱਟਤਾ। ਸੰਭਰੇ ਸੂਹਰੇ ਥਾਂ ਉੱਤੇ ਜਦ ਮੁੜ ਕੂੜਾ ਖਿੰਡ ਗਿਆ, ਉਹਨੇ ਕੱਸ ਕੇ ਮੇਰੇ 'ਤੇ ਥੱਪੜ ਮਾਰਿਆ, ਇੱਕ ਹੋਰ ਮਾਰਿਆ। ਮੈਂ ਐਡੀ ਉੱਚੀ ਰੋਈ ਕਿ ਦਾਦੀ ਮਾਂ ਅੰਦਰੋਂ ਅਤੇ ਬਾਬਾ ਜੀ ਬਾਹਰੋਂ ਨੱਠੇ ਆਏ। ਸਾਰੀ ਗੱਲ ਪਤਾ ਲੱਗਣ 'ਤੇ ਬਾਬਾ ਜੀ ਨੇ ਬਹੁਤ ਗੁੱਸੇ 'ਚ ਆਖਿਆ ਸੀ ਕਿ ਹੀਰਾ ਸਿਉਂ ਦੀ ਧੀ ਨਹੀਂ, ਹਜੂਰਾ ਸਿਉਂ ਦੀ ਪੋਤੀ ਹੈ, ਇਹ ਕੂੜਾ ਚੁੱਕੂਗੀ। ਨਾ ਨਾ ਮੈਂ ਪੁੱਛਦਾ, ਸਾਊ ਤਾਂ ਸਮਝਿਆ ਕੀ ਹੈ ਇਹਨੂੰ? ਅਤੇ ਉਸ ਦਿਨ ਉਹ ਸਾਂਵਲੀ ਸੁਨੱਖੀ ਔਰਤ ਮੇਰੀ ਬੀਬੀ ਫੇਰ ਬਹੁਤ ਰੋਈ ਸੀ। ਜੇ ਦਲੀਪ ਕੌਰ ਕੁੜੀ ਦੀ ਥਾਂ ਮੁੰਡਾ ਹੁੰਦੀ, ਫੇਰ ਨਹੀਂ ਸੀ ਮੈਂ ਕਿਸੇ ਦੇ ਲੈਣ ਦਾ। ਕਾਕਾ ਜਦੋਂ ਦਾ ਸ਼ਰਾਬ ਪੀਣ ਲੱਗ ਪਿਆ, ਸੰਸਾ ਹੀ ਵੱਡ ਵੱਡ ਖਾਈ ਜਾਂਦਾ ਵੀ ਕੀ ਬਣੂ ਇਸ ਘਰ ਦਾ। ਬੜੀ ਉਮਰ ਦੇ ਬਿਛਨੇ ਪਾਂਧੇ ਤੋਂ ਜੰਤਰੀ ਖੁਲਵਾ ਕੇ ਪੁੱਛਾਂ ਪਵਾਉਂਦੇ, ਗ੍ਰਹਿ ਦਿਸ਼ਾ ਪੁੱਛਦੇ ਬਾਬਾ ਜੀ ਆਖ ਰਹੇ ਸਨ, ਅਸਲ 'ਚ ਜਜਮਾਨ ਤੁਹਾਡੇ ਕਰਮਾਂ 'ਚ ਪੁੱਤਰ ਧਨ ਨਹੀਂ ਸੀ, ਇਹ ਤਾਂ ਬਾਬਾ ਮਾੜੂ ਦਾਸ ਨੇ ਆਪਣੇ ਸੇਵਕ ਦੀ ਬੇਨਤੀ ਮੰਨ ਕੇ ਪੁੱਤਰ ਬਖਸ਼ਤਾ, ਅਤੇ ਨਾ ਜਾਣੇ ਕਿਹਦੀ ਆਤਮਾ ਨੂੰ ਦੇਹ ਧਾਰ ਕੇ ਤੁਹਾਡੇ ਘਰ ਪੁੱਤਰ ਬਣ ਜੰਮਣਾ ਪਿਆ। ਹਰ ਆਤਮਾ ਆਪਣੇ ਸੰਸਕਾਰ ਨਾਲ ਲੈ ਕੇ ਆਉਂਦੀ ਹੈ, ਨਹੀਂ ਤਾਂ ਅਜਿਹੇ ਘਰ ਮਾਸ ਸ਼ਰਾਬ ਦਾ ਕੀ ਕੰਮ ਸੀ? ਬਿਸ਼ਨਾ ਪ੍ਰੋਹਤ ਦੱਸ ਰਿਹਾ ਸੀ। ਕੋਈ ਉਪਾਅ ਦੱਸੋ ਮਾਂ ਪ੍ਰੋਹਤ ਜੀ, ਮੂਹਰੇ ਧੀਆਂ ਹੀ ਧੀਆਂ ਹੋ ਗਈਆਂ। ਦਾਦੀ ਮਾਂ ਨੇ ਪੂਜਾ ਦਕਸ਼ਣਾ ਦਾ ਸਿੱਧਾ ਕੋਲ ਧਰਦਿਆਂ ਆਖਿਆ, ਉਪਾਅ ਬਸ ਇਹੀ ਹੈ, ਸਤਵਾਹ ਕਰਾ ਦਿਓ, ਗਊ ਨੂੰ ਪੀੜਾ ਦਿਆ ਕਰੋ, ਇੱਕ ਬਾਸੀ ਰੋਟੀ ਤੇਲ ਨਾਲ ਚੋਪੜ ਕੇ ਕੁੱਤੇ ਨੂੰ ਪਾਇਆ ਕਰੋ, ਪ੍ਰਭੂ ਨੂੰ ਸਿਮਰੋ, ਅਗਲੀ ਦਫ਼ਾ ਲੜਕੇ ਦਾ ਯੋਗ ਹੈ, ਇਸੇ ਦੇ ਹੋ ਜੂ ਮੁੰਡਾ ਜਾਂ ਵਿਆਹ ਹੋਰ ਕਰਨਾ ਪਊ। ਕਈ ਵਾਰੀ ਆਦਮੀ ਦੇ ਕਰਮਾਂ 'ਚ ਤਾਂ ਪੁੱਤਰ ਹੁੰਦਾ, ਤੀਵੀਂ ਦੇ ਨਹੀਂ ਹੁੰਦਾ, ਫਿਰ ਹੋਰ ਵਿਆਹ ਕੀਤਿਆਂ ਹੀ ਪੂਰਾ ਫਟਦਾ। ਦਾਦੀ ਮਾਂ ਨੇ ਪੁੱਛਿਆ, ਇਹ ਫਿਰ ਵਿਚਾਰ ਕੇ ਦੱਸਾਂਗੇ। ਪਰ ਇਹ ਤੁਰੀ ਫਿਰ ਰਹੀ, ਬੀਬੀ ਨੂੰ ਦੇਖ ਸਿਆਣੇ ਪੰਡਿਤ ਨੇ ਗੱਲ ਟਾਲਤੀ, ਅਤੇ ਇੱਕ ਦਿਨ ਰਾਤ ਵੇਲੇ ਪਤਾ ਨਹੀਂ ਕਿਸ ਗੱਲ ਤੋਂ ਖਿਝ ਕੇ ਬਾਪੂ ਜੀ ਤਲਵਾਰ ਕੱਢ ਲਿਆਏ। ਅੱਜ ਤੈਨੂੰ ਜਿਉਂਦੀ ਨਹੀਂ ਛੱਡਣਾ ਆਖ ਜਦੋਂ ਬੀਬੀ ਵੱਲ ਵਧੇ, ਮੈਂ ਕਾਹਲੀ ਨਾਲ ਚੀਕਾਂ ਮਾਰਦੀ ਆਪਣੀ ਬੀਬੀ ਦੇ ਗੱਲ ਨੂੰ ਜਾ ਚੰਬੜੀ।
ਗੁੱਸੇ ਨਾਲ ਮੈਨੂੰ ਧੂੰਦੇ ਰਹੇ ਪਰ ਮੈਂ ਬੀਬੀ ਨੂੰ ਨਹੀਂ ਛੱਡਿਆ। ਇੰਨੇ ਨੂੰ ਚੁਬਾਰੇ ਵਿੱਚੋਂ ਦੀ ਪੌੜੀ ਉਤਰ ਕੇ ਦਾਦੀ ਮਾਂ ਅਤੇ ਕੁਝ ਲੋਕ ਉੱਥੇ ਪਹੁੰਚ ਗਏ। ਦਾਦੀ ਮਾਂ ਨੇ ਤਲਵਾਰ ਖੋਹ ਲਈ, ਬਾਪੂ ਜੀ ਨੂੰ ਗਾਲਾਂ ਵੀ ਕੱਢੀਆਂ। ਨਿੱਜ ਹੋਇਆ ਗਏ ਘਰ ਦਿਆ, ਧਰਤੀ 'ਤੇ ਤੀਵੀਂ 'ਤੇ ਕੀ ਹੱਥ ਚੁੱਕਣਾ ਹੋਇਆ, ਨਾਲੇ ਦੁਸ਼ਟਾ ਭਜਨ ਪਾਠ ਕਰਨ ਵਾਲੀ ਹੈ, ਪੱਟੇ ਜਾਵਾਂਗੇ, ਹਾਂ ਪੈਜੂ, ਦਰਗਾਹੋਂ ਧੱਕਿਆ ਜਾਵੇਂਗਾ। ਇਹ ਤਾਂ ਇਸ ਪਟੀਟੋ ਜੀ ਨੇ ਪੇਸ਼ ਨਹੀਂ ਜਾਣ ਦਿੱਤੀ, ਨਹੀਂ ਦੱਸਦਾ ਅੱਜ ਇਹਨੂੰ ਪਤਾ। ਬਾਪੂ ਜੀ ਨੇ ਤਲਵਾਰ ਪਰੇ ਸੁੱਟਦਿਆਂ ਕੋਟ ਪਾ ਕੇ ਬਾਹਰ ਨੂੰ ਜਾਂਦਿਆਂ ਕਿਹਾ, ਲੈ ਦੇਖਿਆ ਫਿਰ ਇਹਨੂੰ ਕਹਿੰਦੇ ਨੇ ਆਪਣਾ ਖੂਨ, ਮਰਨੋਂ ਨਹੀਂ ਡਰੀ, ਮੂਹਰੇ ਹੋ ਗਈ। ਸ਼ਰਾਬੀ ਬੰਦਾ ਤਾਂ ਭੂਤ ਹੁੰਦਾ, ਨਾਲੇ ਇਹਦਾ ਕਿਸੇ ਨੇ ਕੀ ਵਿਗਾੜ ਲੈਣਾ ਸੀ। ਪੁਲਿਸ ਇਹਨਾਂ ਦੀ ਘਰ ਦੀ, ਜੱਗੋਂ ਜਾਂਦੀ ਜੱਟ ਦੀ ਧੀ ਜਾਂਦੀ, ਕਿਸ਼ਨੀ ਬੁੜੀ ਉੱਚੀ ਉੱਚੀ ਆਖ ਰਹੀ ਸੀ। ਬਾਬਾ ਜੀ ਨੂੰ ਵਾਂਢੇ ਆਇਆਂ ਨੂੰ ਜਦੋਂ ਮੈਂ ਸਾਰੀ ਗੱਲ ਦੱਸੀ, ਉਹ ਸਿਰ ਫੜ ਕੇ ਬੈਠ ਗਏ। ਹੁਣ ਨਹੀਂ ਕੋਈ ਟਿਕਾਣਾ ਇਸ ਘਰ ਦਾ, ਮੇਰੇ ਖਿਆਲ ਹੈ ਇਹਦਾ ਆਪਾਂ ਹੋਰ ਵਿਆਹ ਕਰ ਦਈਏ, ਅਜਿਹੇ ਘਰ ਜਿੱਥੇ ਅਗਲੀ ਦੇ ਪੰਜ ਚਾਰ ਭਾਈ ਹੋਣ, ਨਾਲੇ ਕੁੜੀ ਹੋਵੇ ਸੁਨੱਖੀ ਜਿਹੜੀ ਇਹਨੂੰ ਕਾਬੂ 'ਚ ਰੱਖੇ। ਬਾਬਾ ਜੀ ਨੇ ਬੀਬੀ ਨੂੰ ਅਤੇ ਦਾਦੀ ਮਾਂ ਨੂੰ ਸੱਦ ਕੇ ਸਲਾਹ ਕੀਤੀ, ਜਿਵੇਂ ਤੁਹਾਡੀ ਮਰਜ਼ੀ ਕਰ ਲਓ, ਬੀਬੀ ਨੇ ਰੋ ਕੇ ਆਖਿਆ। ਉਸ ਦਿਨ ਨਿੱਕੀਆਂ ਨਿੱਕੀਆਂ ਕੁੜੀਆਂ ਨਾਲ ਖੇਡਦਿਆਂ ਮੈਂ ਦੱਸਿਆ ਮੇਰੇ ਬਾਪੂ ਜੀ ਦਾ ਅਸੀਂ ਇੱਕ ਹੋਰ ਵਿਆਹ ਕਰਾਂਗੇ। ਅੰਗ ਚੌਥਾ। ਉਸ ਦਿਨ ਤੋਂ ਪਿੱਛੋਂ ਮੈਂ ਬਾਪੂ ਜੀ ਦੇ ਕੋਲ ਨਹੀਂ ਸੀ ਜਾਂਦੀ, ਗੱਲ ਨਹੀਂ ਸੀ ਕਰਦੀ, ਉਹਨਾਂ ਦੀ ਗੱਲ ਦਾ ਜਵਾਬ ਨਹੀਂ ਸੀ ਦਿੰਦੀ। ਪਰ ਇੱਕ ਦਿਨ ਉਹ ਮਖਾਣੇ, ਖੰਡ ਖੇਲਣੇ ਅਤੇ ਇੱਕ ਰਬੜ ਦੀ ਗੁੱਡੀ ਮੇਰੇ ਲਈ ਲੈ ਕੇ ਆਏ। ਆਖਣ ਲੱਗੇ, ਇਹ ਮੇਮ ਦੀ ਬੱਚੀ, ਸੁਣ ਸੁਣ ਮੇਮ ਦੀ ਬੱਚੀ। ਉਹ ਬੀਬੀ ਦੇ ਸਾਂਵਲੇ ਰੰਗ ਤੋਂ ਉਹਨੂੰ ਸੁਣਾਉਣ ਦੇ ਮਾਰੇ ਆਖਦੇ ਹੁੰਦੇ ਸੀ। ਮੈਂ ਨਹੀਂ ਲੈਣੀਆਂ ਚੀਜ਼ਾਂ, ਮੈਂ ਦੂਰੋਂ ਜਵਾਬ ਦਿੱਤਾ। ਗੱਲ ਤਾਂ ਸੁਣ, ਉਹਨਾਂ ਫਿਰ ਆਖਿਆ, ਨਹੀਂ ਸੁਣਨੀ, ਮੈਂ ਉੱਤਰ ਦਿੱਤਾ। ਬੜੀ ਵਧੀਆ ਗੱਲ ਦੱਸਣ ਲੱਗਿਆ, ਵੀ ਇਹ ਤਾਂ ਤੇਰੀ ਕਾਲੀ ਜੀ ਬੀਬੀ ਹੈ ਨਾ, ਹੁਣ ਇੱਕ ਸੋਹਣੀ ਜੀ ਬੀਜੀ ਲਿਆਵਾਂਗੇ। ਇਹ ਆ ਕੇ ਬਾਪੂ ਜੀ ਉੱਪਰ ਚੁਬਾਰੇ 'ਚ ਚਲੇ ਗਏ। ਬਾਹਰੋਂ ਦੁੱਧ ਵਾਲੇ ਜੂਠੇ ਗਲਾਸ 'ਤੇ ਖਾਲੀ ਜੱਗ ਲਈ ਆਉਂਦੇ ਸਨ ਅਤੇ ਨਾਈ ਨੇ ਦਾਦੀ ਮਾਂ ਨੂੰ ਆਖਿਆ, ਮੋਹਰਾਂ ਧਰ ਗਏ ਹੱਥ, ਵਿਆਹ ਆਖਦੇ ਸੀ, ਕਢਾ ਕੇ ਭੇਜ ਦਿਓ। ਬੀਬੀ ਉੱਥੇ ਰਸੋਈ 'ਚ ਗੋਡਿਆਂ 'ਚ ਸਿਰ ਦੇ ਕੇ ਰੋਣ ਲੱਗ ਪਈ, ਨਹੀਂ ਫਿੱਟੇ ਮੂੰਹ ਤੇਰੇ, ਹੋਰ ਸਾਨੂੰ ਔਤ ਰੱਖਣਾ, ਉੱਧਰੋਂ ਮੁੰਡੇ ਦੇ ਕਿਹੜੇ ਚਾਲੇ ਹੁੰਦੇ ਜਾਂਦੇ ਨੇ, ਉੱਤੋਂ ਜੁਲਕਦੀ ਹੈ, ਦਾਦੀ ਮਾਂ ਨੇ ਬੀਬੀ ਨੂੰ ਆਖਿਆ। ਉਸ ਰਾਤ ਬੀਬੀ ਨੇ ਰੋਟੀ ਨਹੀਂ ਖਾਧੀ, ਬਾਪੂ ਜੀ ਦੋਸਤਾਂ ਮਿੱਤਰਾਂ ਨਾਲ ਚੁਬਾਰੇ 'ਚ ਸ਼ਰਾਬ ਪੀਂਦੇ ਰਹੇ। ਬਾਬਾ ਜੀ ਬਿਸ਼ਨੇ ਪਰੋਤ ਕੋਲ ਚਲੇ ਗਏ। ਉਸ ਰਾਤ ਹਨੇਰੇ ਪਏ, ਬੀਬੀ ਨੇ ਮਲਕ ਦੇ ਕੇ ਮੇਰੇ ਕੋਲ ਜਾ ਕੇ ਆਖਿਆ, ਮੇਰੇ ਨਾਲ ਆਈ ਸਰ। ਅੰਮਾ ਜੀ ਮੈਂ ਦਿਨੇ ਨਾਈਆਂ ਵਾਲੇ ਚੁਬਾਰੇ ਦਾ ਜੰਦਰਾ ਖੁੱਲ੍ਹਾ ਭੁੱਲ ਆਈ ਸੀ, ਲਾਮ ਆਖ ਉਹ ਮੈਨੂੰ ਨਾਲ ਲੈ ਕੇ ਪੌੜੀ ਚੜ੍ਹ ਆਈ। ਨਾਈਆਂ ਵਾਲਾ ਚੁਬਾਰਾ ਉਹਨੂੰ ਇਸ ਲਈ ਆਖਦੇ ਸੀ ਕਿਉਂਕਿ ਉਹਦੇ ਪਰਲੇ ਪਾਸੇ ਨਾਈਆਂ ਦਾ ਘਰ ਸੀ। ਨਾਈਆਂ ਵਾਲੇ ਚੁਬਾਰੇ ਦੀ ਪਿਛਲੀ ਬਾਰੀ ਦੇ ਵਿੱਚੋਂ ਲੰਘ ਕੇ ਬੀਬੀ ਨੇ ਨੀਵੇਂ ਕੱਚੇ ਘਰ ਦੇ ਮੂੰਘੇ 'ਚ ਝੁੱਕ ਕੇ ਦਬਵੀਂ ਆਵਾਜ਼ 'ਚ ਹਾਕ ਮਾਰੀ, ਅੰਮਾ ਜੀ ਸ਼ਿਆਮੋ, ਅੰਮਾ ਜੀ ਜ਼ਰਾ ਉੱਤੇ ਆਇਓ ਛੇਤੀ। ਸ਼ਿਆਮੋ ਨੈਣ ਭਾਵੇਂ ਜਵਾਨ ਸੀ ਪਰ ਉਹ ਬੀਬੀ ਦੇ ਵੱਡੇ ਥਾਂ ਲੱਗਦੀ ਸੀ, ਸ਼ਾਇਦ ਅਜਿਹੀਆਂ ਗੱਲਾਂ ਨੂੰ ਜਾਣਦੀ ਸੀ। ਝੱਟ ਡੰਡਿਆਂ ਵਾਲੀ ਪੌੜੀ ਚੜ੍ਹ ਕੇ ਉੱਤੇ ਆ ਗਈ। ਲੋਕ ਵੀ ਇੰਨੇ ਹੋਏ ਫਿਰਦੇ ਨੇ, ਜਾਇਦਾਦ ਨੂੰ ਸਭ ਤਫੀਕਾਂ ਨੇ, ਤੇਰੇ ਬਾਬਾ ਜੀ ਨੇ ਆ ਕੇ ਜਦੋਂ ਦੱਸਿਆ ਮੇਰੇ ਤਾਂ ਪੈਰਾਂ ਹੇਠੋਂ ਜਾਣੀ ਮਿੱਟੀ ਨਿਕਲ ਗਈ। ਸਿਆਮੋ ਆਉਂਦਿਆਂ ਹੀ ਆਖਣ ਲੱਗੀ, ਅੰਮਾ ਜੀ ਹਾੜੇ ਮੇਰਾ ਇੱਕ ਕੰਮ ਕਰੋ, ਆਹ ਲਓ ਫੜੋ 2 ਰੁਪਈਏ, ਛੋਕਰੀ ਕਿਹੜਾ ਮੇਰੇ ਮਾਮੇ ਨੂੰ ਪਤਾ ਅੱਪੜਦਾ ਕਰ ਦੇਣ। ਬਾਬਾ ਜੀ ਉਹਨੂੰ ਆਖਣ ਪਟਿਆਲੇ ਪਹੁੰਚੇ ਪਰ ਭਾਫ ਨਾ ਕਿਸੇ ਕੋਲ ਨਿਕਲੇ, ਰੁਪਈਏ ਭਾਵੇਂ ਰਹਿਣ ਦੇ, ਬਾਬਾ ਜੀ ਤੇਰਾ ਜਾਓ, ਸਾਨੂੰ ਤਾਂ ਭਾਈ ਸਾਰੇ ਇੱਕੋ ਜਿਹੇ ਹੋ, ਪਰ ਗਾਹਾਂ ਨਾ ਪਤਾ ਲੱਗੇ, ਇਹ ਬੁੜੇ ਤਾਂ ਤੁਹਾਡੇ ਨੇ ਸਾਨੂੰ ਪਿੰਡੋਂ ਉਜਾੜ ਦੇਣਾ, ਸਵੇਰੇ ਜਾਉਣਗੇ ਬਾਬਾ ਜੀ। ਬੀਬੀ ਨੇ ਉਹਦੀ ਗੱਲ ਵੱਲ ਧਿਆਨ ਨਾ ਦਿੰਦਿਆਂ ਆਖਿਆ, ਲੈ ਹੁਣੇ ਜਾਓ, ਛੋਕਰਾਂ ਕਿਹੜਾ ਦੂਰ ਹੈ, 1.5 ਕੋਹ ਬਾਟ ਆ ਸਾਰੀ, ਨਾਲੇ ਕਿਸੇ ਨੂੰ ਪਤਾ ਨਹੀਂ ਲੱਗੋ। ਹਾੜੇ ਅੰਮਾ ਜੀ ਇਹ ਕੰਮ ਤਾਂ ਜ਼ਰੂਰ ਕਰੋ, ਆਖ ਬੀਬੀ ਕਾਹਲੀ ਨਾਲ ਪਰਤ ਕੇ ਚੁਬਾਰੇ ਨੂੰ ਜੰਦਰਾ ਮਾਰ ਕੇ ਮੇਰੇ ਨਾਲ ਹੇਠਾਂ ਆ ਗਈ। ਤੈ ਤਾਂ ਜੰਦਰਾ ਲਾਉਣ ਨੂੰ ਬੜੇ ਹੀ ਲਾਤਾ, ਦਾਦੀ ਮਾਂ ਨੇ ਪੁੱਛਿਆ, ਕੁੰਜੀ ਗਿਰ ਪਈ ਸੀ ਹਨੇਰੇ 'ਚ, ਮਸਾਂ ਹੱਥ ਮਾਰ ਮਾਰ ਕੇ ਟੋਲੀ, ਬੀਬੀ ਨੇ ਝੂਠ ਬੋਲਿਆ। ਅਗਲੇ ਦਿਨ ਬੀਬੀ ਨੇ ਮੈਨੂੰ ਦੱਸਿਆ, ਦੂਜੀ ਆ ਜਾਊ ਤਾਂ ਮੈਨੂੰ ਤਾਂ ਇਹ ਪੇਕੀ ਭੇਜ ਦੇਣਗੇ, ਤੇਰੇ ਕੋਲੋਂ ਵੀ ਉਹ ਜੂਠੇ ਭਾਂਡੇ ਮਜਵਾਇਆ ਕਰੂ। ਅਤੇ ਉਸ ਦਿਨ ਬੀਬੀ ਦੀ ਸਹੇਲੀ ਸੋਧਾਂ ਫੁਲਕਾਰੀ 'ਚ ਬੂਟੀਆਂ ਦਾ ਨਮੂਨਾ ਪਾਉਣ ਦੇ ਬਹਾਨੇ ਕੋਲ ਬੈਠੀ ਜਦੋਂ ਪੁੱਛ ਰਹੀ ਸੀ, ਸੁਣਿਆ ਸਾਕ ਲੈ ਲਿਆ, ਤਾਂ ਬੀਬੀ ਨੇ ਅੱਖਾਂ ਭਰ ਕੇ ਹੌਲੀ ਦੇ ਕੇ ਇਹ ਆਖਿਆ, ਮੈਂ ਤਾਂ ਕਹਿੰਦੀ ਹਾਂ ਜੇ ਰੱਬ ਦੇ ਘਰ ਕਿਧਰੇ ਇਨਸਾਫ਼ ਹੈ ਤਾਂ ਇਹਨਾਂ ਦੀਆਂ ਧੀਆਂ ਬੇਟੀਆਂ ਦੇ ਅੱਗੇ ਆਉਣ, ਹੈ ਨਹੀਂ ਚੰਦਰੀਏ, ਮੈਂ ਮਰ ਜਾ ਉਹ ਨਾ ਆਖ, ਇਹਨਾਂ ਧੀਆਂ ਬੇਟੀਆਂ 'ਚ ਤੇਰੀਆਂ ਧੀਆਂ ਵੀ ਤਾਂ ਆਉਂਦੀਆਂ ਨੇ, ਧੀਆਂ ਤਾਈ ਸੋਧਾ ਨੇ ਆਖਿਆ, ਇਹਨਾਂ ਨੂੰ ਸੇਕ ਤਾਂ ਹੀ ਲੱਗੂ, ਮੇਰੀ ਤਾਂ ਨਿਗਾਹ ਹੁਣ ਘੱਟਦੀ ਜਾਂਦੀ ਹੈ, ਲੈ ਅੰਨੇ ਦਾ ਘੋੜਾ ਨਹੀਂ ਦਿੰਦਾ।
ਭਰਾ ਮਰਿਆ ਜਿੱਦਣ ਦਾ ਰੋ ਰੋ ਕੇ ਅੱਖਾਂ ਗਾਲ ਲੀਆਂ। ਅੱਖਾਂ ਨੂੰ ਵੀ ਕੀ ਦੋਸ਼ ਹੈ, ਆਪੇ ਭਰ ਭਰ ਆਉਂਦੀਆਂ ਨੇ। ਕੁੜੇ ਜਦੋਂ ਅੰਮਾ ਜਾਇਆ ਤੁਰ ਜੇ ਜੱਗ ਤੋਂ ਸੀਰ ਹੀ ਮੁੱਕ ਜੇ। ਸੋਧਾ ਨੇ ਦਾਦੀ ਮਾਂ ਨੂੰ ਦੇਖ ਕੇ ਗੱਲ ਬਦਲੀ ਸੀ, ਪਰ ਭਰਾ ਦੀ ਗੱਲ 'ਤੇ ਉਹ ਰੋ ਪਈ। ਬਸ ਬੇਬੇ, ਰੱਬ ਦੀਆਂ ਮਰਜ਼ੀਆਂ ਨੇ। ਜਿੱਦਣ ਕੜੀ ਅਰਗੇ ਜਵਾਨ 20 ਸਾਲ ਦੇ ਭਰਾ ਦੀ ਲੋਥ ਨਾਭਿਓਂ ਲੈ ਕੇ ਆਏ ਸੀ, ਮੈਂ ਆਖਦੀ ਸੀ ਬਿਸ਼ਨ ਬਿਨਾਂ ਜਿਉਵਾਂਗੇ ਕਿਵੇਂ। ਬਾਪੂ ਕੰਧਾਂ ਨਾਲ ਟੱਕਰਾਂ ਮਾਰਦਾ ਸੀ, ਫਿਰ ਦੇਖ ਲੈ ਸਭ ਕੁਛ ਉਵੇਂ ਕਰੀਦਾ, ਬਸ ਉਸੇ ਦਾ ਛੁੱਟ ਗਿਆ ਜਿਹੜਾ ਤੁਰ ਗਿਆ। ਬੀਬੀ ਆਪਣੇ ਭਰਾ ਦੀ ਗੱਲ ਕਰਕੇ ਰੋ ਪਈ। ਸਾਕ ਕਰਾਇਆ ਕਿਹੜੇ ਰੁੜ ਜਾਣੇ ਨੇ, ਤੇਰੇ ਜੇਠ ਨੂੰ ਆਖਾਂ ਪਤਾ ਕਰੇ। ਦਾਦੀ ਮਾਂ ਦੇ ਇੱਧਰ ਉੱਧਰ ਹੋਣ 'ਤੇ ਸੋਧਾ ਨੇ ਹੌਲੀ ਦੇ ਕੇ ਪੁੱਛਿਆ, ਰਹਿਣ ਦੇ ਬੇਬੇ, ਐਵੇਂ ਵਾਧੂ ਤੁਹਾਡੇ ਮਗਰ ਪੈ ਜਾਣਗੇ, ਆਪਣੇ ਆਪਣੇ ਕਰਮ ਭੋਗਣੇ ਨੇ। ਜਾ ਵੱਡਾ ਰੱਬ ਹੀ ਭੁੱਲ ਜਾਂਦਾ, ਜਿੱਥੇ ਪੱਥਰ ਦੇਈ ਜਾਂਦਾ ਇੱਕ ਜਵਾਕ ਦੇ ਦਿੰਦਾ। ਕੁੜੇ ਐਤਕੀ ਆਪਾਂ ਸਿਆਵੜੇ ਵਾਲੇ ਪਾਂਧੇ ਤੋਂ ਪੁੱਛ ਪਵਾਵਾਂਗੇ। ਕੀ ਪਿਆ ਬੇਬੇ ਪੁੱਛਾਂ 'ਚ, ਆਪਣੇ ਪ੍ਰੋਹਤ ਨਾਲੋਂ ਤਾਂ ਨਹੀਂ ਕੋਈ ਸਿਆਣਾ, ਬ੍ਰਹਮਚਾਰੀ ਹੈ, ਵੇਦਾਂ ਦਾ ਗਿਆਤਾ ਹੈ, ਫਿਰ ਵੀ ਟੇਵਾ ਠੀਕ ਨਹੀਂ ਲੱਗਦਾ। ਐਤਕੀ ਆਖਦਾ ਸੀ ਪੱਥਰ 'ਤੇ ਲੀਕ ਹੈ, ਮੁੰਡਾ ਹੋ ਗਈ ਫਿਰ ਕੁੜੀ। ਕੁੜੇ ਬਾਬੇ ਸ਼ਹੀਦਾਂ ਦੀ ਸੌਖੀ ਸੁੱਖ ਲੈ, ਬਥੇਰੀਆਂ ਸੁੱਖੀਆਂ ਨੇ, ਬੋੜਦੇ ਹੀ ਨਹੀਂ ਬਾਬੇ ਕਿਤੇ। ਐਤਕੀ ਕਾਦਸੀ ਨੂੰ ਮਾੜੂ ਦਾਸ ਦੀ ਗੁਫਾ 'ਤੇ ਚੱਲਾਂਗੇ, ਦੇਖੀ ਜਾਊ ਬੇਬੇ। ਕੁੜੇ ਕਿਉਂ ਜੀ ਬੁਰਾ ਕਰਦੀਆਂ, ਚੱਲ ਉਹ ਜਾਣੇ, ਦੋ ਦੋ ਕਿਹੜਾ ਹੁੰਦੀਆਂ ਨੇ, ਇਦੋਂ ਤਾਂ ਰੱਬ ਚੱਕ ਲਏ। ਨਾ ਨਹੀਂ ਇਉਂ ਨਾ ਆਖ ਚੰਦਰੀਏ, ਮਾਵਾਂ ਬਿਨਾਂ ਧੀਆਂ ਦਾ ਕੁਛ ਨਹੀਂ ਬਣਦਾ, ਮਾਂ ਹੋ ਕੇ ਵੀ ਇਹਨਾਂ ਦਾ ਕੀ ਸਵਾਰਨਾ। ਇਉਂ ਕਿਉਂ ਕਹਿੰਦੀ ਹੈ, ਮਾਂ ਤਾਂ ਭਾਵੇਂ ਭੱਠ ਝੁੱਕਣੀ ਹੋਵੇ, ਉਹ ਵੀ ਧੀਆਂ ਪੁੱਤਾਂ ਨੂੰ ਲੋੜ ਹੁੰਦੀ ਹੈ। ਕਈ ਵਾਰੀ ਚਿੱਤ ਕਰਦਾ ਕਿਸੇ ਖੂਹ ਖਾਤੇ 'ਚ ਡੁੱਬ ਕੇ ਮਰ ਜਾਂ, ਪਰ ਫਿਰ ਸੋਚਦੀ ਹਾਂ ਮਨਾ, ਇਹਨਾਂ ਦਾ ਤਾਂ ਕੁਛ ਨਹੀਂ ਜਾਣਾ, ਹੋਰ ਵਿਆਹ ਲਿਆਉਣਗੇ ਜਾਂ ਮੇਰੇ ਮਾਪਿਆਂ ਨੂੰ ਮਿਹਣਾ ਹੋਊ, ਬਈ ਇਹਨਾਂ ਦੀ ਧੀ ਖਬਰ ਨਹੀਂ ਕਿਹੋ ਜਿਹੀ ਸੀ ਜਿਹਨੇ ਖੂਹ ਖਾਤਾ ਗੰਦਾ ਕੀਤਾ, ਜਾਂ ਮੇਰੀਆਂ ਧੀਆਂ ਨੂੰ ਲੋਕ ਕਹਿਣਗੇ ਬਈ ਇਹਨਾਂ ਦੀ ਮਾਂ ਇਹੋ ਜਿਹੀ ਸੀ। ਬੀਬੀ ਨੇ ਬਹੁਤ ਉਦਾਸ ਹੋ ਕੇ ਦੱਸਿਆ। ਅੱਜ ਵੀ ਮੈਂ ਬੀਬੀ ਅਤੇ ਤਾਈ ਸੋਧਾ ਨੂੰ ਆਪਣੇ ਜ਼ਿਹਨ ਵਿੱਚ ਗੱਲਾਂ ਕਰਦਿਆਂ ਦੇਖ ਸਕਦੀ ਹਾਂ, ਸੁਣ ਸਕਦੀ ਹਾਂ। ਫਿਰ ਤੇਰੇ ਭਜਨ ਪਾਠ ਕਰਨ ਦਾ ਕੀ ਫਾਇਦਾ ਜੇ ਸਾਡੇ ਅਨਪੜ੍ਹਾਂ ਢੋਲ ਡੰਗਰਾਂ ਵਾਂਗੂ ਹੀ ਤੈਂ ਸੋਚਣਾ। ਚੱਲ ਸੁੱਖ ਲੈ, ਮਲੇਰਕੋਟਲੇ ਲਾਲਾਂ ਵਾਲੇ ਪੀਰ ਦਾ ਰੋਟ, ਵੀ ਮੇਰੇ ਆਦਮੀ ਦਾ ਵਿਆਹ ਨਾ ਹੋਵੇ, ਨੰਗੇ ਪੈਰੀ ਰੋਟ ਚੜ੍ਹਾਉਣਾ ਵਾ। ਲੈ ਵਿਚਾਰਾ ਲਾਲਾਂ ਵਾਲਾ ਪੀਰ ਇੱਥੇ ਕੀ ਕਰ ਲੂ, ਲੋਕ ਅੰਨੇ ਹੋਏ ਫਿਰਦੇ ਨੇ, ਉਹਤੋਂ ਮੂਹਰੇ ਉਹਤੋਂ ਮੂਹਰੇ। ਚੰਗਾ ਚੱਲਦੀਆਂ ਜੀਤੋਂ ਉਡੀਕਦੀ ਹੋਊ, ਡੋਗਰ ਸਿਉਂ ਦਾ ਵੀ ਆਉਣ ਦਾ ਵੇਲਾ ਹੋ ਗਿਆ, ਮਲੌਦ ਪੜਨ ਗਿਆ ਹੋਇਆ। ਦਾਦੀ ਮਾਂ ਨੂੰ ਉੱਧਰ ਤੁਰੀ ਆਉਂਦੀ ਦੇਖ ਤਾਈ ਸੋਧਾ ਨੇ ਆਖਿਆ ਤੂੰ ਉੱਠ ਖੜੀ ਹੋਈ, ਬਸ ਕਰ ਬਹੂ, ਐਰ ਵੈਰ ਮਿਲਦੇ ਨੇ, ਜਾਨਵਰਾਂ ਦੀਆਂ ਅੱਖਾਂ ਵਿੰਨੀ ਦੀਆਂ, ਇਸ ਵੇਲੇ ਤਾਂ ਚੱਲਦੇ ਦਰਿਆ ਵੀ ਖੜ ਜਾਂਦੇ ਨੇ। ਦਾਦੀ ਮਾਂ ਨੇ ਬੀਬੀ ਨੂੰ ਫੁਲਕਾਰੀ ਕੱਢਣ ਤੋਂ ਰੋਕਦਿਆਂ ਆਖਿਆ, ਅਸਲ 'ਚ ਉਹਨਾਂ ਨੂੰ ਸੋਧਾ ਦਾ ਇਉਂ ਬੀਬੀ ਦੇ ਗੋਡੇ ਮੁੱਢ ਬੈਠਣਾ ਚੰਗਾ ਨਹੀਂ ਸੀ ਲੱਗਦਾ। ਤਾਈ ਸੋਧਾ ਵੀ ਸਮਝਦੀ ਸੀ, ਉਹ ਤਾਂ ਬੀਬੀ ਦੀ ਖਾਤਰ ਆਈ ਸੀ। ਚੰਗਾ ਅੰਮਾ ਜੀ, ਮੱਥਾ ਟੇਕਦੀਆਂ ਆਖ ਕੇ ਫੁਲਕਾਰੀ ਬੋਹੀਏ 'ਚ ਧਰ ਕੇ ਬੋਹੀਆ ਹੱਥ 'ਚ ਫਾੜੋ ਚਲੀ ਗਈ। ਇਸ ਪੈਲਣ ਜੀ ਵੀ ਨਿੱਤਾ ਬੈਠਦੀ ਹੈ, ਉਪਰੋਂ ਜਮਾਂ ਮਿੱਠੀ ਗੁੜ ਅਰਗੀ, ਵਿੱਚੋਂ 36 ਪੱਤਣਾਂ ਦੀ ਤਾਰੂ, ਆਪਣੇ ਘਰ ਦੀ ਮਜਾਲ ਹੈ, ਬਾਹਰ ਭਾਫ ਵੀ ਕੱਢ ਜੇ, ਘਰ ਭਾਵੇਂ ਭੁੱਖੇ ਬੈਠੇ ਰਹਿਣ ਪਰ ਦੂਜਿਆਂ ਦੇ ਕੰਧਾਂ ਕੌਲਿਆਂ ਤੋਂ ਵੀ ਮੁਸ਼ਕਲ ਆਉਂਦੀ ਫਿਰੋ। ਦਾਦੀ ਮਾਂ ਆਪ ਮੁਹਾਰੀ ਬੋਲੀ ਜਾ ਰਹੀ ਸੀ, ਤੂੰ ਉੱਠ ਕੇ ਦੀਵਾ ਡੰਗ, ਦੋ ਵੇਲਿਆਂ 'ਤੇ ਇੱਕ ਵੇਲਾ ਮਿਲਦਾ, ਆਪਣੇ ਘਰ ਦੀ ਸੁੱਖ ਮਨਾ, ਮਾਂ ਹੁੰਦੀ ਤਾਂ ਕੋਈ ਲੱਖਣ ਦਿੰਦੀ, ਧਰੀ ਪਈ ਸੀ ਸਾਡੇ ਕਰਮਾਂ 'ਚ। ਪਿੱਪਲ ਵਾਲਿਆਂ ਦੀ ਬਹੂ ਦੇ ਆਉਂਦੀ ਦੇਈ ਦੋ ਮੁੰਡੇ ਹੋ ਗਏ, ਵੀ ਜਿਨ੍ਹਾਂ ਦੇ ਭਾਗ ਚੰਗੇ ਨੇ, ਦਾਦੀ ਮਾਂ ਬੀਬੀ ਨੂੰ ਸੁਣਾ ਰਹੀ ਸੀ। ਮੂੰਹ 'ਚ ਪਾਠ ਕਰਦੀ ਬੀਬੀ ਦੀਵੇ 'ਚ ਤੇਲ ਪਾਉਣ ਲੱਗੀ। ਅਗਲੇ ਦਿਨ ਪਟਿਆਲੇ ਵਾਲੇ ਭੂਆ ਜੀ ਫੁੱਫੜ ਜੀ ਆ ਗਏ, ਬੀਬੀ ਭੂਆ ਜੀ ਦੇ ਪੈਰੀਂ ਹੱਥ ਲਾਉਂਦੀ ਫੇਰ ਰੋ ਪਈ। ਰਾਤ ਨੂੰ ਜਦੋਂ ਖਾ ਪੀ ਹਟੇ, ਮਿਲਣ ਗਿਲਣ ਵਾਲੇ ਵੀ ਘਰੋ ਘਰੀ ਤੁਰ ਗਏ। ਛੋਕਰਾਂ ਵਾਲੇ ਬੀਬੀ ਦੇ ਮਾਮੇ ਨੇ ਫੁੱਫੜ ਜੀ ਦੇ ਸਾਹਮਣੇ ਭੂਆ ਜੀ ਅਤੇ ਮਾਂ ਦੇ ਬੈਠਿਆਂ ਬਾਬਾ ਜੀ ਨਾਲ ਗੱਲ ਤੋਰੀ, ਆਖਣ ਲੱਗੇ, ਸਰਦਾਰ ਜੀ ਮੇਰੀ ਤੁਹਾਡੇ ਅੱਗੇ ਇੱਕ ਹੱਥ ਬੰਨ ਕੇ ਬੇਨਤੀ ਹੈ। ਦੇਖ ਸਰਦਾਰ, ਸੌਣ ਸਿਆਂ ਗੱਲ ਇਹ ਹੈ ਵੀ ਕਾਕੇ ਦਾ ਵਿਆਹ ਤਾਂ ਅਸੀਂ ਜ਼ਰੂਰ ਕਰਨਾ, ਹੋਰ ਤੂੰ ਜੋ ਆਖਣਾ ਆਖ ਲੈ। ਬਾਬਾ ਜੀ ਨੇ ਵਿੱਚੋਂ ਹੀ ਗੱਲ ਟੋਕ ਕੇ ਆਖਿਆ, ਦੇਖੋ ਸਰਦਾਰ ਜੀ, ਮੈਂ ਵੀ ਚਾਹੁੰਦਾ ਇਹ ਘਰ ਤੁਰਦਾ ਰਹੇ, ਮੈਂ ਵੀ ਚਾਹੁੰਦਾ ਇਸ ਘਰ 'ਚ ਵਾਧਾ ਹੋਏ, ਪਰ ਜੇ ਤਾਂ ਕੋਈ ਬੱਚਾ ਹੋਇਆ ਹੀ ਨਾ ਹੋਵੇ ਫਿਰ ਤਾਂ ਤੁਸੀਂ ਆਖੋ, ਧੀ ਜਾਂ ਪੁੱਤ ਇਹ ਤਾਂ ਰੱਬ ਦੀ ਮਰਜ਼ੀ ਹੈ, ਉਹਦੀ ਦਾਤੇ ਦੀ ਮਰਜ਼ੀ ਹੋਵੇ ਤਾਂ ਧੀ ਦੇ ਥਾਂ ਪੁੱਤ ਵੀ ਦੇ ਸਕਦਾ। ਦੇਖਣਾ ਸੌਣ ਸਿਆਂ, ਮੇਰਾ ਹੁਣ ਕੀ ਪਤਾ, ਬੈਠਾ ਰਹਾਂ ਭਾਵੇਂ 20 ਵਰੇ ਬੈਠਾ ਰਹਾਂ, ਉੱਤੋਂ ਸਰਦਾਰ ਥੋੜ੍ਹਾ ਨੇ ਜੋ ਰੱਬ ਜੋ ਰੱਥ ਫੜੇ ਨੇ ਜਾਣਦੇ ਹੀ ਹਾਂ, ਚਾਹੁੰਦਾ ਸੀ ਇੱਕ ਮੁੰਡਾ ਹੋ ਜਾਵੇ, ਸਭ ਕੁਛ ਉਹਦੇ ਨਾਂ ਕਰ ਜਾ, ਨਹੀਂ ਇਹਨੇ ਤਾਂ ਘਰ ਉਜਾੜ ਦੇਣਾ। ਮੈਂ ਇਹ ਨਹੀਂ ਕਹਿੰਦਾ ਵੀ ਦੂਜੇ ਦੇ ਮੁੰਡੇ ਨੂੰ ਹੀ ਦੇ ਜਾਂ ਸਭ ਕੁਛ, ਜਿਹਦੇ ਵੀ ਹੋ ਜਾਵੇ, ਬਸ ਇਸ ਸਹੁਰੇ ਨੂੰ ਖਰਾਬ ਕਰਨ ਨੂੰ ਨਾ ਮੌਕਾ ਮਿਲੇ।
क्यों सरदार जी तुसी की आखदे हो? बीबी ने, बीबी दे मामे ने फुफड़ जी नूं पुछया। मैं तां कहना 3-4 कट्ठे ही ब्याह कर दो, किसी दे तां मुंडा होऊगा ही। फुफड़ जी बोले, देखा किवें मश्करियां करदे ने। नहीं बापू जी, आप दे पुत दे रातां देखो, कानू किसी जट दी धी फाहे देनी है। रब चाहू तां इसे दे हो जू मुंडा। भूआ जी ने पहली गल फुफड़ जी नूं ते दूजी बाबे नूं आखी, लै है कमली, तुसी नहीं हुण दो कट दियां ਤਾਂ ਹੀ ਤਾਂ ਮੈਂ ਆਖਦੀ ਹਾਂ ਵੀ ਦੂਜੀ ਨਹੀਂ ਲਿਆਉਣੀ। ਅਤੇ ਉਂ ਹੀ ਬਹੁਤ ਰਾਤ ਗੁਜ਼ਰਨ 'ਤੇ ਇੱਕ ਝਗੜਾ ਹੁੰਦਾ ਰਿਹਾ। ਬੀਬੀ ਘੁੰਡ ਕੱਢੀ ਇੱਕ ਪਾਸੇ ਖੁੰਝੇ 'ਚ ਬੈਠੀ ਸਭ ਕੁਝ ਸੁਣ ਰਹੀ ਸੀ। ਬਾਪੂ ਜੀ ਸ਼ਰਾਬ ਪੀ ਚੁਬਾਰੇ 'ਚ ਸੁੱਤੇ ਪਏ ਸੀ। ਅਖੀਰ ਬੀਬੀ ਦੇ ਮਾਮੇ ਨੇ ਆਖਿਆ, ਮੇਰੀ ਭੈਣ ਨਿਆਣਿਆਂ ਨੂੰ ਛੱਡ ਕੇ ਮਰ ਗਈ ਸੀ, ਮੈਂ ਤਾਂ ਮਾਮਾ ਨਹੀਂ ਮਾਂ ਬਣ ਕੇ ਇਹਨਾਂ ਨੂੰ ਪਾਲਿਆ। ਮੇਰਾ ਹੱਥ ਬੰਨਿਆਂ ਦੀ ਲਾਜ ਰੱਖ ਲਓ, ਇੱਕ ਗੱਲ ਮੇਰੀ ਮੰਨ ਲਓ ਬਈ, ਮੇਰੇ 4 ਕੁੜੀਆਂ ਹੈ ਅਜੇ ਕੁਮਾਰੀਆਂ ਨੇ, ਜਿਹਦਾ ਆਖੋਗੇ ਰਿਸ਼ਤਾ ਦੇ ਦਿਓ, ਕੋਈ ਹੋਰ ਆ ਕੇ ਤਾਂ ਨਹੀਂ ਮੇਰੀ ਭਾਣਜੀ ਨੂੰ ਦੁੱਖ ਦਿਓ, ਨਾਲੇ ਤੁਹਾਡੀ ਗੱਲ ਵੀ ਰਹਿ ਜੂ। ਅਤੇ ਇਸ ਗੱਲ ਉੱਤੇ ਸਾਰੇ ਸਹਿਮਤ ਹੋ ਗਏ। ਅਗਲੇ ਦਿਨ ਬਾਬਾ ਸੰਤਾ ਨਾਈ ਮੋਹਰਾਂ ਮੋੜ ਆਇਆ। ਲੜਕੀ ਦੇ ਪਿਓ ਆਏ ਨੂੰ ਵੀ ਆਖ ਦਿੱਤਾ, ਪਟਿਆਲੇ ਵਾਲੀ ਬੀਬੀ ਤੇ ਪ੍ਰਾਹੁਣਾ ਨਹੀਂ ਮੰਨਦੇ। ਮਾਮਾ ਤੂੰ ਇਹ ਕੀ ਕੀਤਾ? ਬੀਬੀ ਨੇ ਸਿਰ ਪਲੋਸ ਕੇ ਜਾਣ ਲੱਗੇ ਆਪਣੇ ਮਾਮੇ ਨੂੰ ਅੱਖਾਂ ਭਰ ਕੇ ਕਿਹਾ, ਤੂੰ ਤਾਂ ਕਮਲੀ ਹੈ, ਇੰਨਾ ਪਾਠ ਕਰਨ ਵਾਲੀ ਵੀ ਇਉਂ ਡੋਲ ਜਾਂਦੀ ਹੈ, ਰੱਬ 'ਤੇ ਭਰੋਸਾ ਰੱਖੀਦਾ, ਇਹ ਮੌਕਾ ਤਾਂ ਟਲਿਆ, ਫਿਰ ਦੇਖੀ ਜਾਊ। ਬੀਬੀ ਪਟਿਆਲੇ ਵਾਲੀ ਬੜੀ ਸਮਝਦਾਰ ਹੈ, ਮੈਂ ਛੇਤੀ ਗੇੜਾ ਮਾਰੂੰਗਾ। ਹਰਨਾਮ ਸਿੰਘ ਆਪਣੇ ਭਾਈ ਕੋਲ ਨਾ ਕੋਈ ਗੱਲ ਕਰੀ, ਨਿਆਣਾ ਬੇਸਮਝ, ਮੈਂ ਬੈਠਾ ਜਦ ਤਾਂ ਹੀ, ਤੁਹਾਨੂੰ ਕਾਹਦਾ ਫਿਕਰ ਹੈ, ਰੱਬ ਭਲੀ ਕਰੂੰਗਾ। ਬੀਬੀ ਦੇ ਮਾਮੇ ਨੇ ਜੋ ਕੁਝ ਆਖਣਾ ਸੀ ਬੀਬੀ ਨੂੰ ਗੱਲਾਂ ਗੱਲਾਂ ਰਾਹੀਂ ਆਖਤਾ, ਅਤੇ ਉਹਦਾ ਚਿੱਤ ਕੁਝ ਟਿਕਾਣੇ ਆ ਜਾਣ ਕਰਕੇ ਉਸ ਦਿਨ ਆਪਣੇ ਸੰਦੂਕ 'ਚੋਂ ਸਭ ਤੋਂ ਸੋਹਣਾ ਸੂਟ ਕੱਢ ਕੇ ਪਟਿਆਲੇ ਵਾਲੀ ਭੂਆ ਜੀ ਨੂੰ ਆਉਂਦਿਆਂ ਨੂੰ ਦਿੱਤਾ। ਆਉਂਦੇ ਹੋਏ ਮੈਨੂੰ ਵੀ ਨਾਲ ਪਟਿਆਲੇ ਲੈ ਆਏ। ਅੰਗ 5ਵਾਂ, ਪਟਿਆਲੇ ਆ ਕੇ ਮੈਂ ਬਿਮਾਰ ਹੋ ਗਈ। ਪਹਿਲਾਂ ਤਾਪ ਚੜਿਆ, ਪਿੱਛੋਂ ਵੱਡੀ ਮਾਤਾ ਨਿਕਲ ਆਈ। ਅਲੱਗ ਇੱਕ ਕਮਰੇ 'ਚ ਮੈਂ ਪਈ ਸੀ, ਵੱਡੇ ਬੇਜੀ ਨੱਕ ਮੂਹਰੇ ਚੁੰਨੀ ਕਰਕੇ ਖਬਰ ਪੁੱਛਣ ਆਉਂਦੇ ਅਤੇ ਆਏ ਗਏ ਨੂੰ ਦੂਰੋਂ ਹੀ ਮੋੜ ਦਿੰਦੇ। ਉੱਚੀ ਨਾ ਬੋਲੋ, ਕੋਲ ਨਾ ਜਾਓ, ਛਲ ਪੈ ਜਾਊ, ਕੁੜੀ ਬਿਮਾਰ ਹੈ। ਛੋਟੇ ਬੇਜੀ ਬਹੁਤਾ ਵੇਲਾ ਕੋਲ ਬੈਠੇ ਰਹਿੰਦੇ ਕੁਰਸੀ ਡਾਹ ਕੇ। ਪਤਾ ਲੱਗਣ 'ਤੇ ਬਾਬਾ ਜੀ ਆਏ, ਬੈਠੇ ਝੂਟਦੇ ਰਹੇ, ਇਹਦੇ ਨਾਲ ਤਾਂ ਦਾਗ ਪੈ ਜਾਣਗੇ, ਸ਼ਕਲ ਖਰਾਬ ਹੋਜੂ, ਕੱਜ ਪੈ ਜਾਣ ਦਾ ਵੀ ਡਰ ਹੈ। ਇਹਦੇ ਨਾਨਕੇ ਘਰ ਸਭ ਹੀ, ਮੈਂ ਤਾਂ ਕਦੇ ਨਾ ਕੁੜੀਆਂ ਨੂੰ ਚੰਦਕੁਰ ਦੇ ਨਾਲ ਪੇਕੀ ਨਹੀਂ ਸੀ ਭੇਜਦਾ, ਐਵੇਂ ਨਜ਼ਰ ਲੱਗ ਜੂ। ਅਤੇ ਬਹੁਤ ਬਿਮਾਰ ਹੋ ਕੇ ਬੇਸੁਰਤੀ 'ਚ ਜਦੋਂ ਮੈਂ ਦਾਦੀ ਮਾਂ ਨੂੰ ਯਾਦ ਕਰਦੀ ਸੀ ਤਾਂ ਉਹਨੂੰ ਸੁਨੇਹਾ ਭੇਜਿਆ ਗਿਆ। ਉਹ ਜਦੋਂ ਆਈ ਬੱਦਲ ਜਿਹੇ ਹੋਏ ਸਨ, ਸਾਰਾ ਦਿਨ ਉਹ ਛਾਨਣੇ 'ਚ ਰੋੜ ਪਾ ਕੇ ਖੜਕਾਉਂਦੀ ਰਹੀ ਤਾਂ ਜੋ ਮੈਨੂੰ ਬੱਦਲ ਘੋਰਦਾ ਨਾ ਸੁਣੇ ਅਤੇ ਛਲ ਨਾ ਪੈ ਜੇ। ਅਤੇ ਮਾਤਾ ਰਾਣੀ ਦੇ ਤਰਲੇ ਕਰਦੇ ਰਹੇ, ਹਾੜੇ ਮਾਤਾ ਰਾਣੀ ਹੈ, ਜਿੰਨੀ ਪੈਰੀਂ ਆਈ ਮੈਂ ਉਹਨੇ ਜਿੰਨੀ ਪੈਰੀਂ ਆਈ ਹੈ ਉਨੀ ਪੈਰੀਂ ਮੁੜ ਜਾ, ਮੈਂ ਤੇਰਾ ਥੰਮ ਪਕਾਊਂ, ਮੇਰੀ ਧੀ 'ਚ ਕਾਜ ਨਾ ਪਵੇ ਕੋਈ, ਅੱਖਾਂ ਸਾਬਤ ਸਬੂਤ ਰਹਿ ਜਾਣ, ਮੈਂ ਨੰਗੀ ਪੈਰੀ ਜਾ ਕੇ ਤੇਰੀ ਮਿੱਟੀ ਕੱਢ ਕੇ ਆਊਂ। ਦੇਵੀ ਮਾਂ ਹਾੜੇ, ਅਸੀਂ ਭੁੱਲੇ ਗੱਲ 'ਚ ਪੱਲਾ ਮੂੰਹ 'ਚ ਘਾ, ਮੈਂ ਤੇਰੇ ਪੈਰੀਂ ਪੈਨੀ ਹਾਂ, ਹਾੜੇ ਸੁੱਖ ਰੱਖੀ, ਅਤੇ ਨਾਲ 100-100 ਪਾਓ ਕਰਦੀ ਰਹੀ। ਕੋਰੇ ਕੁੱਜੇ 'ਚ ਸਿਆਣੇ ਤੋਂ ਕਰਾ ਪਾਣੀ ਪਾ ਕੇ ਉੱਪਰ ਨਾਲ ਲਾਲ ਲੀਰ ਬੰਨ੍ਹ ਕੇ ਵਿੱਚ ਸੂਈਆਂ ਗੱਢ ਕੇ ਮੰਜੇ ਦੇ ਹੇਠ ਰੱਖਿਆ, ਧਾਗਾ ਕਰਾ ਕੇ ਜੋ ਪਿੰਡੋਂ ਲਿਆਈ ਸੀ ਨੀਲੇ ਰੰਗ ਦਾ ਉਹ ਗਲ 'ਚ ਪਾਇਆ, ਸਤਨਾਜਾ ਪੈਂਦੂ ਨਾਲ ਬੰਨਿਆ, ਹਾਰੇ ਦੀ ਸੁਆਹ ਬਿਸਤਰੇ 'ਤੇ ਵਿਛਾਈ, ਥੈਲੀਆਂ ਸਿਉਂ ਕੇ ਹੱਥਾਂ 'ਤੇ ਚੜ੍ਹਾਈਆਂ, ਛੁਹਾਰੇ ਦਾਖਾਂ 'ਤੇ ਮਨੱਕਾ ਦਾ ਪਾਣੀ ਉਬਾਲ ਕੇ ਚਮਚਾ ਚਮਚਾ ਮੂੰਹ 'ਚ ਪਾਉਂਦੀ ਰਹੀ। ਕਿੰਨਾ ਹੀ ਨਿੱਕ ਸੁੱਕ ਮਾਤਾ ਰਾਣੀ ਦੀ ਥਾਂ 'ਤੇ ਭੇਜਿਆ, ਅਤੇ ਫਿਰ ਵੀ 2 ਮਹੀਨੇ ਮਗਰੋਂ ਜਦੋਂ ਮੈਂ ਰਾਜੀ ਹੋਈ ਸ਼ਕਲ ਹੀ ਬਦਲ ਗਈ ਸੀ, ਸਾਰੇ ਵਾਲ ਉੱਤਰ ਗਏ ਸਨ, ਮੂੰਹ 'ਤੇ ਕਿਧਰੇ ਕਿਧਰੇ ਕੋਈ ਦਾਗ ਪੈ ਗਿਆ ਸੀ। ਬੀਬੀ ਨੇ ਜਦੋਂ ਦੇਖਿਆ ਰੋ ਹੀ ਪਈ, ਮੇਰੀ ਧੀ ਦਾ ਇਹ ਹਾਲ ਹੋ ਗਿਆ। ਫੁੱਫੜ ਜੀ ਬਾਬਾ ਜੀ ਨੂੰ ਦੋਸ਼ ਦੇ ਰਹੇ ਸਨ ਕਿ ਪਿੰਡ 'ਚ ਜਦੋਂ ਟੀਕੇ ਲਾਉਣ ਵਾਲੇ ਆਏ ਸੀ ਤਾਂ ਉਹਨਾਂ ਨੂੰ ਪੈਸੇ ਦੇ ਕੇ ਮੋੜਤਾ ਸੀ, ਆਖਿਰ ਨਹੀਂ ਜੁਆਕੜੀ ਦੀ ਬਾਂਹ ਪੱਕ ਜੂ, ਇਹਨੂੰ ਇਹਦੇ ਨਾਨਕੀ ਭੇਜ ਦਿਓ, ਸਾਡੀ ਤਾਂ ਕੁੜੀ ਉਹ ਨਹੀਂ ਲੱਗਦੀ। ਬਾਪੂ ਜੀ ਨੇ ਜਦੋਂ ਆਖਿਆ, ਮੈਂ ਸੋਚਿਆ ਮੈਂ ਨਾਨਕੀ ਜਾ ਕੇ ਕਦੇ ਵਾਪਸ ਨਹੀਂ ਆਉਂਦੀ। ਦਾਦੀ ਮਾਂ ਦੇ ਨਾਲ ਹੀ ਮੈਂ ਪਿੰਡ ਨੂੰ ਆ ਗਈ। ਬੇਜੀ ਆਖਦੇ ਰਹੇ ਇੱਥੇ ਰਹਿਣ ਦਿਓ, ਡਾਕਟਰ ਨੂੰ ਪੁੱਛ ਕੇ ਇਹਦੇ ਦਾਗਾਂ ਦਾ ਇਲਾਜ ਕਰਾਵਾਂਗੇ, ਨਾਲੇ ਵਾਲ ਵਧਾਉਣ ਵਾਲਾ ਕੋਈ ਤੇਲ ਵੈਦ ਜੀ ਤੋਂ ਪਤਾ ਕਰਾਂਗੇ। ਪਰ ਦਾਦੀ ਮਾਂ ਆਖਦੀ ਸੀ, ਨਹੀਂ ਮੈਂ ਆਪੇ ਪਿੰਡ ਲਿਜਾ ਕੇ ਕਰ ਲੂੰ ਸਭ ਕੁਛ। ਪਿੰਡ ਲਿਜਾ ਕੇ ਦਾਦੀ ਮਾਂ ਸਭ ਤੋਂ ਪਹਿਲਾਂ ਮਾਤਾ ਰਾਣੀ ਦੇ ਥਾਨਾਂ 'ਤੇ ਮੱਥਾ ਟਿਕਾ ਕੇ ਲਿਆਈ, ਥੰਮ ਪਕਾ ਕੇ ਅਤੇ ਬਰੂੜ ਲਿਜਾ ਕੇ ਚੜ੍ਹਾ ਕੇ ਆਈ। ਮਾਤਾ ਰਾਣੀ ਦੇ ਨਾਂ 'ਤੇ ਲਾਲ ਕੱਪੜਾ ਵੀ ਪੁੰਨ ਕੀਤਾ, ਸਾਬਤ ਮਾਂ ਦੀ ਦਾਲ ਨੂੰ ਤੇਲ ਦਾ ਹੱਥ ਲਾ ਕੇ ਢੌਂਸੀ ਨੂੰ ਦਿੱਤੇ, ਮਗਰੋਂ ਹਰ ਰੋਜ਼ ਉਹ ਮਲਾਈ ਮੂੰਹ 'ਤੇ ਮਲਣ ਲਈ ਦਿੰਦੀ ਅਤੇ ਦਿਨੇ
संतरे दियां छिलड़ां पी के बेसन च रला के कूसे पानी नाल मूंह धोंदी। कुछ चिर मगरों जिसम च ताकत आउण लगी, वाल भी वधन लगे ते दाग मद्धम पैण लगे। साल लंघ गया। बेजी पटियाले तों इक दो वारी आई, माड़ा मोटा नाल चलण लई आख्या, पर ना वह बहुता लिजाण लई काले सी ते ना ही दादी मां भेजण लई। मैं सोचदी सी हुण नहीं मैं जाणा उत्थे। इस वारी बीबी नूं जदों मामा जी लैण आई, मैं जिद करके मानवी अपने नानकी चली गई। पक्के दरवाजे वाला वड्डा सारा कड़ियां शतीरां दी छत वाला कच्चा उन्हां दा घर सी। गोल दरवाजे उपर साधा संतां दीआं मूर्तां बणियां सन। नाल ही डंगरां वाला घर सी जिथे ऊट बलद मैंसां कट्टियां बछियां बनियां सन। मैनूं नाल वेख के नाना जी नूं जिवें चाह चढ़ गया। भाई गुरदयाल कुरे, हट्टियों जे कुछ मंगवाउणा मंगवा लै, ऐतकी तां रब्बों आलिआं ने बीबी नाल आपदी धी वी भेजती। मामी ने खंड पा के दुध दिता, फिर उन्हें हट्टियों मंगवा के मैनू दाखां दित्तियां, बदामां दीआं गिरियां कढ के दित्तियां, मिसरी दित्ती, नाल गल्लां करदी रही। तू तां आ जाया कर बीबी नाल, पटियाले बागी थी बीबी बुलाई रोंदी थी। जाओ कुड़ियो न्याणियो खेलो परे, गर्मी ना करो। लिया मैं झल मार दिया, होर ना गर्मी च बीमार हो जाए। इहदे दादे ने तां खेड़ा नहीं छड़ना। फिर इन्हां दे घर तां छत च पक्खा लग्गिया होया, नौकर झलदा रहिंदा, बाहरों रस्सी खिंचदा। चुबारिआं च तां ऊई नहीं गर्मी लगदी होणी, फरन फरन हवा आउंदी हो चुफेरियो। रब सुख रखे, आउंदे वरे इक चुबारा असीं वी पा लैणा जमाई भाई लई। सुख नाल तेरा बापू जी जदों आउंदा है खड़ा खड़ा ही मुड़ जांदा घोड़े ते, दो चार बंदे नाल हुंदे ने। बई जे रात रहे ऊं तां हैगा माड़ा जिहा चुबारा, पर उह थोड़े वाला नहीं ना, महाराज आखदे सी। इन्ने नूं भगवे कपड़े पाई पैरीं खड़ावां इक साधू तुरिया आउंदा दिसिआ। नेड़े आउण ते सभ ने, नाना जी ने, मामी ने, मामा जी ने, उन्हां दे बच्चिआं ने, उह साधू दे पैरीं हथ लाए। सुखी रहो सुखी रहो, साधू बस इन्ना ही आखदा सी। तां बीबी काकी कदों आई, सुख सांद है, उन्हां बीबी तों पुछिआ। हाँ महाराज, बीबी ने दस्या। महाराज किन्ना ही चिर उत्थे बैठे घरदिआं नाल बीबी नाल निक्कियां निक्कियां गल्लां करदे रहे। बाहर कुछ चिर पिछों वड्डी हो के मैनूं पता लग्गिआ मेरी मर चुकी नानी दा नां हरकुर सी। जे रोटी पाणी दी इच्छा हुंदी तां सारे पिंड विचों साधू संत फकीर सिद्धा उहदे घर नूं तुरिआ आउंदा। नानी जी ने, नाना जी ने खूह ते जिहड़ा कोठा पाया सी उत्थे उदासी साधुआं दीआं जमातां उतरीआं रहिंदीआं। इसे तर्हां उदासी साधुआं दी इक जमात नाल बाबा भगवान दास वी इस पिंड च आया सी। पता नहीं उह कौण सी कित्थों दा सी, पर जमात जदों उत्थों जाण लगी नानी ने नाना जी नूं आख्या, गुरु नूं आखो भगवान दास तां मेरा भाई है, इहनूं इत्थे छड्ड जा, खूह ते कोठे रहिंदा इह भजन बंदगी वी करदा रहू, गरीबां बीमारां दी दवा दवादार होवे, ते आए गए साधू संतां दी मेरे नाल सेवा वी कर दिया करो। नाना जी ने आख्या, इह नहीं हो सकना, जिहड़ा संसार नूं त्याग के साध बण गया ਉਹ ਸੰਸਾਰਕ ਬੰਧਨ ਨਹੀਂ ਮੰਨੂਗਾ। ਪਰ ਨਾਨੀ ਨੇ ਆਖਿਆ, ਨਹੀਂ ਇਹ ਮੇਰਾ ਭਰਾ ਹੈ, ਇਹ ਜਮਾਤ ਦੇ ਨਾਲ ਨਹੀਂ ਜਾਏਗਾ। ਨਾਨਾ ਜੀ ਨੇ ਗੁਰੂ ਨੂੰ ਬੇਨਤੀ ਕੀਤੀ, ਗੁਰੂ ਨੂੰ ਵੀ ਗੱਲ ਹੋਣੀ ਲੱਗੀ, ਪਰ ਫਿਰ ਪਤਾ ਨਹੀਂ ਭਗਵਾਨ ਦਾਸ ਦਾ ਇਮਤਿਹਾਨ ਲੈਣ ਲਈ ਉਹਨਾਂ ਆਖਿਆ, ਠੀਕ ਹੈ ਭਗਵਾਨ ਦਾਸ ਹਰਕੁਰ ਦਾ ਭਾਈ ਬਣ ਕੇ ਇੱਥੇ ਹੀ ਰਹੇਗਾ। ਬਾਬਾ ਭਗਵਾਨ ਦਾਸ ਗੁਰੂ ਦਾ ਵਚਨ ਮੰਨ ਕੇ ਉੱਥੇ ਰਹਿ ਗਿਆ ਅਤੇ ਸਾਧੂਆਂ ਦੀ ਜਮਾਤ ਚਲੀ ਗਈ। ਉਹ ਭਜਨ ਪਾਠ ਵੀ ਕਰਦਾ, ਰੋਗੀਆਂ ਦੀ ਦਵਾ ਦਾਰੂ ਤੇ ਆਏ ਗਏ ਸਾਧੂਆਂ ਦੀ ਸੇਵਾ ਵੀ। ਤੇ ਇੱਕ ਦਿਨ ਇਹ ਸਾਧੂ ਦੀ ਧਰਮ ਭੈਣ ਹਰਕੁਰ ਬਿਮਾਰ ਹੋ ਗਈ। ਆਖਦੇ ਨੇ ਉਸ ਦਿਨ 5 ਵਾਰੀ ਪੈਦਲ ਮਲੇਰਕੋਟਲੇ ਗਿਆ ਦਵਾਈਆਂ ਬਦਲ ਬਦਲ ਕੇ ਲੈਣ, ਪਰ ਸਾਰੀ ਵਾਹ ਲਾਉਂਦਿਆਂ ਉਹ ਭੈਣ ਨੂੰ ਬਚਾ ਨਾ ਸਕਿਆ। 7 ਵਰਿਆਂ ਦੀ ਭੈਣ ਦੀ ਧੀ, 5 ਵਰਿਆਂ ਦਾ ਇੱਕ ਪੁੱਤਰ ਤੇ 2.5 ਸਾਲਾਂ ਦਾ ਛੋਟਾ ਪੁੱਤਰ ਲੱਗਿਆ। ਭੈਣ ਬਾਬਾ ਭਗਵਾਨ ਦਾਸ ਨੂੰ ਗ੍ਰਸਤ ਸੰਭਾਲ ਕੇ ਆਪ ਵਿਰਾਗ ਲੈ ਗਈ ਸੀ। ਆਖਦੇ ਨੇ ਨਾਨਾ ਖੇਤੀ ਦਾ ਕੰਮ ਕਰਦਾ ਅਤੇ ਆਪਦੀ ਭੈਣ ਦੀ ਥਾਂ ਬਾਬਾ ਭਗਵਾਨ ਦਾਸ ਭਾਣਜੀ ਨੂੰ ਅੱਗ ਬਾਲਣੀ ਸਿਖਾਉਂਦਾ, ਆਟਾ ਗੁੰਨਣਾ ਸਿਖਾਉਂਦਾ, ਆਪ ਉਹਨਾਂ ਦੇ ਕੱਪੜੇ ਧੋ ਰਿਹਾ ਹੁੰਦਾ, ਘਰ ਸੰਭਰ ਰਿਹਾ ਹੁੰਦਾ, ਅਤੇ ਉਹ ਪਤਾ ਨਹੀਂ ਕਿਹੜੇ ਜਨਮਾਂ ਦੇ ਕਰਜ਼ੇ ਲਾਹ ਰਿਹਾ ਹੁੰਦਾ। ਅਤੇ ਬਾਬਾ ਭਗਵਾਨ ਦਾਸ ਦੀ ਉਹੀ ਭਾਣਜੀ ਮੇਰੀ ਬੀਬੀ ਸੀ, ਜਿਹਨੂੰ ਉਹਨੇ ਸੰਥਿਆ ਦੇ ਦੇ ਕੇ 5 ਗ੍ਰੰਥੀ ਭਗਤਾਂ ਦੀ ਬਾਣੀ ਅਤੇ ਗੁਰੂ ਗ੍ਰੰਥ ਸਾਹਿਬ ਅਰਥਾਂ ਸਮੇਤ ਪੜ੍ਹਾਏ ਸਨ, ਪਾਠ ਮੂੰਹ ਜ਼ਬਾਨੀ ਯਾਦ ਕਰਾਏ ਸਨ, ਅਤੇ ਜਿਹਦਾ ਰਿਸ਼ਤਾ ਕਰਨ ਉਹ ਨਾਨਾ ਜੀ ਦੇ ਨਾਲ ਗਿਆ ਸੀ। ਉਹੀ ਬਾਬਾ ਭਗਵਾਨ ਦਾਸ ਪਿੰਡੋਂ ਬਾਹਰ ਇੱਕ ਡੇਰੇ 'ਚ ਰਹਿੰਦਾ ਸੀ। ਕਈ ਉਹਦੇ ਚੇਲੇ ਸਨ, ਕਿੰਨੇ ਹੀ ਦਵਾ ਦਾਰੂ ਲੈਣ ਵਾਲੇ ਲੋਕ ਆਏ ਰਹਿੰਦੇ। ਯਾਤਰੂ ਪਾਂਧੀਆਂ ਨੂੰ ਉੱਥੇ ਰੋਟੀ ਮਿਲਦੀ, ਨਿੱਕੀਆਂ ਨਿੱਕੀਆਂ ਕੁੜੀਆਂ ਮੁੰਡੇ ਗੁਰਮੁਖੀ ਪੜ੍ਹਨ ਆ ਜਾਂਦੇ, ਬੁੱਢੇ ਠੇਰੇ ਗਿਆਨ ਪਰਮਾਰ ਦੀਆਂ ਗੱਲਾਂ ਸੁਣ ਕੇ ਪਰਲੋਕ ਸੁਧਾਰਨ ਦੀ ਖਾਤਰ ਬਾਬੇ ਭਗਵਾਨ ਦਾਸ ਦੇ ਕੋਲ ਪਹੁੰਚੇ ਰਹਿੰਦੇ।
ਤੇ ਹੁਣ ਸਾਰੇ ਉਹਨੂੰ ਮਹਾਰਾਜ ਆਖਦੇ ਸਨ। ਮਹਾਰਾਜ ਰੱਬੋ ਵਾਲਿਆਂ ਦੀ ਧੀ ਵੀ ਆਈ ਹੈ ਐਤਕੀ ਬੀਬੀ ਨਾਲ। ਮਾਮੀ ਨੇ ਉਹਨਾਂ ਦੇ ਪੈਰੀ ਹੱਥ ਲਾ ਕੇ ਮੇਰੇ ਵੱਲ ਇਸ਼ਾਰਾ ਕਰਕੇ ਦੱਸਿਆ ਸੀ। ਉਹ ਮੇਰੇ ਵੱਲ ਸਵਾਰ ਕੇ ਚੱਕ ਕੇ ਤੇ ਫਿਰ ਬੋਲੇ, ਇਹ ਸਿਰਫ ਰੱਬੋ ਵਾਲਿਆਂ ਦੀ ਧੀ ਨਹੀਂ, ਹਰਖੁਰ ਦੀ ਦੋਹਤੀ ਵੀ ਆ। ਪੜ੍ਹਦੀ ਹੁੰਦੀ ਆ ਮੁੰਨੀ? ਉਹਨਾਂ ਮੈਨੂੰ ਪੁੱਛਿਆ। ਨਹੀਂ, ਮੈਂ ਨਾ ਸਿਰ ਹਿਲਾਇਆ। ਲਿਆ ਤੇਰਾ ਹੱਥ ਦੇਖਾਂ। ਆਖੋ ਮੇਰਾ ਨਿੱਕਾ ਜਿਹਾ ਹੱਥ ਫੜ ਕੇ ਦੇਖਦੇ ਰਹੇ। ਫਿਰ ਬੋਲੇ, ਵਿੱਦਿਆ ਦੀ ਰੇਖਾ ਤਾਂ ਤੇਰੇ ਹੱਥ 'ਤੇ ਬੜੀ ਲੰਮੀ ਹੈ, ਤੂੰ ਆਖਦੀ ਆ ਪੜ੍ਹਦੀ ਨਹੀਂ ਹੁੰਦੀ। ਨਹੀਂ ਮਹਾਰਾਜ, ਇਹਦੇ ਹੱਥ 'ਚ ਤਾਂ ਧਨ ਦੀ ਰੇਖਾ ਹੋਊ। ਬੜੇ ਦਾਦੇ ਦੀ ਪੋਤੀ ਹੈ, ਕੋਲ ਵਾਲੇ ਘਰੋਂ ਆਈ ਸਿਆਮ ਦੀ ਵਹੁਟੀ ਨੇ ਆਖਿਆ। ਕੁੜੇ, ਮੈਂ ਆਖਦਾ ਹੈ ਹਰਕੁਰ ਦੀ ਦੋਹਤੀ ਵੀ ਹੈ, ਤੁਸੀਂ ਸੁਣਦੀਆਂ ਕਿਉਂ ਨਹੀਂ? ਬਜ਼ੁਰਗ ਬਾਬਾ ਭਗਵਾਨ ਦਾਸ ਕਹਿ ਰਿਹਾ ਸੀ, ਉਹਨਾਂ ਪਤਾ ਨਹੀਂ ਸੁਣਿਆ ਕਿ ਨਾ, ਪਰ ਮੈਂ ਜ਼ਰੂਰ ਸੁਣ ਲਿਆ। ਕੁਝ ਸਾਲ ਹੋਏ ਕਸ਼ਮੀਰ ਦੀ ਵਾਦੀ 'ਚ ਘੁੰਮਦਿਆਂ ਮੈਂ ਜਾਣ ਬੁੱਝ ਕੇ ਨਾਲਦਿਆਂ ਨਾਲੋਂ ਅਗਾਂਹ ਪਿਛਾਂ ਹੋ ਜਾਂਦੀ। ਸੰਘਣੇ ਜੰਗਲਾਂ, ਪਹਾੜਾਂ, ਡੰਡੀਆਂ, ਦਰਿਆਵਾਂ, ਝਰਨਿਆਂ ਦੀ ਅਨੰਤਤਾ ਵਿੱਚ ਖੋ ਕੇ ਲੱਗਦਾ ਹੁਣ ਇੱਥੇ ਕਿਧਰੇ ਪਾਰਬਤੀ ਸ਼ਿਵਜੀ ਫਿਰਦੇ ਹੋਣੇ ਨੇ। ਦਰਖਤਾਂ ਦੇ ਇਸ ਝੁੰਡ 'ਚ ਜ਼ਰੂਰ ਕੋਈ ਰਿਸ਼ੀ ਮੁਨੀ ਬੈਠਾ ਤਪੱਸਿਆ ਕਰ ਰਿਹਾ ਹੋਣਾ। ਭਗਵਿਆਂ ਕੱਪੜਿਆਂ 'ਚ ਬਹੁਤ ਭਿਕਸ਼ੂ ਸ਼ਾਇਦ ਹੁਣੇ ਹੁਣੇ ਇਸ ਡੰਡੀ ਉੱਤੋਂ ਦੀ ਲੰਘੇ ਨੇ। ਅਤੇ ਕਲਯੁੱਗ ਜਦੋਂ ਆਇਆ, ਰਿਸ਼ੀ ਮੁਨੀ ਜਿਹੜੇ ਪਹਾੜਾਂ 'ਤੇ ਚਲੇ ਗਏ ਸਨ, ਉਹ ਪਹਾੜ ਸ਼ਾਇਦ ਇਹੀ ਸਨ। ਦੋ ਕੁ ਸਾਲ ਹੋਏ ਹਰਿਦੁਆਰ ਗੰਗਾ ਇਸ਼ਨਾਨ ਲਈ ਜਦੋਂ ਅਸੀਂ ਗਏ, ਲੋਕਾਂ ਨੂੰ ਘਰਦਿਆਂ ਨੂੰ ਅਜੀਬ ਲੱਗਿਆ, ਭਲਾ ਹੁਣੇ ਸਾਨੂੰ ਯਾਤਰਾ 'ਤੇ ਜਾਣ ਦੀ ਕੀ ਸੁੱਝੀ? ਪਰ ਉਹਨਾਂ ਨੂੰ ਕੋਈ ਕਿਵੇਂ ਸਮਝਾਵੇ ਕਿ ਅਜਿਹੀਆਂ ਥਾਵਾਂ ਉੱਤੇ ਜਾ ਕੇ ਕਦੇ ਕਦੇ ਤੁਹਾਨੂੰ ਆਪਣਾ ਗੁਆਚਿਆ ਆਪਾ ਵੀ ਨਜ਼ਰੀ ਪੈ ਜਾਂਦਾ ਹੈ। ਜਦੋਂ ਹਜ਼ੂਰ ਸਾਹਿਬ ਨੂੰ ਜਾਂਦਿਆਂ ਗੱਡੀ ਸਾਂ ਸਾਂ ਕਰਦੀ ਰਾਤ ਦੇ ਹਨੇਰੇ ਵਿੱਚੋਂ ਦੀ ਲੰਘੀ ਜਾ ਰਹੀ ਸੀ, ਤਾਂ ਮੇਰੇ ਜ਼ਹਿਨ 'ਚ ਹਨੇਰੇ 'ਚ ਇਕੱਲਾ ਥੱਕਿਆ ਉਦਾਸ ਗੁਰੂ ਗੋਬਿੰਦ ਸਿੰਘ ਤੁਰਿਆ ਜਾ ਰਿਹਾ ਸੀ ਅਤੇ ਉਹਦੇ ਘੋੜੇ ਦੀਆਂ ਟਾਪਾਂ ਮੈਨੂੰ ਸੁਣ ਰਹੀਆਂ ਸਨ। ਸਾਡੇ ਘਰ ਅੰਦਰ ਜਿੱਥੇ ਮਾਰਕਸ, ਮਾਓ ਅਤੇ ਲੈਨਿਨ ਦੀਆਂ ਕਿਤਾਬਾਂ ਦੇ ਨਾਲ ਦੇਵੀ, ਬੁੱਧ ਅਤੇ ਮੀਰਾ ਦੀਆਂ ਮੂਰਤੀਆਂ ਹਨ, ਹਰਿਮੰਦਰ ਅਤੇ ਗੁਰੂ ਗੋਬਿੰਦ ਸਿੰਘ ਦੀਆਂ ਤਸਵੀਰਾਂ ਹਨ, ਸੰਖ, ਓਮ ਅਤੇ ਧੂਫਦਾਨੀ ਵਿੱਚ ਜਗਦੀ ਧੂਫ ਹੈ। ਇਹ ਸਭ ਕੀ ਹੈ? ਸਿਰਫ ਇਹੀ ਕਿ ਮੈਂ ਰੱਬੋਂ ਵਾਲਿਆਂ ਦੀ ਧੀ ਦੇ ਨਾਲ ਨਾਲ ਹਰਕੁਰ ਦੀ ਦੋਹਤੀ ਵੀ ਹਾਂ। ਸਾਧੂਆਂ ਨੂੰ ਭੋਜਨ ਛਕਾਉਣ ਵਾਲੀ ਹਰਕੁਰ ਆਪਣੇ ਘਰ ਦੇ ਅੰਨ ਪਾਣੀ ਦੀ ਖਬਰੇ ਕਿੱਥੇ ਕਿੱਥੇ ਛਿੱਟੇ ਦੇ ਗਈ ਕਿ ਉਹ ਅੰਨ ਦੇ ਦਾਣੇ ਸ਼ਾਇਦ ਧਨ ਦੇ ਸਿੱਟੇ ਬਣ ਬਣ ਉੱਗ ਪਏ। ਇਸੇ ਲਈ ਹੁਣ ਉਸ ਪੱਕੇ ਦਰਵਾਜ਼ੇ ਵਾਲੇ ਕੱਚੇ ਘਰ ਦੀ ਥਾਂ ਉਹਦੇ ਪੁੱਤ ਪੋਤੇ ਕੋਲ ਇੱਕ ਦੀ ਥਾਂ ਆਲੀਸ਼ਾਨ ਮਕਾਨ ਹਨ, ਦੋ ਆਲੀਸ਼ਾਨ ਮਕਾਨ ਹਨ ਜਿਨ੍ਹਾਂ ਵਿੱਚ ਟਿਊਬਾਂ ਬਲਦੀਆਂ ਨੇ, ਪੱਖੇ ਚੱਲਦੇ ਨੇ, ਚਿਪਸਾਂ ਘੋਟੀਆਂ ਹੋਈਆਂ ਨੇ, ਵਿਹੜੇ 'ਚ ਗਾਵਾਂ ਖੜੀਆਂ ਨੇ, ਮੱਝਾਂ ਖੜੀਆਂ ਨੇ, ਮੋਟਰਸਾਈਕਲ ਖੜੇ ਨੇ, ਟਰੈਕਟਰ ਖੜੇ ਨੇ, ਕਾਰ ਵੀ ਖੜੀ। ਹੁਣ ਭਾਵੇਂ ਰੱਬੋ ਵਾਲਿਆਂ ਦੇ ਘਰ ਨੂੰ ਜੰਦਰਾ ਵੱਜਿਆ ਰਹਿੰਦਾ, ਪਰ ਫਿਰ ਵੀ ਆਪਣੀਆਂ ਧੀਆਂ ਦੇ ਰਿਸ਼ਤੇ ਕਰਨ ਵੇਲੇ ਮਾਮਾ ਜੀ ਨੇ ਜ਼ਰੂਰ ਦੱਸਿਆ ਕਿ ਭੈਣ ਸਾਡੀ ਰੱਬੋਂ ਵਿਆਹੀ ਹੋਈ ਹੈ। ਪਟਿਆਲੇ ਵਾਲੇ ਬੇਜੀ ਮਾਨਵੀ ਵਾਲਿਆਂ ਦੀ ਇੱਕ ਗੱਲ ਮਜ਼ਾਕ ਨਾਲ ਸੁਣਾਉਂਦੇ ਹੁੰਦੇ ਨੇ। ਆਖੇ ਇੱਕ ਵਾਰੀ ਅਮਰਗੜ੍ਹੋਂ ਅਸੀਂ ਰੱਬੋਂ ਨੂੰ ਜਾਂਦੇ ਮਾਨਵੀ ਵਿੱਚ ਹੀ ਗਏ, ਸਾਰਾ ਟੱਬਰ ਜਾਣੀ ਮਸੋਸਿਆ ਜਿਹਾ ਲੱਗਿਆ। ਸਰਦਾਰ ਸਾਹਿਬ ਜੀ ਪੁਲਸੀਏ ਝੱਟ ਤਾੜ ਗਏ, ਬਈ ਕੋਈ ਗੱਲ ਹੈ? ਤੇਰੇ ਨਾਨੇ ਨੂੰ ਪੁੱਛਿਆ, ਬੋਲਿਆ, ਆਖੇ ਜੀ ਗੱਲ ਤਾਂ ਕੋਈ ਨਹੀਂ, ਮਾਮੀ ਤੇਰੀ ਮੇਰੇ ਕੋਲ ਰੋ ਪਈ। ਆਖੇ ਬੀਬੀ ਜੀ, ਪੰਜਵੇਂ ਸੱਤਵੇਂ ਦਿਨ ਟੂਮਾਂ ਵਾਲੇ ਡੱਬੇ 'ਚੋਂ, ਸੰਦੂਕ 'ਚੋਂ ਕੋਈ ਇੱਕ ਅੱਧੀ ਟੂਮ ਚੱਕ ਲੈਂਦਾ ਹੈ। ਘਰ 'ਚ ਹੁਣ ਅਸੀਂ ਘਰ ਦੇ ਹੀ ਜੀ ਹਾਂ, ਬਾਬਾ ਜੀ ਕਿਹਦੇ ਸਿਰ ਲਾਉਂਦੇ ਪਤਾ ਲੱਗਦਾ ਨਹੀਂ। ਸਹੁੰ ਮੈਨੂੰ ਦੋਹਾਂ ਭਰਾਵਾਂ ਦੀ, ਮੈਂ ਤਾਂ ਸੂਈ ਦੇ ਨੱਕੇ ਜਿੰਨੀ ਚੀਜ਼ ਦੀ, ਰਵਾਦਾਰ ਨੇ। ਇਹ ਗੱਲ ਬੇਜੀ ਨੇ ਫੁੱਫੜ ਜੀ ਨੂੰ ਦੱਸੀ, ਉਹਨਾਂ ਨਾਨੇ ਤੋਂ ਪੁੱਛਿਆ। ਉਹ ਆਖਣ ਲੱਗਾ, ਵੱਡੀ ਬਹੂ ਹੈ ਜਾਂ ਛੋਟੀ ਹੈ, ਹੋਰ ਤੀਜਾ ਤਾਂ ਕੋਈ ਸੰਦੂਕ ਖੋਲਦਾ ਨਹੀਂ, ਮੈਂ ਕਿਹਨੂੰ ਚੋਰ ਆਖਦੇ ਹਾਂ। ਫੁੱਫੜ ਜੀ ਨੇ ਅੰਦਰ ਵੜ ਕੇ ਘਰ ਦੇਖਿਆ, ਕੋਠੇ 'ਤੇ ਚੜ੍ਹ ਕੇ ਘਰ ਦੇਖਿਆ, ਫਿਰ ਪਤਾ ਲੱਗਿਆ ਕਿ ਨੀਰੇ ਵਾਲੇ ਕੋਠੇ ਦੇ ਮਗਰ ਅਮਲੀਆਂ ਦੇ ਟੱਬਰ ਦਾ ਨੀਰੇ ਵਾਲਾ ਕੋਠਾ ਸੀ। ਆਪਣੇ ਨੀਰੇ 'ਤੇ ਚੜ੍ਹ ਕੇ ਇੱਕ ਅਮਲੀ ਨੇ ਕੰਧ 'ਚ ਪਾੜ ਦੇ ਲਿਆ ਅਤੇ ਇੱਧਰ ਨੀਰੇ ਵਾਲੇ ਕੋਠੇ 'ਚ ਆ ਉਤਰਦਾ ਸੀ। ਉੱਥੋਂ ਦੀ ਮੁੜ ਜਾਂਦਾ ਸੀ, ਇੱਕ ਟੂਮ ਲੈ ਜਾਂਦਾ ਜਦੋਂ ਤਾਈ ਚੱਲਦਾ ਚਲਾਉਂਦਾ, ਜਦੋਂ ਮੁੱਕ ਜਾਂਦੀ ਦੂਜੀ ਲੈ ਜਾਂਦਾ। ਬੇਜੀ ਮਜ਼ਾਕ ਨਾਲ ਆਖਦੇ, ਵੀ ਜਦ ਕਮਲੀ ਹੋ, ਜਦੋਂ ਇੱਕ ਦੋ ਟੀਮਾਂ ਕੱਢੀਆਂ ਗਈਆਂ ਅਤੇ ਬਾਕੀ ਦੀਆਂ ਉੱਥੋਂ ਚੁੱਕ ਲੈਂਦੇ। ਪਰ ਨਾਨਾ ਤੇਰਿਆ ਬੰਗੂਆਂ ਨੂੰ ਆਖ ਛੱਡੇ, ਚੰਗਾ ਭਾਈ ਤੁਹਾਡੀ ਮਰਜ਼ੀ ਹੈ, ਪਰ ਇਸ ਘਰ 'ਚ ਕਿਸੇ ਜੀ ਨੇ ਅੱਗੇ ਤਾਂ ਕਦੇ ਇਉਂ ਕੀਤਾ ਨਹੀਂ ਸੀ। ਫੁੱਫੜ ਜੀ, ਤੇਰੇ ਜਿੱਥੇ ਜਿੱਥੇ ਅਮਲੀ ਨੇ ਟੂਮਾਂ ਵੇਚੀਆਂ ਸੀ ਮੁੜਵਾਉਂਦੇ ਫਿਰਨ। ਨਾਨਾ ਤੇਰਾ ਆਖੇ, ਜੋ ਜੀ ਜੋ ਹੋਇਆ ਸੋ ਜਾਣ ਦਿਓ, ਗੰਗਾ ਗਏ ਹੱਡਾਂ ਨੇ ਕੀ ਮੁੜਨਾ। ਬਸ ਇੰਨਾ ਹੀ ਬੜਾ ਵੀ ਘਰ ਦੀਆਂ ਲੜਕੀਆਂ ਦੇ ਮੂੰਹ ਉੱਜਲੇ ਰਹਿ ਗਏ। ਆਥਣੇ ਮੈਂ ਅਤੇ ਬੀਬੀ ਮਹਾਰਾਜ ਦੇ ਡੇਰੇ ਗਏ। ਬੀਬੀ ਨੇ ਡੇਰਾ ਸੰਭਰਿਆ, ਮਹਾਰਾਜ ਨੇ ਮੈਨੂੰ ਪਿਉਣ ਦੀ ਬੇਰੀ ਤੋਂ ਤੋੜ ਕੇ ਦਿੱਤੇ, ਇੱਕ ਬਾਲ ਉਪਦੇਸ਼ ਦਿੱਤਾ, ਇੱਕ ਸਿਰ 'ਤੇ ਬੰਨਣ ਦੇ ਨੂੰ ਰੁਮਾਲ ਦਿੱਤਾ।
वापस घर आए तां वीर सिंह लुहार के तरखाण दी मां सद्दी कमली आई बैठी सी। बीबी नूं तपाक नाल मिली, राजी खुशी पुछी, फिर बोली, अज हजूरे बुढ़े दी पोती काबू आ गई। कुटोए नूं फड़ के वड्डे नगौरी ने 250 रुपया दात दा सब दे सामने बूट खोल के जराब कढ के जराब च पा लिया। आखदा होऊगा, इन्ना रुपया मेरी तां जुत्ती दी याद नहीं। कोई फिटिया होया जिन्हें धी दे ती बाकी की रह गया, वो बीबी दे विआह वेले दी गल कर रहे सी। ना कुड़ी चुप कर जा, दस दूगी, मामी ने आख्या। मैं दस दे, मैं कोई डरदी हाँ, बड़ा होऊगा आपदे घर नूं होऊगा, असी की ओहदे खाण जाणा। जिद्दन काकी दा बापू साग करके आया, छाला मारदा आवे, आखे वीर सिंह दे बापू अज तां रब नूं हाथ ला आया। लै लै लवे हुण पता रब्बो दा, भावें कुत्ता आ जाए काकी दे बापू दे भा दी बन जाती है। जा वड्डे उहनां दे तां लागी तथी होई नहीं बताई नहीं जाते। लै हुण निक्का छिंबा है, की हो गया जे उहनां दे घर रहिंदा है तां छिंबा ही ना, उही नहीं बतियाया जाता। सुनेहा लै के आया, आखू घोड़ी नूं दुध च बकलियां देसी घ्यो पा के चारो, वी कुत्ते दे वड्डे होए हो, थोड़ी घोड़ी कोई असमानों उतरी है। फिर आखूगा, मैं तां जी हुणे मुन्ना है, मैनू तां रहिण दा हुक्म नहीं, जी करदा है लै के छोटा जिहा डंडोरका गिट्टे चाड़ दें। फिर सोचीदा है मना, धी दा मामला है, ते काका सिंह जदों आंदा है जाने कोई राजे दा कौर आंदा है। एडा सोहना जवान दगदा करदा चेहरा, 5-7 बंदे आले दुआले घोड़े ते चढ़िया, बई जानी देखी जा। ते हा चकचुंदर जी, की तू किते गई है, क्यों कुछ खाण नूं नहीं मिलदा? उहने मेरी पतली जी बांह फड़ के सब नूं विखांदिया पुछिया। रात नूं मामी ने मेरे लिए नवीं दरी कढ़ी, नवीं चादर, नवीं रजाई, नवां सराहना। अगली वारी आएंगी तां मुल दी रजाई बना के रखो, खद्दर दी चुभदी हो, थोड़े तां भाई रजाइयां वी रेशमी ने, बीबी दसदी सी। मामी आख रही सी, देख ना अपनी बीबी दा ख्याल रख्या कर, उत्थे सवेरे तेरे मामा जी नूं आखूगी तेरी खातर हट्टियों कपड़े लिया के देवे, आप बगजी नाल जिहो जे पसंद होए पड़वा लेंगी, नाले तैनूं इक बांदर वाल देऊंगी बना के रख्या पिया, इक मोरां वाली दरी लै जी, निक्की जी तेरी मंजी जिड्डी बुन के रखी है, इक तैनूं सगी फुल्लां वाली गुड्डी बना के देऊं, कल नूं उहदे घगरा पा के कुर्ती पा के उत्ते गोटे वाली चुन्नी दे के दिखी फिर किहो जी सोहणी लगू, मम्मी आख रही सी। अगले दिन मैं नाने तों दरवाजे उपर बणियां साधू संतां ते महात्मा दीआं मूर्तां बारे पुछिआ। नाने ने दस्सिआ, खब्बे पासे गुरू गोरखनाथ पूरन नूं खूह चों कढ रिहा, ते नाल उहने पूरन भगत दी साखी सुणाई, विचाले भाई बाला गुरू नानक दी मरदाना मरदाना रबाब बजा रिहा है, ते भाई बाला गुरू साहिब नूं चौर चल रिहा है। सज्जे पासे हनुमान पहाड़ चुक्की जा रिहा जदों लक्ष्मण नूं मूर्छा आ गई सी। हुण जदों उह दरवाजा उत्थे नहीं हुंदा, ਉਹ ਮੂਰਤਾਂ ਵੀ ਉੱਥੇ ਨਹੀਂ ਰਹੀਆਂ, ਨਾਨਾ ਵੀ ਨਹੀਂ ਰਿਹਾ, ਪਰ ਮੇਰੇ ਮਨ 'ਚ ਅਜੇ ਵੀ ਉਹ ਸਭ ਕੁਝ ਉੱਥੇ ਹੀ ਹੈ। ਅੰਗ 6 ਯਾਦ ਆਉਂਦਾ, ਇੱਕ ਦਿਨ ਬਾਬਾ ਜੀ ਨੇ ਬਹੁਤ ਚਿੰਤਾਤੁਰ ਹੋ ਕੇ ਸਭ ਨੂੰ ਕੋਲ ਸੱਦ ਕੇ ਦੱਸਿਆ, ਆਲੇ ਦੁਆਲੇ ਦੇ ਪਿੰਡਾਂ 'ਚ ਡਾਕੇ ਪੈਣ ਲੱਗ ਪਏ ਨੇ, ਆਪਾਂ ਨੂੰ ਹੁਸ਼ਿਆਰ ਰਹਿਣਾ ਚਾਹੀਦਾ ਹੈ। ਉਹਨਾਂ ਇਹ ਵੀ ਦੱਸਿਆ, ਜੇ ਡਾਕੂ ਬਾਹਰਲੇ ਵੱਡੇ ਦਰਵਾਜ਼ੇ ਵੱਲੋਂ ਆਉਣ ਤਾਂ ਭੱਜ ਕੇ ਅੰਦਰਲੇ ਘਰ ਵੜ ਕੇ ਬਾਰ ਅੜਾ ਲਿਓ। ਅੰਦਰ ਨੀਰੇ ਵਾਲੇ ਕਮਰੇ ਦੇ ਇੱਕ ਪਾਸੇ ਲੱਕੜ ਦੀ ਜਿਹੜੀ ਪੌੜੀ ਖੜੀ ਹੈ, ਉਹਦੇ ਉੱਪਰਲੇ ਡੰਡੇ 'ਤੇ ਖੜੋ ਕੇ ਛੱਤ ਵਿੱਚੋਂ ਤਾਕੀ ਨਿਹਾਲ ਕੁਰ ਕੇ ਘਰ ਵੱਲ ਦੇ ਚੁਬਾਰੇ 'ਚ ਜਾ ਖੁੱਲਦੀ ਹੈ। ਇਉਂ ਚੁਬਾਰੇ 'ਚ ਪਹੁੰਚ ਕੇ ਮਗਰਲੀ ਤਾਕੀ ਵਿੱਚ ਹੀ ਨਿਕਲ ਕੇ ਕੋਠੇ ਕੋਠੇ ਭੱਜ ਕੇ ਬਚਨੀ ਕੇ ਘਰ 'ਚ ਜਾ ਉਤਰਿਓ। ਜੇ ਡਾਕੂ ਅੰਦਰਲੀ ਬੀਹੀ ਵੱਲੋਂ ਆਉਣ ਤਾਂ ਨੱਠ ਕੇ ਸਬਾਤ ਦੇ ਲੋਹੇ ਦੇ ਫਾਟਕ ਬੰਦ ਕਰ ਲਿਓ। ਘੋੜੇ ਵਾਲੇ ਕਮਰੇ ਵਿਚਲੀਆਂ ਕੋਠੀਆਂ 'ਚ ਵੜ ਜਾਇਓ ਅਤੇ ਉੱਥੋਂ ਨਾਈਆਂ ਵਾਲੇ ਚੁਬਾਰੇ 'ਚ ਚੜ੍ਹ ਜਾਇਓ ਅਤੇ ਚੁਬਾਰੇ ਦੇ ਨਾਲ ਹੀ ਸੰਤੇ ਨਾਈ ਦੇ ਘਰ 'ਚ ਜਾ ਉਤਰਿਓ। ਪਰ ਜੇ ਰੱਬ ਨਾ ਕਰੇ ਤੁਹਾਡੇ 'ਚੋਂ ਕੋਈ ਫੜਿਆ ਜਾਏ, ਗੰਗਾ ਜਲੀ ਚੱਕ ਲਓ, ਬਈ ਸਾਨੂੰ ਕੁਛ ਨਹੀਂ ਪਤਾ, ਘਰ ਦਾ ਕਾਰ ਮੁਖਤਿਆਰ ਗੁਲਾਬ ਕੁਰ ਦਾ ਬਾਪੂ ਜੀ ਹੈ, ਅਤੇ ਮੇਰਾ ਤੁਸੀਂ ਫਿਕਰ ਨਾ ਕਰਿਓ, ਮੈਨੂੰ ਬਥੇਰੇ ਰਸਤਿਆਂ ਦਾ ਪਤਾ ਭੱਜਣ ਲਈ। ਬਾਕੀ ਮੈਂ ਪਟਿਆਲੇ ਆਖ ਆਇਆ, ਬਈ 10ਵੇਂ 20ਵੇਂ ਦਿਨ ਕਿਸੇ ਥਾਣੇਦਾਰ ਨੂੰ ਸਿਪਾਹੀਆਂ ਨੂੰ ਕਿਸੇ ਨਾ ਕਿਸੇ ਕੰਮ ਭੇਜਦੇ ਰਿਹਾ ਕਰੋ ਸਾਡੇ ਕੋਲ, ਤਾਂ ਜੋ ਡਾਕੂਆਂ ਨੂੰ ਡਰ ਰਹੇ। ਇਸ ਤੋਂ ਪਿੱਛੋਂ ਜਿਉਂ ਦੂਰੋਂ ਨੇੜਿਓਂ ਖਬਰਾਂ ਆਉਂਦੀਆਂ, ਫਲਾਣੇ ਥਾਂ ਡਾਕਾ ਪਿਆ, ਸਭ ਕੁਛ ਲੈ ਗਏ ਲੁੱਟ ਕੇ ਅਤੇ ਜਾਂਦੇ ਹੋਏ ਘਰ ਨੂੰ ਅੱਗ ਲਾ ਗਏ, ਢਿਮਕੇ ਥਾਂ ਘਰ ਬਾਰ ਲੁੱਟ ਕੇ ਲੈ ਗਏ, ਬੁੜੇ ਨੂੰ ਮਾਰ ਗਏ, ਜਵਾਨ ਕੁੜੀ ਨੂੰ ਨਾਲ ਲੈ ਗਏ। ਬਾਬਾ ਜੀ ਹੋਰ ਚਿੰਤਾਤੁਰ ਹੋ ਜਾਂਦੇ, ਆਖਦੇ ਚੰਦ ਕੁਰ ਨੂੰ ਪੇਕੀ ਭੇਜ ਦਿੰਦੇ ਹਾਂ,
ਤੇ ਕੁੜੀਆਂ ਨੂੰ ਤੇ ਕਾਕਾ ਸੀ ਉਹਨੂੰ ਪਟਿਆਲੇ। ਨਾ ਅੰਮਾ ਜੀ, ਜਿੱਥੇ ਤੁਸੀਂ ਸਾਰੇ ਉੱਥੇ, ਮੈਂ ਨਹੀਂ ਤੁਹਾਨੂੰ ਛੱਡ ਕੇ ਪੇਕੇ ਜਾਂਦੀ, ਬੇਬੇ ਨੇ ਆਖਿਆ ਸੀ। ਇਨੀ ਦਿਨੀ ਦਿਨ ਦੇ ਛਪਾਰ ਨਾਲ ਦਾਦੀ ਮਾਂ ਸਾਨੂੰ ਨਾਲ ਲੈ ਕੇ ਘਰੋਂ ਨਿਕਲ ਪੈਂਦੀ, ਦੂਰ ਪਰਾਂ ਕਿਸੇ ਦੇ ਘਰ ਜਾ ਕੇ ਗੱਲਾਂ ਕਰਦੀ, ਕਿਸੇ ਦੇ ਗਲੋਟੇ ਅਟੇਰਨ ਲੱਗ ਜਾਂਦੀ, ਕਿਸੇ ਨਾਲ ਦਾਲ ਚਵਾਉਣ ਅਤੇ ਸਾਨੂੰ ਅੰਦਰੇ ਖੇਡਣ ਲਈ ਆਖਦੀ, ਤਾਂ ਜੋ ਜੇ ਡਾਕੂ ਆਉਣ ਅਸੀਂ ਘਰ ਨਾ ਮਿਲੀਏ। ਰਾਤ ਨੂੰ ਹਨੇਰੇ 'ਚ ਚੁੱਪ ਚਾਪ ਕਈ ਕੋਠੇ ਛੱਡ, ਕਦੇ ਅਸੀਂ ਭਾਗਵੰਤੀ ਚੀਮਣ ਦੇ ਕੱਚੇ ਚੁਬਾਰੇ ਉਹ ਲਿਆ ਕੇ ਸੌਣਾ, ਅਤੇ ਕਦੇ ਸੰਤੀ ਨਾਈ ਕੀ ਡਿਉੜੀ ਉੱਤੇ। ਦਾਦੀ ਮਾਂ ਨੇ ਉਹਨਾਂ ਨੂੰ ਦਾਣੇ ਦੇਣੇ ਅਤੇ ਆਖਣਾ ਦੇਖਿਓ ਕਿਸੇ ਨੂੰ ਪਤਾ ਨਾ ਲੱਗੇ, ਇਉਂ ਬਿੱਲੀ ਦੇ ਬੱਚਿਆਂ ਵਾਂਗ ਸਾਨੂੰ ਲੁਕਾਉਂਦੀ ਫਿਰਦੀ। ਬਾਪੂ ਜੀ ਪਟਿਆਲੇ ਆ ਗਏ, ਬਾਬਾ ਜੀ ਕਈ ਦਿਨ ਵਾਂਡੇ ਉਹਨਾਂ ਮੁੜਦੇ, ਦਾਦੀ ਮਾਂ ਸਾਨੂੰ ਲੁਕਾਉਂਦੀ ਫਿਰਦੀ ਅਤੇ ਬੀਬੀ ਸਾਰਾ ਸਾਰਾ ਦਿਨ ਪਾਠ ਕਰਦੀ ਰਹਿੰਦੀ। ਪਟਿਆਲਿਓਂ ਪੁਲਿਸ ਦੇ ਬੰਦੇ ਵਰਦੀਆਂ ਪਾਈ ਖਬਰਸਾਰ ਨੂੰ ਆਉਂਦੇ ਰਹਿੰਦੇ। ਇਸੇ ਤਰ੍ਹਾਂ ਤੀਜੇ ਕੁਪਹਿਰ ਇੱਕ ਦਿਨ ਤਿੰਨ ਸਿਪਾਹੀ ਵਰਦੀਆਂ ਵਾਲੇ ਆਏ, ਆ ਕੇ ਇੱਕ ਬੁੱਢੀ ਤੋਂ ਪੁੱਛਣ ਲੱਗੇ, ਮਾਈ ਸਰਦਾਰ ਹਜੂਰਾ ਸਿੰਘ ਦਾ ਘਰ ਕਿਹੜਾ? ਬੁੱਢੀ ਉਹਨਾਂ ਵੱਲ ਝਾਕ ਕੇ ਆਖਣ ਲੱਗੀ, ਵੇ ਪੁੱਤਾ, ਮੈਂ ਤਾਂ ਇੱਥੇ ਵਾਂਢੇ ਆਈ ਹੋਈ ਹਾਂ, ਮੈਨੂੰ ਤਾਂ ਪਤਾ ਨਹੀਂ, ਪਰ ਸੁੱਖ ਨਾਲ ਤੁਸੀਂ ਆਏ ਕਿੱਥੋਂ ਬੀਬੀ ਕੋਲੋਂ? ਚੰਗਾ ਕਿਸੇ ਹੋਰ ਤੋਂ ਪੁੱਛ ਲੈਂਦੇ, ਆਖ ਉਹ ਗਾਂਹ ਤੁਰ ਪਏ। ਇਹਨੇ ਨੂੰ ਕੋਠੇ ਉੱਪਰ ਦੀ ਭੱਜ ਕੇ ਇੰਦੋ ਨੇ ਹਾਕ ਮਾਰਤੀ, ਅੰਮਾ ਵੇਲਾ ਬਚਾ ਲਓ, ਮਾੜੇ ਬੰਦੇ ਆਉਂਦੇ ਲੱਗਦੇ ਨੇ। ਬੀਬੀ ਸਾਨੂੰ ਲੈ ਕੇ ਬੀਹੀ ਵਿਚਲੀਆਂ ਕੱਚੀਆਂ ਪੌੜੀਆਂ ਚੜ੍ਹ ਕੇ ਸਭਾਂ ਦੇ ਘਰ ਜਾ ਉਤਰੀ। ਦਾਦੀ ਮਾਂ ਨੇ ਮੈਲੀ ਜਿਹੀ ਸਲਾਈ ਉੱਪਰ ਲਈ ਅਤੇ ਪੌਣਾ ਫੜ ਕੇ ਬੀਹੋਂ ਬੀਹ ਤੁਰ ਚੱਲੀ, ਜਿਵੇਂ ਸਾਗ ਨੂੰ ਚੱਲੀ ਹੋਵੇ। ਬੀਹੀ ਲੰਘ ਕੇ ਸੱਤ ਮੂਹਰੇ ਉਹ ਤਿੰਨੇ ਬੰਦੇ ਮਿਲ ਪਏ। ਲੈ ਤਾਂ ਸਿਪਾਹੀ ਨੇ ਪਟਿਆਲੋਂ ਆਏ ਹੋਏ ਨੇ, ਅਤੇ ਹਾਂ ਭਾਈ ਕਿਹਦਾ ਘਰ ਪੁੱਛੇ? ਤਾਂ ਦਾਦੀ ਮਾਂ ਨੇ ਉਹਨਾਂ ਨੂੰ ਪੁੱਛਿਆ, ਸਰਦਾਰ ਹਜੂਰਾ ਸਿੰਘ ਦਾ। ਉਹ ਆਪ ਤਾਂ ਵਾਂਢੇ ਗਏ ਹੋਏ ਨੇ, ਪਰ ਉਹ ਘਰ ਤਾਂ ਨਹੀਂ, ਨਾਲ ਚੱਕ ਕੇ ਲੈ ਗਏ, ਤੁਸੀਂ ਸੁੱਖ ਨਾਲ ਆਓ, ਚਾਹ ਪਾਣੀ ਪੀਓ। ਪਟਿਆਲੇ ਤਾਂ ਸਭ ਰਾਜੀ ਖੁਸ਼ੀ ਸੀਗੇ, ਆਖਦੀ ਦਾਦੀ ਮਾਂ ਉਹਨਾਂ ਦੇ ਨਾਲ ਘਰ ਨੂੰ ਮੁੜ ਪਈ। ਉਹ ਕਦੋਂ ਆਉਣਗੇ? ਇੱਕ ਨੇ ਪੁੱਛਿਆ। ਹੁਣ ਕੀ ਪਤਾ, ਆ ਜਾਣ, ਭਾਵੇਂ ਅੱਜ ਆ ਜਾਣ, ਨਾ ਆਉਣ ਭਾਵੇਂ 4 ਦਿਨ ਨਾ ਆਉਣ, ਨਾਲੇ ਜਿੱਦਣ ਦੀ ਇਹ ਮਾੜੀ ਹਵਾ ਵਗੀ ਹੈ, ਡਾਕੇ ਡੁਕੇ ਜੇ ਪੈਣ ਲੱਗੇ ਨੇ, ਉਹ ਤਾਂ ਘੱਟ ਵੱਧ ਹੀ ਘਰ ਰਹਿੰਦੇ ਆ, ਅਸੀਂ ਫੇਰ ਹੀ ਆ ਜਾਵਾਂਗੇ, ਆਖੋ ਮੁੜਨ ਲੱਗੇ। ਲੈ ਹੈ ਪੁੱਤਾ, ਮੈਂ ਨਹੀਂ ਦੁੱਧ ਚਾਹ ਪੀਤੇ ਬਿਨਾਂ ਤੁਹਾਨੂੰ ਜਾਣ ਦਿੰਦੀ, ਆਓ 2 ਘੜੀ ਆਰਾਮ ਕਰਕੇ ਜਾਇਓ, ਕੋਈ ਸੁਨੇਹਾ ਤਾਂ ਮੈਨੂੰ ਦੱਸ ਦਿਓ, ਨਾਲੇ ਛੇਤੀ ਛੇਤੀ ਗੇੜਾ ਮਾਰਦੇ ਰਿਹਾ ਕਰੋ। ਦੁਨੀਆ ਨੂੰ ਡਰ ਰਹੇ, ਭਾਵੇਂ ਗੁਲਾਬ ਕੌਰ ਦਾ ਬਾਪੂ ਜੀ ਘਰ ਤਾਂ ਬਹੁਤਾ ਕੁਛ ਰੱਖਦਾ ਨਹੀਂ, ਫਿਰ ਵੀ ਭਰਮ ਧਰਮ ਤਾਂ ਹੁੰਦਾ ਹੀ ਹੈ, ਇਹ ਲੋਕਾਂ ਨੂੰ ਜੱਕੋ ਤੱਕੋ ਕਰਦੇ ਮੁੜਨ ਲੱਗੇ। ਪਰ ਦਾਦੀ ਮਾਂ ਆਖੇ ਚਾਹ ਨੂੰ ਦੇਰ ਲੱਗੂ, ਹੁਣ ਕਾੜਨੀ 'ਚੋਂ ਦੁੱਧ ਲਾ ਦਿੰਦੀ ਹਾਂ, ਬਿਨਾਂ ਖਾਧਿਆਂ ਪੀਤਿਆਂ ਨਹੀਂ ਮੈਂ ਮੁੜਨ ਦੇਣਾ। ਅਤੇ ਮੱਲੋ ਜੋਰੀ ਉਹਨੇ ਉਹਨਾਂ ਨੂੰ ਦੁੱਧ ਪਿਲਾ ਕੇ ਮੁੜਨ ਦਿੱਤਾ। ਉਹਨਾਂ ਦੇ ਗਿਆਨ ਤੋਂ 1/2 ਘੰਟੇ ਮਗਰੋਂ ਰੌਲਾ ਪੈ ਗਿਆ ਕਿ ਗੋਲੀਆਂ ਚੱਲ ਰਹੀਆਂ ਨੇ, ਦੂਜੀ ਰੱਬੋਂ ਡਾਕੂ ਆ ਗਏ ਨੇ। ਅਤੇ ਅਗਲੇ ਦਿਨ ਪੁਲਿਸ ਵਾਲਿਆਂ ਦੱਸਿਆ ਕਿ ਕੱਲ੍ਹ ਦਾਦੀ ਮਾਂ ਕੋਲੋਂ ਜਿਹੜੇ ਦੁੱਧ ਪੀ ਕੇ ਗਏ ਸੀ ਉਹ ਡਾਕੂ ਹੀ ਸਨ। ਇਸ ਤੋਂ ਪਿੱਛੋਂ ਬਾਬਾ ਜੀ ਨੇ ਟਰੱਕ ਮੰਗਵਾ ਕੇ ਸਾਰੇ ਕੀਮਤੀ ਸਮਾਨ ਦਾ ਭਰ ਕੇ ਪਟਿਆਲੇ ਭੇਜਤਾ, ਸਾਨੂੰ ਸਾਰਿਆਂ ਨੂੰ ਵੀ ਨਾਲ ਹੀ ਭੇਜਤਾ। ਤਾਂ ਹੀ ਤਾਂ ਸਾਧੂ ਸੰਤਾਂ ਨੇ ਆਖਿਆ ਵੀ ਬਹੁਤੀ ਮਾਇਆ ਦੁੱਖਾਂ ਦਾ ਘਰ ਹੈ। ਬੀਬੀ ਆਖਦੀ, ਤੇਰੇ ਬਾਬਾ ਜੀ ਕੋਲ ਭਲਾ ਕਿੰਨੀ ਕੁ ਮਾਇਆ ਹੋਊ? ਕਦੇ ਕਦੇ ਦਾਦੀ ਮਾਂ ਮੈਨੂੰ ਪੁੱਛਦੀ। ਮੈਂ ਦੱਸਾਂ ਚਾਚੀ, ਇੱਕ ਵਾਰੀ ਨਿੱਕੇ ਚੀਂਬੇ ਨੇ ਆਖਿਆ, ਜਿਹੜਾ ਕਈ ਸਾਲਾਂ ਤੋਂ ਇਸ ਘਰ 'ਚ ਘਰ ਦਾ ਜੀ ਬਣ ਕੇ ਰਹਿ ਰਿਹਾ ਸੀ। ਹਾਂ ਦੱਸ, ਦਾਦੀ ਮਾਂ ਨੇ ਆਖਿਆ, ਤੈਨੂੰ ਪਤਾ ਨਾ ਚਾਚਾ ਜੀ ਕਦੇ ਝੂਠ ਨਹੀਂ ਬੋਲਦਾ। ਅਤੇ ਉਹਨੇ ਕਚਹਿਰੀ 'ਚ ਗੁਟਕੇ 'ਤੇ ਹੱਥ ਰੱਖ ਕੇ ਸਹੁੰ ਖਾ ਕੇ ਕਿਸੇ ਦੀ ਜ਼ਮਾਨਤ ਇਹ ਆਖ ਕੇ ਦਿੱਤੀ ਹੈ ਵੀ 1 ਲੱਖ ਰੁਪਈਆ ਮੇਰੇ ਕੋਲ ਨਗਦ ਹੈਗਾ, ਅਤੇ ਮੈਂ ਇਹਦੀ ਥਾਂ ਭਰੂੰ ਜੇ ਕਿਧਰੇ ਭੱਜੇ ਨੱਠੇ। ਗੱਲ ਕਿ ਆਪਣੇ ਪਿੰਡ ਵਾਲੇ ਲੰਬੜਦਾਰ ਦੀ ਜ਼ਮਾਨਤ ਦਿੱਤੀ ਹੈ, ਮਾਮਲਾ ਨਹੀਂ ਤਾਰਿਆ ਸੀ ਉਹਨੇ। ਅਤੇ ਤੈਨੂੰ ਮੈਂ ਦੱਸਾਂ, 12,000 ਤਾਂ ਮੋਹਰਾਂ ਮੈਥੋਂ ਗਣਵਾ ਕੇ ਤੌਲੇ 'ਚ ਪਵਾ ਕੇ ਰੱਖੀਆਂ ਸੀ, ਇਹ ਹੁਣ ਰੱਬ ਨੂੰ ਪਤਾ ਵੀ ਉਹ ਤੌਲਾ ਦੱਬਿਆ ਕਿੱਥੇ ਹੈ। ਇੱਕ ਗੱਲ ਹੋਰ ਹੈ, ਰੱਖਿਆ ਭਾਵੇਂ ਘਰ 'ਚ ਹੀ ਹੈ, ਪਰ ਤੁਸੀਂ ਵਾਹ ਜਹਾਨ ਦੀ ਲਾ ਲਓ ਜੇ ਪਿੱਥੇ ਆ ਜਾਏ। ਬੜਾ ਜੁਗਤੀ ਹੈ ਚਾਚਾ, ਉਹ ਦੱਸਦਾ ਗਿਆ, ਪਰ ਦੇਖ ਲਓ ਖਰਚ ਦਾ ਭੋਰਾ ਨਹੀਂ, ਸ਼ਹਿਰ ਜਾਊਗਾ ਤਾਂ ਰੋਟੀ ਘਰੋਂ ਬੰਨ ਕੇ ਲਿਜਾਊਗਾ। ਅਸਲ 'ਚ ਮਹਾਜਣਾ ਵਰਗਾ ਹੈ ਚਾਚਾ, ਘਰ 'ਤੇ ਵਿਆਹ 'ਤੇ ਮਹਾਜਣਾ ਵਾਂਗੂ ਦਿਲ ਖੋਲ੍ਹ ਕੇ ਪੈਸਾ ਲਾਇਆ, ਬਾਕੀ ਤਾਂ ਵੀ ਚਿੱਪੜ ਹੈ। ਬਾਕੀ ਹਾਂ, ਜੇ ਬਿਸ਼ਨਾ ਪ੍ਰੋਹਤ ਆਖਦਾ ਵੀ ਗ੍ਰਹਿ ਦਾ ਸਮਾਂ ਆ ਰਿਹਾ, ਸੋਨੇ ਦੀ ਗਊ ਪੁੰਨ ਕਰ ਦੇ, ਸਹੁੰ ਮੈਨੂੰ ਗਊ ਦੀ, ਉਹ ਸੋਨੇ ਦੀ ਗਊ ਵੀ ਪੁੰਨ ਕਰ ਦਿਉ। ਊਂ ਜੇ ਮੈਂ ਕਦੇ ਆਖਾਂ ਚਾਚਾ ਲਾਂਭੇ ਜਾਣਾ 5 ਰੁਪਈਏ ਤਾਂ ਦੇਈਂ, ਤਾਂ 20 ਬਦਲਾਂ ਕਰੂਗਾ ਅਤੇ ਰੁਪਈਏ 5 ਦੀ ਥਾਂ 2 ਹੀ ਦੇਊਗਾ। ਵੇ ਰੰਨ ਨਾ ਕੰਨ, ਤੈਨੂੰ ਕੀ ਕਬੀਲਦਾਰੀਆਂ ਕਿਵੇਂ ਤੋਰਦੀਆਂ ਨੇ, ਬਾਬਾ ਜੀ ਹਮੇਸ਼ਾ ਦੂਰ ਦੀ ਸੋਚਦੇ ਨੇ। ਬੀਬੀ ਆਖਦੀ, ਲਿਆ ਦੋ ਪੇਕਿਆਂ ਤੋਂ ਸਾਖ ਜਾਂ ਮਿਹਣੇ ਮਾਰਨ ਜੋਗੀਆਂ ਹੋਈਆਂ, ਨਿੱਕਾ ਬੀਬੀ ਨੂੰ ਆਖਦਾ।
ਸਾਡੇ ਪਿੰਡ ਵਾਲੇ ਤਾਂ ਇੱਕ ਨੂੰ ਵਿਆਹ ਕੇ ਰੱਜੇ ਧਿਆਏ, ਕੋਈ ਮੂੰਹ ਕਿਹੜਾ ਕਰਦਾ ਇਸ ਪਾਸੇ। ਲੈ ਹੈ ਕਿਸੇ ਜੱਟ ਦੇ ਜਾਂ ਗੋਹਾ ਕੂੜਾ ਕਰਨ ਨਾਲੋਂ ਇੱਥੇ ਕੀ ਮਾੜਾ। ਘਰ ਨਲਕਾ, ਘਰ 'ਚ ਖੋਈ, ਪੱਕੇ ਚੁਬਾਰੇ, ਕੰਮ ਕਰਨ ਨੂੰ ਸਾਈ ਅਤੇ ਗਫੂਰ, ਅਜੇ ਗੱਲਾਂ ਆਉਂਦੀਆਂ ਨੇ। ਉਹ ਸ਼ਰੀਕਾਂ ਵਾਂਗ ਬੀਬੀ ਨਾਲ ਜਵਾਬ ਸਵਾਲ ਕਰਦਾ ਸੀ। ਡਾਕੂਆਂ ਤੋਂ ਡਰਦਿਆਂ ਸਾਨੂੰ ਪਟਿਆਲੇ ਭੇਜਤਾ ਸੀ। ਪਟਿਆਲੇ ਆ ਕੇ ਫਿਰ ਪੜ੍ਹਾਈ ਦਾ ਉਹੀ ਸਵਾਲ ਪੈਦਾ ਹੋ ਗਿਆ ਸੀ। ਮੇਰੇ ਤੋਂ ਛੋਟੀ ਸੁਰਜੀਤ ਨੂੰ ਜਸਪਾਲੋਂ ਹੋਸਟਲ 'ਚ ਪੜ੍ਹਨ ਪਾਤਾ ਸੀ। ਕਦੇ ਇੱਥੇ, ਕਦੇ ਉੱਥੇ, ਕਦੇ ਪਿੰਡ, ਕਦੇ ਪਟਿਆਲੇ, ਚੋਖਾ ਵਕਤ ਲੰਘ ਗਿਆ ਸੀ। ਇੱਕ ਦਿਨ ਜਗਦੀਪ ਕੌਰ ਭੈਣ ਜੀ ਸਰਦਾਰ ਗਿਆਨ ਸਿੰਘ ਰਾੜੇ ਵਾਲੇ ਦੀ ਸਾਲੇ ਹਾਰ ਘਰ ਆਈ। ਉਹਦੇ ਘਰ ਵਾਲੇ ਨੇ ਉਹਨੂੰ ਛੱਡਤਾ ਸੀ। ਉਹਦਾ ਇੱਕ ਛੋਟਾ ਜਿਹਾ ਪੁੱਤਰ ਸੀ ਜਿਹਨੂੰ ਉਹ ਪਾਲ ਰਹੀ ਸੀ ਅਤੇ ਉਹ ਸਿੰਘ ਸਭਾ ਸਕੂਲ 'ਚ ਪੜ੍ਹਾਉਂਦੀ ਸੀ। ਸ਼ਾਇਦ ਉਹਨੂੰ ਮੇਰੇ ਬਾਰੇ ਦੱਸਿਆ ਗਿਆ ਸੀ। ਉਹਨੇ ਮੈਨੂੰ ਕੋਲ ਸੱਦਿਆ। ਉਸ ਕੋਲੋਂ ਬੜੇ ਸੋਹਣੇ ਸੈਂਟ ਦੀ ਖੁਸ਼ਬੂ ਆ ਰਹੀ ਸੀ। ਅੱਛਾ ਐਂ ਕਰਦੀ ਹਾਂ, ਤੂੰ ਸਕੂਲ ਆ ਜਾਇਆ ਕਰ, ਪੜ੍ਹੀ ਨਾ, ਉੱਥੇ ਸਹੇਲੀਆਂ ਨਾਲ ਖੇਡਦੀ ਰਹੀ, ਉਹਨੇ ਆਖਿਆ। ਮੈਂ ਮੰਨ ਗਈ। ਅਗਲੇ ਦਿਨ ਬੇਜੀ ਨੇ ਡੱਬੇ 'ਚ ਅਚਾਰ ਅਤੇ ਪਰਾਂਠਾ ਪਾ ਕੇ ਦਿੱਤਾ। ਚੁਆਨੀ ਖਰਚਣ ਨੂੰ ਦੇ ਦਿੱਤੀ। ਧੋਬੀ ਦੇ ਧੋਤੇ ਹੋਏ ਕੱਪੜੇ ਪਾਏ, ਸਿਰ 'ਤੇ ਰੁਮਾਲ ਬੰਨ੍ਹੀ ਅਤੇ ਅਹਿਮਦ ਟਾਂਗਾ ਜੋੜ ਕੇ ਮੈਨੂੰ ਸਕੂਲ ਛੱਡਣ ਗਿਆ। ਸ਼ਾਮ ਨੂੰ ਜਦੋਂ ਮੈਨੂੰ ਸਕੂਲ ਲੈ ਕੇ ਆਇਆ ਤਾਂ ਮੇਰਾ ਮੂੰਹ ਕਮਲਾਇਆ ਪਿਆ ਸੀ। ਰੋਟੀ ਖਾ ਲਈ ਸੀ, ਬੇਜੀ ਨੇ ਪੁੱਛਿਆ। ਨਹੀਂ, ਮੈਂ ਦੱਸਿਆ। ਕਿਉਂ? ਉਸ ਸਕੂਲ ਦੇ ਗੇਟ ਕੋਲ ਇੱਕ ਮੰਗਤੀ ਬੈਠੀ ਸੀ, ਆਖਦੀ ਸੀ ਭੁੱਖ ਲੱਗੀ ਹੈ। ਉਹਨੂੰ ਦਿੱਤੇ ਸੀ ਪਰੌਂਠੇ ਅਤੇ ਚਵਾਨੀ ਦਾ ਕੁਝ ਖਾ ਲੈਣਾ ਸੀ। ਉਹ ਸਕੂਲ ਦੀ ਮਾਈ ਨੂੰ ਦਿੱਤੀ, ਆਖਦੀ ਸੀ ਟੱਬਰ ਘਰੇ ਭੁੱਖਾ ਬੈਠਾ, ਕੁਛ ਲੈ ਕੇ ਜਾਊਂਗੀ ਤਾਂ ਪਕਾਉਣਗੇ। ਪੋਤੇ ਨੇ, ਪੋਤੀਆਂ ਨੇ, ਨੂੰਹ ਹੈ, ਪਰ ਮੁੰਡਾ ਨਲਾਇਕ ਹੈ। ਜਿੰਨੇ ਪੈਸੇ ਆਉਂਦੇ ਨੇ ਤਨਖਾਹ ਦੇ, ਸਭ ਦੀ ਸ਼ਰਾਬ ਪੀ ਜਾਂਦਾ ਹੈ ਤੇਰੇ ਬਾਪੂ ਜੀ ਵਾਂਗੂ। ਪਹਿਲੇ ਹੀ ਦਿਨ ਸਕੂਲ 'ਚ ਇੱਕ ਦੋ ਮੇਰੀਆਂ ਸਹੇਲੀਆਂ ਵੀ ਬਣ ਗਈਆਂ। ਉਹਨਾਂ ਕੱਲ੍ਹ ਨੂੰ ਫਿਰ ਆਉਣ ਲਈ ਵੀ ਆਖਿਆ। ਆਉਣ ਲੱਗੀ ਨੂੰ ਜਗਦੀਪ ਕੌਰ ਭੈਣ ਜੀ ਨੇ ਇੱਕ ਤਸਵੀਰਾਂ ਵਾਲੀ ਕਿਤਾਬ ਵੀ ਦਿੱਤੀ। ਉਸ ਦਿਨ ਬਹੁਤ ਰਾਤ ਗਈ ਤੱਕ ਮੈਂ ਉਹ ਤਸਵੀਰਾਂ ਮੁੜ ਮੁੜ ਕੇ ਵੇਖਦੀ ਰਹੀ। ਅਗਲੇ ਦਿਨ ਫਿਰ ਅਹਿਮਦ ਤਾਂਗਾ ਜੋੜੀ ਸਕੂਲ ਜਾਣ ਲਈ ਹਾਕਾ ਮਾਰ ਰਿਹਾ ਸੀ। ਬੇਜੀ ਨੇ ਫਿਰ ਡੱਬੇ 'ਚ ਅਚਾਰ ਅਤੇ ਪਰਾਂਠੇ ਪਾ ਕੇ ਦਿੱਤੇ ਅਤੇ ਨਾਲ ਚਵਾਨੀ ਵੀ। ਅੱਜ ਫਿਰ ਰੋਟੀ ਮੰਗਤੀ ਨਹੀਂ ਖਾਧੀ। ਚਵਾਨੀ ਗੱਲਾਂ ਬਾਤਾਂ ਮਾਰ ਕੇ ਮਾਈ ਲੈ ਗਈ ਅਤੇ ਮੈਂ ਖੇਡ ਖੂਡ ਕੇ ਪਰਤਾਈ। ਪੜ੍ਹਨ ਦੀ ਕੋਈ ਆਪਣੀ ਮਨਸ਼ਾ ਹੀ ਨਹੀਂ ਸੀ। ਪਰ ਇੱਕ ਦਿਨ ਬਾਪੂ ਜੀ ਇੱਕ ਕੈਦਾ ਲੈ ਆਏ, ਇੱਕ ਕਾਪੀ ਅਤੇ ਇੱਕ ਪੈਨਸਲ ਵੀ। ਆਖਣ ਲੱਗੇ, ਅੱਛਾ ਆ ਜਾ, ਤੈਨੂੰ ਮੈਂ ਪੜ੍ਹਾਇਆ ਕਰੂੰ। ਉਹਨਾਂ 35 ਦੇ ਅੱਖਰ ਮੂਹਰੇ ਆਪ ਆਖੇ ਅਤੇ ਮਗਰੋਂ ਮੇਰੇ ਕੋਲੋਂ ਅਖਵਾਏ। ਕਾਪੀ ਦੇ ਹਰ ਇੱਕ ਸਫ਼ੇ ਉੱਤੇ ਪਹਿਲੀ ਲਾਈਨ ਅੱਖਰਾਂ ਦੀ ਆਪ ਲਿਖਤੀ ਅਤੇ ਮੈਨੂੰ ਦੱਸਿਆ ਇਸੇ ਤਰ੍ਹਾਂ ਹੇਠਾਂ ਤੂੰ ਲਿਖੀ। ਲਿਖਣ ਲੱਗੀ, ਅੱਖਰ ਠੀਕ ਨਹੀਂ ਪਏ। ਬਾਪੂ ਜੀ ਝਿੜਕੇ ਪਏ, ਚੁੱਪ ਚਾਪ ਮੇਰੀਆਂ ਅੱਖਾਂ 'ਚੋਂ ਹੰਝੂ ਡਿੱਗਣ ਲੱਗ ਪਏ। ਮਾਂ ਆਈ ਹੋਈ ਸੀ, ਬੋਲੀ, ਜਾ ਆਵੇ ਕਾਕਾ, ਕਿਉਂ ਝਿੜਕਦਾ? ਹੋਰ ਇੱਕੇ ਦਿਨ 'ਚ BA ਪਾਸ ਕਰ ਜੇ। ਅਤੇ ਮੈਨੂੰ ਬਾਂਹ ਤੋਂ ਫੜ ਕੇ ਉਠਾ ਲਿਆ। ਰਾਤ ਨੂੰ ਬੈਠ ਕੇ ਅੱਖਰ ਹੀ ਉਵੇਂ ਹੀ ਲਿਖੀ। ਬਾਪੂ ਜੀ ਨੇ ਕਾਪੀ ਪੈਨਸਲ ਮੇਰੀ ਵੱਲ ਕਰਦਿਆਂ ਕਿਹਾ। ਉਸ ਦਿਨ ਰਾਤ ਨੂੰ ਬੜੀ ਰਾਤ ਗਈ ਤੱਕ ਮੈਂ ਸਵਾਰ ਸਵਾਰ ਕੇ ਅੱਖਰ ਲਿਖਦੀ ਰਹੀ। ਅਗਲੇ ਦਿਨ ਬਾਪੂ ਜੀ ਨੇ ਕਾਪੀ ਵਿਖਾਉਣ ਲਈ ਅਤੇ 35 ਸੁਣਾਉਣ ਲਈ ਆਖਿਆ। 35 ਯਾਦ ਸੀ ਅਤੇ ਸਾਰੀ ਦੀ ਸਾਰੀ ਕਾਪੀ ਲਿਖ ਕੇ ਭਰੀ ਪਈ ਸੀ। ਬਾਪੂ ਜੀ ਦੇਖ ਕੇ ਹੱਸ ਪਏ, ਆਖਣ ਲੱਗੇ, ਛੋਟੀ ਭੈਣ ਜੇ ਇਸੇ ਸਪੀਡ ਨਾਲ ਪੜ੍ਹਨ ਲੱਗੀ ਤਾਂ ਮੈਥੋਂ ਤਾਂ ਤੂੰ ਮੂਹਰੇ ਨਿਕਲ ਜਾਏਂਗੀ। ਦੇਖ ਰੱਬ ਤੇਰਾ ਭਲਾ ਕਰੇ, 9ਵੀਂ ਜਮਾਤ 'ਚ ਲਾਏ ਆਪਾਂ 3 ਸਾਲ ਅਤੇ 10ਵੀਂ ਹਾਲੇ ਤਾਈਂ ਪਕਾ ਰਹੇ ਹਾਂ ਅਤੇ ਤੂੰ ਤਾਂ ਇੱਕੋ ਦਿਨ 'ਚ 35 ਪੜ੍ਹ ਲਈ ਅਤੇ ਲਿਖ ਕੇ ਕਾਪੀ ਭਰਤੀ। ਦਾਦੀ ਮਾਂ ਦੱਸਣ ਲੱਗੀ, ਪੜ੍ਹੀ ਹੋਈ ਤਾਂ ਇਹਦੀ ਬੀਬੀ ਵੀ ਹੈ। ਇੱਕ ਦਿਨ ਗੁਲਾਬ ਕੌਰ ਦਾ ਬਾਪੂ ਜੀ ਆਖਣ ਲੱਗਿਆ, ਲੈ ਭਾਈ ਚੰਦ ਕੁਰੇ ਇੱਕ ਕਾਰਡ ਤਾਂ ਲਿਖ ਦੇ। ਉਹ ਬੋਲੀ ਗਿਆ ਅਤੇ ਲਿਖੀ ਗਈ। ਲਿਖਾ ਕੇ ਆਖਣ ਲੱਗਿਆ, ਚੰਗਾ ਫਿਰ ਪੜ੍ਹ ਕੇ ਸੁਣਾ ਕੀ ਲਿਖਿਆ। ਸੁਣਾਵੇ ਕੀ ਜਾਣਦਿਆਂ ਦਾ ਸਿਰ, ਅੱਖਰ ਉਠਾਲੇ ਹੀ ਨਾ ਜਾਣ। ਅਤੇ ਗੁਲਾਬ ਕੁਰ ਦਾ ਬਾਪੂ ਜੀ ਮਗਰੋਂ ਰੂੰ ਦਾ ਪੰਬਾ ਲੈ ਕੇ ਕਾਟ ਧੋਂਦਾ ਫਿਰੇ। ਅੱਗੇ ਸੋਰੀ ਨੇ ਕਾਟ ਹੀ ਬਰਾਨ ਕਰਤਾ। ਜਦੋਂ ਇਹ ਤੂੰ ਆਪ ਤੋਂ ਨਹੀਂ ਉਠਾਲਿਆ ਜਾਂਦਾ, ਅਗਲਿਆਂ ਨੂੰ ਕੀ ਪਤਾ ਲੱਗੂ? ਕੋਲ ਬੈਠਾ ਤਾਇਆ ਸੁੰਦਰ ਹੱਸ ਪਿਆ, ਬੇਜੀ ਨੂੰ ਮਜ਼ਾਕ ਕਰਦਾ ਆਖਣ ਲੱਗਾ, ਜਦੋਂ ਸਾਡੇ ਬੇਜੀ ਜਸਪਾਲੋਂ ਦੇ ਸਕੂਲ 'ਚ ਪੜ੍ਹਦੀ ਸੀ, ਸਕੂਲ ਬਣਦਾ ਸੀ, ਕੁੜੀਆਂ ਇੱਟਾਂ ਢੋਂਦੀਆਂ, ਗਾਰਾ ਫੜਾਉਂਦੀਆਂ, ਚਲੋ ਜਾਣੇ, ਇਹ ਭਾਵੇਂ ਇੱਟਾਂ ਢੋ ਕੇ ਗਾਰਾ ਢੋ ਕੇ ਆ ਗਈ, ਗਾਹਾਂ ਨੂੰ ਤਾਂ ਕੁੜੀਆਂ ਦੇ ਪੜ੍ਹਨ ਨੂੰ ਸਕੂਲ ਬਣ ਗਿਆ। ਵੇ ਜਾ ਵੇ ਦਾਦੇ ਨਿਆ, ਚੱਲ ਇੱਟਾਂ ਹੀ ਢੋਈਆਂ ਸੀ, 4 ਅੱਖਰ ਪੜ੍ਹ ਤਾਂ ਲਏ, ਤੇਤੋਂ ਧੋ ਵੀ ਨਾ ਸਰਿਆ। ਅਖੇ ਕਾਲਾ ਅੱਖਰ ਮੈਸ ਬਰਾਬਰ, ਬੇਜੀ ਬੋਲੇ, ਆਹੋ 4 ਅੱਖਰ ਪੜ੍ਹ ਗਏ, ਜੇ ਤਾਂ ਹੀ ਤਾਂ ਇੱਕ ਸਿਰ ਟਿੰਡੇ ਨੂੰ ਲਿਖਦੀ ਹੈ, ਇੱਕ ਸਿਰ ਟਿੱਡੇ। ਤਾਇਆ ਸੁੰਦਰ ਅਜੇ ਵੀ ਮਜ਼ਾਕ ਕਰ ਰਿਹਾ ਸੀ। ਤਾਇਆ ਸੁੰਦਰ ਫੁੱਫੜ ਜੀ ਦੀ ਭਰਜਾਈ ਦਾ ਦੂਰੋਂ ਪਾਰੋਂ ਭਰਾ ਸੀ। ਅੱਧੀ ਉਮਰ ਤੋਂ ਮਗਰੋਂ ਪਤਾ ਨਹੀਂ ਕਿਉਂ ਅਤੇ ਕਿਵੇਂ ਫੁੱਫੜ ਜੀ ਹੋਰਾਂ ਕੋਲ ਆਪਣੇ ਛੋਟੇ ਭਾਈ ਜੈਮਲ ਸਮੇਤ ਆ ਗਿਆ ਸੀ। ਜੈਮਲ ਤਾਏ ਨੂੰ ਕਿਲੇ 'ਚ ਬਾਬਿਆਂ 'ਚ ਨੌਕਰ ਕਰਵਾ ਕੇ ਵੱਡੀ ਉਮਰੇ ਉਹਦਾ ਵਿਆਹ ਕਰਤਾ ਸੀ।
ਤੇ ਇਹਦੇ ਬੱਚੇ ਵੀ ਸਨ। ਪਰ ਤਾਇਆ ਸੁੰਦਰ ਨਾ ਨੌਕਰ ਹੋਇਆ ਨਾ ਵਿਆਹ ਕਰਵਾਇਆ। ਆਖਦਾ ਸੀ ਜੈਮਲ ਸਿੰਘ ਦਾ ਘਰ ਵਸ ਗਿਆ, ਪੀੜ੍ਹੀ ਗਾਹਾਂ ਤੁਰ ਪਈ, ਮੇਰਾ ਕੀ ਹੈ। ਅਤੇ ਉਹ ਗਊਆਂ ਮੱਝਾਂ ਨੂੰ ਸੰਭਾਲਦਾ, ਕੱਖ ਪਾਉਂਦਾ, ਦੁੱਧ ਚੋਂਦਾ, ਰਿੜਕਦਾ। ਇਸ ਘਰ 'ਚ ਇੱਕ ਕਿਸਮ ਦਾ ਦੁੱਧ ਘਿਓ ਦਾ ਭੰਡਾਰੀ ਸੀ। ਉਹਦੀ ਕਿਸੇ ਗੱਲ ਦਾ ਕੋਈ ਹਰਖ ਨਹੀਂ ਸੀ ਕਰਦਾ ਅਤੇ ਕਈ ਵਾਰੀ ਤਾਂ ਉਹ ਗਊਆਂ ਬੱਚੀਆਂ ਅਤੇ ਮੱਝਾਂ ਕੱਟੀਆਂ ਨਾਲ ਹੀ ਗੱਲਾਂ ਕਰਦਾ ਰਹਿੰਦਾ, ਜਾਂ ਫਿਰ ਉਹ ਕਬੀਰ ਦੇ ਭਜਨ ਗਾਉਂਦਾ ਰਹਿੰਦਾ। ਮੇਰੇ ਕਮਰੇ ਦੀ ਬਾਰੀ 'ਚੋਂ ਵਿਹੜੇ 'ਚ ਕੱਟੇ ਬੱਚੀਆਂ ਨਾਲ ਗੱਲਾਂ ਕਰਦਾ ਅਤੇ ਕਬੀਰ ਦੇ ਭਜਨ ਗਾਉਂਦਾ। ਤਾਇਆ ਸੁੰਦਰ ਜਿਵੇਂ ਪਿੰਡ ਦੀ ਇੱਕ ਦੁਨੀਆ ਸੀ ਅਤੇ ਘਰ ਦੇ ਅੰਦਰ ਸ਼ਹਿਰ ਦੀ ਦੁਨੀਆ ਅਤੇ ਮੇਰਾ ਕਮਰਾ ਦੋਨਾਂ ਦੇ ਵਿਚਕਾਰ ਸੀ। ਅੰਗ 7 ਸਿੰਘ ਸਭਾ ਸਕੂਲ 5 ਜਮਾਤਾਂ ਦਾ ਸਕੂਲ ਸੀ। ਉੱਥੇ ਬਸ ਇੱਕੋ ਇੱਕ ਜਗਦੀਪ ਕੌਰ ਭੈਣ ਜੀ ਸਨ ਅਤੇ ਇੱਕ ਮਾਈ ਸੀ। ਇਹ ਸਿੱਧੂ ਸਾਰੇ ਮੇਰੇ ਜਜਮਾਨ ਨੇ। ਮੈਂ ਸਿੱਧੂਆਂ ਦੇ ਪੁਰੋਹਿਤ ਦੀ ਧੀ। ਬੜਾ ਤਕੜਾ ਘਰ ਟੋਲਿਆ ਸੀ ਮੇਰੇ ਬਾਪ ਨੇ, ਪਰ ਪਲੇਠੀ ਦੀ ਕੁੜੀ ਅਤੇ ਸਾਲ ਭਰ ਦਾ ਮੁੰਡਾ ਸੀ ਜਦ ਰੰਡੀ ਹੋ ਗਈ ਸੀ। ਜਿਉਂਦੇ ਰਹਿਣ ਮੇਰੇ ਜਜਮਾਨ, 10-15 ਦਿਨੀ ਜਾਣਾ, ਮਾਰ ਗੱਠੜੀ ਬੰਨ ਕੇ ਸਿੱਧੇ ਦੀ ਲਿਆਉਣੀ, ਫਿਰ ਰਾਣੀ ਸਾਹਿਬਾ ਰੇਤ ਗੜਨੀ ਨੇ ਬੱਚੇ ਜਿਉਣ ਉਹਦੇ ਸਕੂਲ 'ਚ ਲਵਾਤਾ। ਬਈ ਮਹੀਨੇ ਦੇ ਮਹੀਨੇ ਬੱਝੇ ਰੁੱਝੇ ਰੁਪਈਏ ਤਾਂ ਆਉਣਗੇ। ਛੁੱਟੀ ਵਾਲੇ ਦਿਨ ਜਜਮਾਨਾਂ ਦੇ ਜਾ ਆਈ, ਸੋਹਣਾ ਵੇਲਾ ਲੰਘ ਗਿਆ ਸੀ। ਕੁੜੀ ਵਿਆਹਤੀ, ਸੁੱਖ ਨਾਲ 2 ਜਵਾਕ ਨੇ, ਮੁੰਡਾ ਵੀ ਵਿਆਹ ਲਿਆ ਸੀ, ਨੌਕਰ ਵੀ ਬੇਰ ਹਾਊਸ ਵਾਲਿਆਂ ਨੇ ਕਰਾਤਾ ਸੀ। ਪਰ ਨਿੱਜ ਹੋਇਆ ਖਬਰ ਨਹੀਂ ਕਿੱਥੋਂ ਦਾਰੂ ਪੀਣ ਲੱਗ ਪਿਆ, ਨਾ ਕਿਸੇ ਨੂੰ ਦੱਸਣ ਜੋਗੀਆਂ, ਸਾਰੀ ਤਨਖਾਹ ਦਾਰੂ ਦੇ ਮੂੰਹ ਫੂਕ ਛੱਡਦਾ। ਹਾਰ ਕੇ ਬਹੂ ਪ੍ਰੀਤਮ ਸਿਉਂ ਸਿੱਧੂ ਦੀ ਬੜੀ ਘਰ ਵਾਲੀ ਦਾ ਚੌਂਕਾ ਭਾਂਡਾ ਕਰਨ ਲਾਈ ਆ, ਉਹਨੂੰ ਵੀ ਮਾਰਦਾ ਰਹਿੰਦਾ, ਸਾਰੇ ਪੈਸੇ ਲੈ ਜਾਂਦਾ ਨਿੱਜ ਹੋਇਆ। ਮਾਈ ਹਰਤੇ ਕਰਤੇ ਮੇਰੇ ਨਾਲ ਗੱਲਾਂ ਕਰਨ ਲੱਗ ਜਾਂਦੀ, ਤਰਸ ਕਰਕੇ ਜੋ ਕੁਝ ਵੀ ਕੋਲ ਹੁੰਦਾ ਮੈਂ ਉਹਨੂੰ ਦੇ ਛੱਡਦੀ। ਸ਼ਾਇਦ ਇਸੇ ਲਈ ਉਹ ਬਾਰ ਬਾਰ ਆਖਦੀ, ਨਾ ਮੇਰੀ ਧੀ ਪੜ੍ਹੀ ਦਾ ਹੁੰਦਾ, ਸਕੂਲੋਂ ਨਹੀਂ ਖੁੰਝੀ ਦਾ, ਅਤੇ ਜਿਸ ਦਿਨ ਮੈਂ ਸਕੂਲ ਨਾ ਆਉਂਦੀ ਜਗਦੀਪ ਕੌਰ ਭੈਣ ਜੀ ਉਹਨੂੰ ਘਰ ਪਤਾ ਕਰਨ ਭੇਜ ਦੇ। ਕੁਝ ਹੀ ਦਿਨਾਂ 'ਚ ਕੈਦਾ ਅਤੇ ਫਿਰ ਪਹਿਲੀ ਜਮਾਤ ਦੀ ਕਿਤਾਬ ਖਤਮ ਕਰਕੇ ਮੈਂ ਜਗਦੀਪ ਕੌਰ ਭੈਣ ਜੀ ਨੂੰ ਆਖਿਆ, ਹੁਣ ਕੀ ਕਰਾਂ, ਹੁਣ ਦੂਜੀ ਜਮਾਤ ਦੀ ਕਿਤਾਬ ਪੜ੍ਹ, ਨਾਲੇ ਹਿਸਾਬ ਸਿੱਖਿਆ ਕਰ। ਦੂਜੀ, ਤੀਜੀ, ਚੌਥੀ, ਪੰਜਵੀਂ, ਮੈਂ ਦੇਖਿਆ ਮੈਂ ਤਾਂ ਸਾਰੀਆਂ ਕਿਤਾਬਾਂ ਪੜ੍ਹ ਸਕਦੀ ਹਾਂ, ਯਾਦ ਕਰ ਸਕਦੀ ਹਾਂ, ਇੱਕ ਸਵਾਲ ਸਮਝ ਕੇ ਸਾਰੇ ਕੱਢ ਸਕਦੀ ਹਾਂ, ਜਿਹੜਾ ਨਾਂ ਆਵੇ ਜਗਦੀਪ ਕੌਰ ਭੈਣ ਜੀ ਤੋਂ ਸਮਝ ਸਕਦੀ ਹਾਂ। ਇਉਂ ਉਸ ਸਾਲ ਜਦੋਂ ਸਾਲਾਨਾ ਇਮਤਿਹਾਨ ਹੋਏ ਤਾਂ ਮੈਂ 5ਵੀਂ ਜਮਾਤ ਦਾ ਇਮਤਿਹਾਨ ਦਿੱਤਾ ਅਤੇ ਪਾਸ ਹੋ ਗਈ। ਹੁਣ ਆਪਾਂ ਵਿਕਟੋਰੀਆ ਸਕੂਲ ਦਾਖਲ ਹੋਵਾਂਗੇ। ਮਿਸ ਸੇਨ ਭਾਈ ਜੀ ਭੈਣ ਜੀ ਦੇ ਸਕੂਲ ਰਣਜੀਤ ਨੇ ਮੈਨੂੰ ਦੱਸਿਆ, ਉਹਦੀ ਵੱਡੀ ਭੈਣ ਸੁਰਜੀਤ ਉੱਥੇ ਪੜ੍ਹਦੀ ਸੀ। ਰਣਜੀਤ ਹੁਣ ਮੇਰੀ ਪੱਕੀ ਸਹੇਲੀ ਸੀ। ਉਹਨੇ ਇਹ ਵੀ ਦੱਸਿਆ ਕਿ ਮੇਰੇ ਬਾਪੂ ਜੀ ਉਹਦੇ ਬਾਪੂ ਜੀ ਦੇ ਕਲਾਸ ਫੈਲੋ ਸਨ। ਵਿਕਟੋਰੀਆ ਸਕੂਲ ਬੇਰੀ ਸਕੂਲ ਦਾਖਲ ਕਰਾਉਣ ਗਏ। 6ਵੀਂ ਕਲਾਸ ਮੈਂ ਇਹ ਨਹੀਂ ਦਾਖਲ ਹੋ ਸਕਦੀ, ਇਹ ਤਾਂ ਬਹੁਤ ਛੋਟੀ ਹੈ, ਮਿਸ ਸੇਨ ਭੈਣ ਜੀ ਨੇ ਆਖ ਦਿੱਤਾ। ਬੇਜੀ ਨੇ ਜਗਦੀਪ ਕੌਰ ਭੈਣ ਜੀ ਨੂੰ ਦੱਸਿਆ ਵਾਪਸ ਆ ਕੇ, ਕੋਈ ਨਾ ਮੈਂ ਕਰਾਵਾਂ ਦਾਖਲ। ਆਖ ਜਗਦੀਪ ਕੌਰ ਭੈਣ ਜੀ ਨੇ 9 ਦੀ ਥਾਂ ਮੇਰੇ ਸਰਟੀਫਿਕੇਟ 'ਤੇ 12 ਸਾਲ ਉਮਰ ਕਰਤੀ ਅਤੇ ਆਪ ਜਾ ਕੇ ਮੈਨੂੰ ਦਾਖਲ ਕਰਵਾ ਆਈ। ਇਉਂ ਮੈਂ ਇੱਕ ਦਿਨ 'ਚ 3 ਵਾਰੀ ਲੰਘ ਕੇ ਵਿਕਟੋਰੀਆ ਸਕੂਲ 'ਚ ਦਾਖਲ ਹੋ ਗਈ। ਉਸ ਸਕੂਲ 'ਚ ਸਵੇਰੇ ਵਿਹੜੇ ਵਿੱਚ ਲਾਈਨਾਂ ਲਾ ਕੇ ਸਾਰੀਆਂ ਜਮਾਤਾਂ ਮਿਲ ਕੇ ਪ੍ਰੇਅਰ ਕਰਦੀਆਂ ਸਨ। ਲਾਈਨਾਂ 'ਚ ਕੱਦ ਅਨੁਸਾਰ ਖੜਾਇਆ ਜਾਂਦਾ ਸੀ। ਮੈਨੂੰ ਨਿੱਕੀ ਜਿਹੀ ਕੁੜੀ ਨਛੱਤਰ ਕੋਲ ਖੜਾਇਆ ਗਿਆ ਅਤੇ ਉਸੇ ਦੇ ਨਾਲ ਡੈਸਕ 'ਤੇ ਬਿਠਾਇਆ ਗਿਆ। ਕਿਲੇ ਵਰਗਾ ਇਹ ਸਕੂਲ, ਦੇਵੀ ਜੀ, ਮਿਸ ਸੇਨ ਭੈਣ ਜੀ, ਕਈ ਹੋਰ ਭੈਣ ਜੀਆਂ, ਹੱਥ ਲਾਇਆ ਮੈਲੀਆਂ ਹੋਣ ਵਾਲੀਆਂ, ਟਾਵੀਆਂ ਟਾਵੀਆਂ ਸਰਦਾਰਾਂ ਦੀਆਂ ਕੁੜੀਆਂ ਅਤੇ ਬਾਕੀ ਫੈਸ਼ਨੇਬਲ ਸ਼ਹਿਰੀ ਕੁੜੀਆਂ, ਸਭ ਕੁਝ ਵਧੀਆ ਸੀ। ਪਰ ਇੱਕ ਮੁਸੀਬਤ ਸੀ, ਸਰਦਾਰ ਕੌਰ ਭੈਣ ਜੀ ਦਾ ਸਿਲਾਈ ਦਾ ਜਦੋਂ ਪੀਰੀਅਡ ਆਉਂਦਾ, ਕੁੜੀਆਂ ਐਡੇ ਸੋਹਣੇ ਫੁੱਲ ਬੂਟੇ ਪਾਉਂਦੀਆਂ ਅਤੇ ਮੈਨੂੰ ਸੂਈ ਤੱਕ ਨਹੀਂ ਸੀ ਫੜਨੀ ਆਉਂਦੀ। 6ਵੀਂ ਜਮਾਤ 'ਚ ਚੋਪ ਦਾ ਮੇਜ਼ਪੋਸ਼ ਲੱਗਿਆ ਸੀ, ਬਾਕੀ ਚੀਜ਼ਾਂ ਨਾਲ ਇਹ ਵੀ ਤਿਆਰ ਕਰਨਾ ਸੀ। ਚਿੱਟਾ ਦਸੂਤੀ ਦਾ ਮੇਜ਼ਪੋਸ਼ ਅਤੇ ਉਹ ਨਾਭੀ ਰੇਸ਼ਮੀ ਗੋਲਾ ਮੈਂ ਵੀ ਲੈ ਆਈ। ਸਰਦਾਰ ਕੌਰ ਭੈਣ ਜੀ ਨੇ ਸ਼ੁਰੂ ਵੀ ਕਰਤਾ, ਪਰ ਮੈਨੂੰ ਆਵੇ ਹੀ ਨਾ ਕੱਢਣਾ। ਸਿੱਧੇ ਪਾਸੇ ਤੋਪਾ ਠੀਕ ਹੋਵੇ, ਪੁੱਠੇ ਪਾਸੇ ਗਲਤ ਹੋ ਜਾਏ, ਪੁੱਠੇ ਪਾਸੇ ਠੀਕ ਹੋਵੇ, ਸਿੱਧੇ ਪਾਸੇ ਗਲਤ ਹੋ ਜਾਏ। ਸਿਰ ਮੁੰਨੀ, ਤੈਨੂੰ 6ਵੀਂ ਜਮਾਤ ਮੈਂ ਕਰ ਕਿਸਨੇ ਦੀਆ, ਸਰਦਾਰ ਕੌਰ ਭੈਣ ਜੀ ਖਿੱਚ ਰਹੇ ਸਨ। ਅਗਲੇ ਦਿਨ ਮੈਂ ਮੇਜ਼ਪੋਸ਼ ਸਕੂਲ ਲੈ ਕੇ ਹੀ ਨਾ ਗਈ। ਆਖ ਦਿੱਤਾ ਭੁੱਲ ਆਈ ਤੀਜੇ ਦਿਨ ਵੀ, ਅਤੇ ਚੌਥੇ ਦਿਨ ਆਖਤਾ ਜੀ ਘਰ ਕੱਢਦੀ ਹੁੰਦੀ ਹਾਂ, ਇੱਥੇ ਮੈਲਾ ਹੋਜੂ, ਬਿਨਾਂ ਧੋਤੇ ਉਹ ਇਮਤਿਹਾਨ 'ਚ ਵਿਖਾਉਣਾ ਹੁੰਦਾ ਸੀ। 15 ਕੁ ਦਿਨ ਉਹ ਲੰਘ ਗਏ ਤਾਂ ਸਰਦਾਰ ਕੌਰ ਭੈਣ ਜੀ ਨੇ ਆਖਿਆ, ਕੱਲ੍ਹ ਨੂੰ ਲਿਆ ਕੇ ਦਿਖਾਈ। ਕੱਲ੍ਹ ਵੀ ਲੰਘ ਗਈ, ਜੇ ਕੱਲ੍ਹ ਵੀ ਨਾ ਲਿਆਈ ਮੈਂ ਮਿਸ ਸੇਨ ਭੈਣ ਜੀ ਕੋਲ ਲੈ ਜਾਵਾਂਗੀ, ਸਰਦਾਰ ਕੌਰ ਭੈਣ ਜੀ ਨੇ ਝਿੜਕਿਆ। ਅਤੇ ਅਗਲੇ ਦਿਨ ਮੈਂ ਉਹੀ ਸਰਦਾਰ ਕੌਰ ਭੈਣ ਜੀ ਦਾ ਛੂਹ ਕੇ ਦਿੱਤਾ ਮੇਜ਼ਪੋਸ਼ 'ਤੇ ਗੋਲਾ ਲੈ ਗਈ। ਦੇਖ ਕੇ ਸਰਦਾਰ ਕੌਰ ਭੈਣ ਜੀ ਨੇ 2-3 ਕੈਂਚੀਆਂ ਪੁੱਠੇ ਕਰਾ ਕੇ ਹੱਥਾਂ 'ਤੇ ਮਾਰੀਆਂ ਅਤੇ ਫੜ ਕੇ ਮਿਸ ਸੇਨ ਭੈਣ ਜੀ ਕੋਲ ਲੈ ਗਏ।
एक काम नहीं किया, उत्तों कलमू ही झूठ बोल दिया, जान निकाल दिया मार मार के। वो आख रहे सा क्या बात है, मिस सेन भैन जी ने पूछया। चुप चाप खड़ी थे, मेरे हंजू डिगन लगे। सरदार कौर भैन जी भेज के मिस सेन भैन जी ने आप सूई फड़ के मैनू चुप की कढ़ाई सिखाई। देखो झूठ नहीं बोलना, आगे से उन्हें आख्या ये जिमें उन्हों का हुक्म से, तो उन्हों का हुक्म कदे कोई टालता नहीं सी। एक मुसीबत होर सी, इस स्कूल च अंग्रेजी चौथी जमात तो शुरू हो जाती सी, तो मैं छेवीं च जदों दाखिल हुई कुड़ियां अंग्रेजी की किताब पढ़दिया सन, तो मैनू ABC भी नहीं सी आउंदी। अंग्रेजी लिए घर मास्टर ला दिता गया, मास्टर काफ़ी वड्डी वड्डी दाढ़ी वाला 40 साल का आदमी सी। मेरी सहेली करनल प्रीतम सिंह की लड़की अमरजीत नूं वी उही पढ़ाउंदा सी। 2 साल अंग्रेजी पढ़ाउंदा रहा, तो एक दिन वो पंजाबी की कविता लियाया तो आखन लगा मैं होर भी बहुत सारिया कवितावां लिखिया ने, तू पढ़ सकदी है कविता? कविता मेरे अगे करके उन्हें आख्या पंजाबी तो मैं पढ़ ही सकती हाँ, मैं पढ़ती। कैसी लगी? उन्हें पूछा। चंगी है, मैं आख दिता, भावें कविता की मैं उक्का समझ नहीं सी लगी। फिर वो मास्टर अंग्रेजी पढ़ाने के नाल नाल हर रोज़ एक कविता लियाने लग गया। ये तुसी क्यों लिखते हो? एक दिन मैं पूछा। एक लड़की है, मैं उस लिखदा, उस नाल मैं शादी करूँगा, फिर असी दरिया के कंढे एक घर बनावेंगे, साढ़े एक बच्चा हो, उहदा नाम असी राहुल रखांगे। तुहाडी जिहड़ी घरवाली ते बच्चे ने? मेरी घरवाली ते बच्चे? मैं तैनू की नहीं दस्या? हाँ, इस घरवाली नू मैं छड्ड देना है, इहनू अकल ही कोई नहीं, मास्टर जी ने दस्या। मैं चुप चाप सुन रही सी। मैं ते उस लड़की ने घरदिआं तों चोरियों एक दिन भज जाणा, किधरे दूर चले जावांगे, किसी नू भी पता नहीं लगना, फिर मैनू कौन पढ़ाया करूँ? जदों किताब मुक गई फिर भज्जो। मैं सहज सुभा आख्या चंगा। आख मास्टर जी रोज़ पढ़ाउण आउंदे रहे ते कवितावां लिख के लिआउंदे रहे। ये भी साल मुक्कण वाला सी, इम्तिहान होने वाले सन, मैनू अंग्रेजी काफ़ी आ गई सी। अज जिहड़ी कविता लिख के लियाई मास्टर जी ने आख्या इहदा जवाब लिख के दई। कविता का जवाब? मैं हैरान होकर पूछया। वड्डियां जमातां च कविता के जवाब लिखने पैंदे ने, उन्हां दस्या, पर मैनू नहीं आउंदा कविता का जवाब लिखना, कोशिश करी। मैं मास्टर जी के जाण मगरों कविता कई बारी पढ़ी, मतलब कुछ इउं सी कि मैं साध बन जावां, मर के भूत प्रेत जां अगले जन्म कोई कां जां तेरे बनेरे ते बैठ के कुरलावे, जां कोई उड़दा बदल जो तेरे वेहड़े वर जावे, नहीं तां कह दे कि मैं जिउंदा रहां। लिख लिया जवाब? अगले दिन मास्टर जी ने अंग्रेजी पढ़ाउंदे तां पुछया, नहीं मैनूं तां कविता समझ नहीं लगी। मैं जदों आख्या मैं कविता समझाउण लगे तो जाण लगे कविता होर दे गए, तो नाल आके कि मैं तो सोचदा जे मेरी जिंदगी दे सवाल दा जवाब ना मिलिया तो मैं जहर खा के मर जाऊंगा। उस दिन अजीब तरह की मैनू घबराहट हुई। अहमद नूं आख्या बेजी तो पुछ के मैनू अमरजीत दे घर लै चल। अहमद अजे टांगा जोड़ के जोड़ ही रहा सी, अमरजीत होरां दी कार फाटक वड़दी दी सी। मगरों जदों उहदे बेजी बेजी नाल गल्लां कर रहे सन, अमरजीत ते मैं बगीचे च जा बैठियां। अमरजीत अपने मास्टर जी ने तो जहर खा के मर जाणा, मैं बहुत चिंतातुर होकर दसिया। तैनू किवें पता है? मैनू उन्होंने दसिया सी, तां ही तां उह कविता लिखदे ने, नाले उन्होंने किसी कुड़ी नाल भज जाणा। तैनू किवें पता उह कविता लिखदे ने? मेरे कोल हैगियां ने कवितावां, चल तैनू दिखावां। आख मैं उन्हों अपने कमरे च लै आई, सारियां मेज़ की दराज चों कढ के उन्हों पढ़ातियां। एक एक कविता पढ़ के उन्हें पूछया, अखीरली कविता लिफाफे च पा के दिती सी? मैं आख्या हाँ। उस च चिट्ठी भी सी? नहीं। कित्थे उह लिफाफा? दराज च ही पिया। उन्हें दराज चो लिफाफा कढ लिया, उस चिट्ठी भी सी जिहड़ी मैं देखी नहीं सी। चिट्ठी पढ़ के उन्हें दसिया इहदे नाल दियां सारियां कवितावां मास्टर जी ने मैनू भी दित्तियां ने, अखीरली कविता नाल चिट्ठी भी सी जिस च लिखिया सी कि जे हुण भी मेरियां कवितावां दा जवाब ना दिता तो मैं जहर खा के मर जाऊंगा। मास्टर जी मरे पए, मास्टर जी नू शमशान भूमि नू लई जांदे, मास्टर जी नू जल रहे उसे छिन मेरे जहन विचों दी लंघे। बड़ी मुसीबत आ पई कि की करिए, हार के सोचा रघबीर भाजी तो पुछदे आ। रघबीर भरा जी वड्डे बेबे जी का भांजा सी, BA पास सी, इनकम टैक्स के महकमे च नौकर सी, अक्सर किताबां कतूबां पढ़ते रहन करके समझदार समझा जांदा सी। मैं ते अमरजीत उपर कोठे ते बैठे पढ़ रहे भरा जी कोल गईआं। भरा जी, साढ़े मास्टर जी ने जहर खा के मर जाणा, मैं फिक्रमंद हो के दस्या। सुन के वह किताब पुठी करके हसन लग पए। भरा जी सौं गुरु दी, नाले उन्हां किसी कुड़ी नाल भज जाणा, मैं दस्या। भरा जी गंभीर हो गए, थोनू किवें पता? उन्हां संजीदगी नाल पुछया। नहीं भरा जी,
ਅਸੀਂ ਤਾਂ ਤੁਹਾਨੂੰ ਪੁੱਛਣ ਆਈ ਹਾਂ ਵੀ ਕਵਿਤਾ ਦਾ ਜਵਾਬ ਕਿਵੇਂ ਲਿਖੀਦਾ। ਮੈਂ ਆਖਿਆ ਕਿਹੜੀ ਕਵਿਤਾ ਦਾ ਜਵਾਬ? ਉਹਨਾਂ ਪੁੱਛਿਆ, ਮੈਂ ਹੱਥ 'ਚ ਗੋਲ ਕੀਤੀਆਂ ਕਵਿਤਾਵਾਂ ਉਹਨਾਂ ਨੂੰ ਫੜਾਤੀਆਂ, ਉਹ ਪੜ੍ਹਨ ਲੱਗ ਪਏ। ਐਂ ਕਰੋ ਭਰਾ ਜੀ, ਤੁਸੀਂ ਇਹਨਾਂ ਦਾ ਜਵਾਬ ਲਿਖ ਦਿਓ, ਮਾਸਟਰ ਜੀ ਨੂੰ ਦੇ ਦਿਆਂਗੇ, ਜਾਓ ਤੁਸੀਂ ਇੱਥੋਂ। ਉਹਨਾਂ ਇੰਨਾ ਆਕੜ ਕੇ ਕਿਹਾ ਕਿ ਮੈਂ ਤੇ ਅਮਰਜੀਤ ਚੁੱਪ ਚਾਪ ਹੇਠਾਂ ਆ ਗਈ ਹਾਂ। ਅਗਲੇ ਦਿਨ ਮਾਸਟਰ ਜੀ ਨਹੀਂ ਆਏ। ਮੈਂ ਸੋਚਿਆ ਜ਼ਰੂਰ ਜ਼ਹਿਰ ਖਾ ਕੇ ਮਰ ਗਏ ਹੋਣਗੇ। ਕਈ ਵਰ੍ਹਿਆਂ ਮਗਰੋਂ ਇੱਕ ਦਿਨ ਸ਼ਿਮਲੇ ਮਾਲ ਰੋਡ ਉੱਤੇ ਭਰਾ ਜੀ ਨੇ ਦੂਰੋਂ ਇਸ਼ਾਰਾ ਕਰਕੇ ਮੈਨੂੰ ਵਿਖਾਉਂਦਿਆਂ ਆਖਿਆ, ਹੋ ਜਾਂਦਾ ਤੇਰਾ ਜ਼ਹਿਰ ਖਾ ਕੇ ਮਰਿਆ ਹੋਇਆ ਮਾਸਟਰ। ਅੰਗ 8 ਬਾਪੂ ਜੀ ਉੱਪਰ 67 ਦਾ ਗ੍ਰਹਿ ਸੀ, ਇਸ ਲਈ ਸਤਵਾਹ ਕਰਵਾਉਣ ਦਾ ਬਿਸ਼ਨੇ ਕਰੋਧ ਨੇ ਉਪਾਅ ਦੱਸਿਆ ਸੀ। ਦਾਦੀ ਮਾਂ ਪਿੰਡੋਂ ਆ ਕੇ ਮੈਨੂੰ ਲੈ ਗਈ ਅਤੇ ਨਾਲ ਹੀ ਬੀਜੀ ਹੋਰਾਂ ਨੂੰ ਦੱਸ ਗਈ, ਐਤਵਾਰ ਸਤਵਾਹ ਮੁੱਕੂ, ਉਦਣ ਨਾਲੇ ਯੱਗ ਕਰਾਂਗੇ, ਤੁਸੀਂ ਵੀ ਆ ਜਿਓ। ਲਿਪ ਪੋਚ ਕੇ ਵਿਹੜੇ 'ਚ ਬੇਦੀ ਗੱਡੀ ਗਈ, ਹਵਨ ਕੁੰਡ ਬਣਾਇਆ ਗਿਆ, ਹਵਨ ਦੀ ਸਮੱਗਰੀ ਲਿਆਂਦੀ ਗਈ, ਮੰਤਰ ਜਾਪ, ਹਵਨ ਧੂਫ, ਚਿੱਟੀਆਂ ਧੋਤੀਆਂ ਵਾਲੇ ਜਨੇਊ ਪਾਈ, ਤਿਲਕ ਲਾਈ, ਪੂਜਾ ਕਰ ਰਹੇ ਪੰਡਿਤ। ਲੱਗਦਾ ਸੀ ਹੁਣ ਸਰਸਤੀ ਕਿਵੇਂ ਰਹਿ ਜੂ ਇਸ ਘਰ। ਦਾਦੀ ਮਾਂ ਘਿਓ ਦੇ ਦੀਵੇ ਡੰਗਦੀ, ਪੰਡਿਤਾਂ ਦੇ ਪੈਰ ਧੋ ਧੋ ਭੋਜਨ ਛਕਾਉਂਦੀ, ਮੂੰਹ 'ਚ ਮੰਤਾ ਮੰਨਦੀ, ਇੱਕ ਤਾਂ ਮੇਰੇ ਦੀਵੇ ਨਾਲ ਦੀਵਾ ਲੱਗ ਜੇ, ਮੇਰੀ ਜਿਉਂਦੀ ਜਿਉਂਦੀ ਕਾਕੇ ਦਾ ਮੁੰਡਾ ਹੋ ਜੇ, ਦੂਜਾ ਉਹ ਸ਼ਰਾਬ ਛੱਡ ਜੇ। ਹੇ ਵਿਚਾਰੀਏ ਸਾੜ ਸਤੀਏ, ਮੇਰ ਦੀ ਨਜ਼ਰ ਕਰੇ। 4 ਕੁ ਦਿਨ ਹੋਏ ਸਨ ਸਤਵਾਹ ਚੱਲਦੇ ਨੂੰ। ਗੰਗਾ ਜਲ ਛਿੜਕ ਕੇ ਹਰੀ ਓਮ ਕਰਦੇ ਤੁਰੇ ਫਿਰਦੇ ਬਿਸ਼ਨੇ ਪੰਡਿਤ ਦੀ ਨਿਗਰਾਨੀ ਹੇਠ ਮੰਤਰਾਂ ਦਾ ਜਾਪ, ਧੂਫ, ਗੁੱਗਲ ਦੀ ਖੁਸ਼ਬੂ, ਹਵਨ 'ਚ ਤਿੜ ਤਿੜ ਕਰਕੇ ਜਲ ਰਹੀ ਸਮੱਗਰੀ ਦੀ ਸੁਗੰਧ ਘਰ ਨੂੰ ਤੀਰਥ ਜਿਹਾ ਬਣਾ ਰਹੀ ਸੀ। ਪਤਾ ਨਹੀਂ ਕਿਹਨੇ ਬਾਪੂ ਜੀ ਨੂੰ ਪਟਿਆਲੇ ਜਾ ਦੱਸਿਆ ਕਿ ਤੇਰੇ ਸਿਰੋਂ ਸਾੜ ਸਤੀ ਲਾਉਣ ਲਈ ਸਤਵਾਹ ਕਰਵਾਇਆ ਜਾ ਰਿਹਾ। ਇੱਕ ਦਿਨ ਆਥਣੇ ਜੇ ਬਾਬਾ ਜੀ ਬਾਹਰ ਗਏ ਸਨ ਤਾਂ ਬਾਪੂ ਜੀ ਆ ਗਏ ਪਹੁੰਚੇ। ਤੁਰ ਜਾਓ ਟੌਂਡਿਓ ਇੱਥੋਂ, ਨਹੀਂ ਟੰਬੇ ਖਾ ਕੇ ਜਾਓਗੇ। ਉਹਨਾਂ ਹੈਰਾਨ ਪਰੇਸ਼ਾਨ ਝਾਕ ਰਹੇ ਪੰਡਿਤਾਂ ਨੂੰ ਗਰਜ ਕੇ ਆਖਿਆ, ਨਾ ਮੇਰਾ ਪੁੱਤ, ਹਾੜੇ ਮੇਰਾ ਪੁੱਤ, ਇਉਂ ਨਾ ਕਰ, ਸਤਵਾਹ ਵਿਚਾਲਿਓਂ ਟੁੱਟਣਾ ਤਾਂ ਬਹੁਤ ਹੀ ਮਾੜਾ ਹੁੰਦਾ। ਮਾਂ ਹੱਥ ਜੋੜ ਰਹੀ ਸੀ, ਬਾਹਮਣ ਜਗੋ ਤਕੋ ਸਨ। ਮੈਂ ਕਹਿੰਦਾ ਭਲੀ ਪੱਤ ਨਾਲ ਵਗ ਜਾਓ, ਨਹੀਂ ਛਿੱਤਰ ਖਾ ਕੇ ਜਾਓਗੇ। ਬਾਪੂ ਜੀ ਨੇ ਦਾਦੀ ਮਾਂ ਨੂੰ ਬਾਂਹ ਨਾਲ ਪਰਤ ਘੇਲ ਕੇ ਬੇਦੀ ਪੁੱਟਣੀ ਸ਼ੁਰੂ ਕਰਤੀ। ਪੰਡਿਤ ਹਰੇ ਰਾਮ ਕਰਦੇ ਕਰਦੇ ਜੋ ਕੁਝ ਵੀ ਜਿਹਦੇ ਹੱਥ ਆਇਆ ਚੁੱਕ ਕੇ ਪੱਤਰਾ ਵਾਚ ਗਏ। ਬਾਪੂ ਜੀ ਨੇ ਸ਼ਰਾਬ ਪੀਤੀ ਹੋਈ ਸੀ, ਬੇਦੀ ਫੁੱਟ ਸੁੱਟੀ, ਕੋਲਿਆਂ ਦੇ ਮੁੱਢ ਭੁੰਜੇ ਪਟਕਾ ਮਾਰੇ, ਵੀਹੀ ਵਿਹੜਾ ਟੱਕੋ ਟੱਕੀ ਕੋਠਿਆਂ 'ਤੇ ਖੜਾ ਦੇਖ ਰਿਹਾ ਸੀ। ਦਾਦੀ ਮਾਂ ਖੂਹੀ ਕੋਲ ਪੂੰਝੇ ਬੈਠ ਕੇ ਰੋਈ ਜਾ ਰਹੀ ਸੀ। ਮੈਂ ਜੇ 100 ਰੁਪਈਆ ਮੰਗ ਲਾਂ ਤਾਂ ਸਾਰੇ ਟੱਬਰ ਦੇ ਗੋਲੀ ਵੱਜ ਜਾਂਦੀ ਹੈ, ਅਤੇ ਇਹਨਾਂ ਟੌਂਡਿਆਂ ਨੂੰ 1000 ਰੁਪਈਏ ਚਲੇ ਜਾਂਦੇ ਨੇ, ਵੜਨ ਮੇਰੇ ਘਰ ਮੁੜ ਕੇ ਜੇ ਟੰਗਾਂ ਨੂੰ ਵੜਦੇ ਆ। ਬਾਪੂ ਜੀ ਉੱਚੀ ਉੱਚੀ ਬੋਲ ਰਹੇ ਸਨ, ਬੇਨਿੱਜ ਹੋਇਆ ਰਹਿਣ ਦੇ ਤੁਗਦਾ ਇਸ ਘਰ ਨੂੰ, ਜੜ੍ਹਾਂ ਪੱਟੀਆਂ ਵਾਲਿਆ, ਕਿਉਂ ਤੂੰ ਦਰਗਾਹੋਂ ਧੱਕਿਆ ਗਿਆ, ਖੋਟੀ ਕਿਸਮਤ ਵਾਲਿਆ, ਤੈਂ ਮੈਨੂੰ ਹੀ ਤਪਾਉਣਾ, ਭੁੰਨ ਕੇ ਰੱਖਤਾ ਭੱਠੀ ਦੀ ਖੇਲਾਂ ਨੂੰ, ਦਾਦੀ ਮਾਂ ਗਾਲਾਂ ਦੇ ਰਹੀ ਸੀ। ਬਾਪੂ ਜੀ ਨੇ ਡੋਲ ਸੁੱਟ ਕੇ ਖੂਹੀ 'ਚੋਂ ਪਾਣੀ ਕੱਢਿਆ, ਜੱਗ 'ਚ ਪਾਇਆ ਅਤੇ ਕੋਠੇ ਜਾ ਚੜ੍ਹੇ। ਘੰਟੇ ਕੁ ਮਗਰੋਂ ਜਦੋਂ ਬਾਬਾ ਜੀ ਆਏ, ਸਭ ਕੁਝ ਦੇਖ ਕੇ ਬੋਲੇ, ਹੁਣ ਨਹੀਂ ਇਸ ਘਰ ਦਾ ਟਿਕਾਣਾ, ਜਿਹੜਾ ਬੰਦਾ ਧਰਮ ਕਰਮ ਗਮਾ ਬੈਠਦਾ ਹੈ ਉਹਦਾ ਨਹੀਂ ਫਿਰ ਕੁਛ ਬਚਦਾ, ਹੈ ਕਿੱਥੇ ਉਹ ਸਾਲੇ ਕੰਜਰ ਨੂੰ ਪੁੱਛਾਂ ਤਾਂ ਸਹੀ। ਚੁਬਾਰੇ 'ਚ ਨਿੱਕਾ ਛੀਂਬਾ ਦੇਖ ਕੇ ਆਇਆ, ਬਦਰੇ ਨੇ ਬਾਹਰੋਂ ਆ ਕੇ ਦੱਸਿਆ, ਉਹ ਤਾਂ ਵੱਗ ਗਿਆ ਪਟਿਆਲੇ ਨੂੰ। ਬਾਬਾ ਜੀ ਬੜੀ ਰਾਤ ਤੀਕ ਬਿਸ਼ਨੇ ਪੁਰੋਹਿਤ ਨਾਲ ਸਲਾਹਾਂ ਕਰਦੇ ਰਹੇ, ਕੁਛ ਵੀ ਪੁਰੋਹਿਤ ਜੀ ਉਪਾਅ ਕਰੋ, ਐਤਕੀ ਮੁੰਡਾ ਹੋ ਜੇ, ਮੈਂ ਸਭ ਕੁਛ ਉਹਦੇ ਨਾਂ ਕਰਾ ਦਾਂ, ਫਿਰ ਭਾਵੇਂ ਅਗਲੇ ਦਿਨ ਮਰ ਜਾਂ, ਨਹੀਂ ਇਹਨੇ ਸ਼ਰਾਬ ਮੂੰਹ ਘਰ ਉਜਾੜ ਦੇਣਾ। ਦੂਜਾ ਮੈਂ ਚਾਹੁੰਦਾ ਵੱਡੀਆਂ 2 ਕੁੜੀਆਂ ਦੇ ਵਿਆਹ ਕਰ ਜਾਂ ਆਪਣੇ ਹੱਥੀਂ, ਬੱਚੀਆਂ ਤਾਂ ਅਜੇ ਨਿਆਣੀਆਂ ਨੇ, ਪੁਰੋਹਿਤ ਨੇ ਆਖਿਆ, 6 ਮਹੀਨੇ ਤਾਂ ਦੇਖਦਿਆਂ ਵੀ ਲੱਗ ਜਾਂਦੇ ਨੇ, ਚੰਗੇ ਘਰ ਕਿਹੜਾ ਛੇਤੀ 'ਤੇ ਆ ਜਾਂਦੇ ਨੇ। ਇਹ ਤੋਂ ਪਿੱਛੋਂ ਬਾਬਾ ਜੀ ਨੇ ਚੰਗੇ ਘਰ ਬਾਰ ਟੋਲਣੇ ਸ਼ੁਰੂ ਕਰਤੇ, ਇਸ ਖਾਤਰ ਸੰਤਾਂ ਨਾਈ ਅਤੇ ਬਿਸ਼ਨਾ ਪੁਰੋਹਿਤ ਵੀ ਵਾਂਢੇ ਤੁਰੇ ਰਹਿੰਦੇ। ਵਾਪਸ ਆ ਕੇ ਬਾਬਾ ਜੀ ਨੂੰ ਪਤਾ ਸਤਾ ਦਿੰਦੇ, ਫਲਾਣੇ ਦੀ ਇੰਨੀ ਜ਼ਮੀਨ ਹੈ, ਇੰਨੇ ਮੁੰਡੇ ਨੇ, ਫਲਾਣਾ ਗੋਤ ਹੈ, ਫਲਾਣੇ ਫਲਾਣੇ ਥਾਂ ਰਿਸ਼ਤੇਦਾਰੀਆਂ ਨੇ, ਧੀਆਂ ਦੇ ਅਜਿਹੇ ਅਜਿਹੇ ਕਾਰਜ ਕੀਤੇ ਨੇ, ਸੁੱਚੀ ਕੁੱਲ ਹੈ, ਇੰਨੇ ਮੁੰਡੇ ਦਾ ਕੱਦ ਹੈ, ਇਹੋ ਜਿਹਾ ਰੰਗ ਹੈ, 9ਵੀਂ ਜਮਾਤ 'ਚ ਪੜ੍ਹਦਾ ਹੈ, ਐਡੀ ਅਗਲਿਆਂ ਦੀ ਹਵੇਲੀ ਹੈ, ਚੰਗੇ ਮਾਲਦਾਰ ਬੰਦੇ ਦੱਸੀਂਦੇ ਨੇ, ਇੰਨਾ ਕੁ ਵਿਆਹ 'ਤੇ ਖਰਚ ਕਰਨਾ ਪਊਗਾ। ਇਹਨਾਂ ਸਾਰੀਆਂ ਗੱਲਾਂ ਬਾਰੇ ਬਾਬਾ ਜੀ ਵਿਚਾਰ ਕਰਦੇ, ਦਾਦੀ ਮਾਂ ਨੂੰ ਦੱਸਦੇ, ਆਪ ਦੇਖਣ ਜਾਂਦੇ ਅਤੇ ਕਦੇ ਕਦੇ ਮੇਰੇ ਨਾਲ ਗੱਲਾਂ ਕਰਨ ਲੱਗ ਜਾਂਦੇ। ਹੋਰਨਾਂ ਸਭਨਾਂ ਥਾਵਾਂ ਨਾਲੋਂ ਥਾਂ ਮੈਨੂੰ ਫਲਾਣਾ ਵਾਲਿਆ ਚੰਗਾ ਲੱਗਦਾ ਹੈ, ਬਸ ਇੱਕੋ ਗੱਲ ਹੈ, ਮੁੰਡੇ ਦੀ ਮਾਂ ਦਾ ਸੁਭਾਅ ਚੰਗਾ ਨਹੀਂ, ਆਖਦੇ ਨੇ ਲੜੌਕੀ ਹੈ, ਉਹ ਮੁੰਡਾ ਨੇਕ ਹੈ ਦੇਖਣ ਪੱਖ ਨੂੰ, ਚੰਗਾ ਪਿਓ ਤਹਿਸੀਲਦਾਰ ਹੈ, ਮੁੰਡਾ ਕਾਲਜ 'ਚ ਪੜ੍ਹਦਾ, ਪਰ ਅੱਜ ਕੱਲ੍ਹ ਨੌਕਰ ਮੁੰਡੇ ਟੱਬਰਾਂ ਨੂੰ ਨਾਲ ਰੱਖਦੇ ਨੇ,
ਮਾਂ ਦਾ ਫਿਰ ਕੀ ਹੈ ਜੇ ਤੱਤੇ ਸੁਭਾਅ ਦੀ ਵੀ ਹੈ, ਦਾਦੀ ਮਾਂ ਨੇ ਦਲੀਲ ਦਿੱਤੀ ਸੀ। ਪਰ ਤੱਤੇ ਸੁਭਾਅ ਵਾਲੀ ਮਾਂ ਦਾ ਦੁੱਧ ਚੁੰਮ ਕੇ ਮੁੰਡਾ ਜਮਾਈ ਠੰਡੇ ਸੁਭਾਅ ਵਾਲਾ ਹੋਊ, ਇਹ ਕਿਵੇਂ ਕਹਿ ਸਕਦੇ ਹਾਂ? ਬਾਬਾ ਜੀ ਨੇ ਆਖਿਆ, 20 ਥਾਂ ਦੇਖ ਕੇ ਕੋਈ ਪਸੰਦ ਵੀ ਆਉਂਦਾ ਹੈ, ਹੋਰ ਕੀ ਰਾਜੇ ਦਾ ਕੌਰ ਟੋਲਣਾ। ਮਾਂ ਨੇ ਇੱਕ ਦਿਨ ਖਿਝ ਕੇ ਆਖਿਆ ਸੀ, ਛੋਟੀ ਲਈ ਤਾਂ 1-2 ਥਾਂ ਜਚੇ ਨੇ, ਪਰ ਉਹ ਅਜੇ ਬਹੁਤ ਛੋਟੀ ਹੈ, ਵੱਡੀ ਲਈ ਨਹੀਂ ਕੋਈ ਜਚਿਆ। ਜਿੱਥੇ ਚਿੱਤ ਮੰਨੇ ਵੀ ਇਹ ਜਮਾਈ ਠੀਕ ਹੈ, ਧੀ ਪੁੱਤ ਨੂੰ ਇੰਨਾ ਲਾਡਲਾ ਨਹੀਂ ਰੱਖੀਦਾ। ਮੈਂ ਕਹਿੰਦੀ ਹਾਂ ਅੱਗੇ ਕਿਸਮਤ ਖਬਰੇ ਕਿਹੋ ਜਿਹੀ ਹੈ, ਫਿਰ ਅਗਲੀ ਤੰਗ ਹੁੰਦੀ ਹੈ। ਦਾਦੀ ਮਾਂ ਆਖ ਰਹੀ ਸੀ, ਮੈਂ ਵਿਆਹੂੰਗਾ ਹੀ ਇਹੋ ਜਿਹੇ ਘਰ ਜਿੱਥੇ ਤੰਗ ਨਾ ਹੋਵੇ। ਲੇਖਾਂ ਦਾ ਨਹੀਂ ਪਤਾ ਹੁੰਦਾ ਧੀ ਪੁੱਤ ਦਿਆਂ ਦਾ, ਮਾਪਾ ਤਾਂ ਹਰੇਕ ਹੀ ਚਾਹੁੰਦਾ ਹੁੰਦਾ ਧੀ ਪੁੱਤ ਸੁਖੀ ਰਹੇ। ਮੈਂ ਚਾਹੁੰਦਾ ਇਹਦੇ ਨਾਂ ਕੁਛ ਰੁਪਈਆ ਬੈਂਕ 'ਚ ਰੱਖ ਦਿਆਂ। ਇਉਂ ਨਾ ਕਰੀ ਜੀ, ਰੁਪਈਏ ਕਈ ਵਾਰੀ ਜਾਨ ਦਾ ਖੋਹ ਬਣ ਜਾਂਦੇ ਨੇ, ਅਗਲੇ ਰੁਪਈਆਂ ਖਾਤਰ ਜਾਨ ਗਵਾ ਦਿੰਦੇ ਨੇ। ਦਾਦੀ ਮਾਂ ਨੇ ਕਿਹਾ ਤਾਂ ਕਾਕਾ ਜੀ ਸੋਚੀ ਪੈ ਗਏ। ਇਨੀ ਦਿਨੀ ਛੋਟੇ ਭੂਆ ਜੀ ਭਰੇ ਪੀਤੇ ਆ ਪਹੁੰਚੇ, ਆ ਕੇ ਆਖਣ ਲੱਗੇ, ਬਾਪੂ ਜੀ ਤੁਹਾਨੂੰ ਆਪਣੀ ਪੋਤੀ ਦਾ ਬਹੁਤ ਖਿਆਲ ਹੈ, ਮੇਰਾ ਤਾਂ ਨਹੀਂ ਭੋਰਾ ਵੀ। ਮੈਨੂੰ ਪਤਾ ਲੱਗਿਆ ਤੁਸੀਂ ਦੀਪ ਖਾਤਰ ਮੁੰਡੇ ਦੇਖਦੇ ਫਿਰਦੇ ਹੋ। ਆਹੋ, ਹੋਰ ਕੁੜੀਆਂ ਨੂੰ ਘਰੇ ਬਿਠਾਈ ਛੱਡਣਾ, ਬਾਬਾ ਜੀ ਬੋਲੇ। ਮੈਂ ਤੁਹਾਨੂੰ ਦੱਸਿਆ ਤਾਂ ਸੀ ਵੀ 2 ਵਾਰੀ ਹੋਏ ਜਦ ਮੇਰੇ ਕੋਲ ਮਿਲਣ ਗਈ ਹੋਈ ਸੀ ਤਾਂ ਉੱਥੇ ਮੇਰੀ ਨਣਦ ਵੀ ਆਈ ਸੀ, ਦੇਖ ਕੇ ਆਖਣ ਲੱਗੀ, ਸਾਰੇ ਬੈਠੇ ਸੀ ਕਿ ਭਾਬੀ ਇਸ ਤੇਰੀ ਭਤੀਜੀ ਦਾ ਤਾਂ ਮੈਂ ਆਪਣੇ ਮੁੰਡੇ ਨੂੰ ਸਾਕ ਲੈ ਲੈਣਾ। ਮੈਂ ਹਾਸੇ 'ਚ ਕਿਹਾ, ਹੋਰ ਸਾਨੂੰ ਕੀ ਚਾਹੀਦਾ? ਤਾਂ ਆਖਣ ਲੱਗੀ, ਚੰਗਾ ਫਿਰ ਅੱਜ ਤੋਂ ਇਹ ਸਾਡੀ ਹੋਈ। ਉਦੋਂ ਤਾਂ ਇਹ ਗੱਲ ਆਈ ਗਈ ਹੋਗੀ, ਪਰ ਪਿਛਲੇ ਸਾਲ ਜਦੋਂ ਕੋਠੇ ਤੋਂ ਡਿੱਗ ਕੇ ਮਰ ਗਈ ਤਾਂ ਸਾਰਾ ਟੱਬਰ ਆਖਦਾ ਵੀ ਅਸੀਂ ਚਾਹੁੰਦੇ ਹਾਂ ਉਹਦੇ ਬੋਲ ਪੁਗਾਏ ਜਾਣ, ਜਾ ਕੇ ਆਪਣੇ ਬਾਪੂ ਜੀ ਨੂੰ ਆਖ ਦੀਪ ਦਾ ਰਿਸ਼ਤਾ ਬੀਬੀ ਦੇ ਮੁੰਡੇ ਨੂੰ ਕਰ ਦੇਵੇ। ਬਾਪੂ ਜੀ ਨੇ ਕੋਈ ਹੁੰਗਾਰਾ ਨਾ ਭਰਿਆ, ਹੋਰ ਤੁਹਾਨੂੰ ਚਾਹੀਦਾ ਵੀ ਕੀ ਹੈ? 1000 ਵਿਘੇ ਘਰ ਦੀ ਝੋਟੇ ਦੇ ਸਿਰ ਵਰਗੀ ਜ਼ਮੀਨ ਹੈ, ਮੇਰੇ ਸਹੁਰੇ ਨੇ ਕੋਈ ਛੋਟਾ ਮੋਟਾ ਘਰ ਥੋੜ੍ਹਾ ਦੇਖਿਆ ਸੀ? ਬਾਕੀ ਤੁਹਾਨੂੰ ਪਤਾ ਹੀ ਹੈ, ਉਹਨਾਂ ਨੇ ਗਾਂਹ ਆਪਣੀ ਕੁੜੀ, ਮੇਰਾ ਮਤਲਬ ਹੈ ਮੁੰਡੇ ਦੀ ਭੂਆ ਪਮਾਲ ਵਾਲੇ ਮਹਿੰਦਰ ਸਿੰਘ ਨੂੰ ਵਿਆਹੀ ਸੀ, ਜਿਹਦੇ ਕਈ ਪਿੰਡ ਨੇ, ਹੁਣ ਤਾਂ ਮਰ ਗਿਆ, ਜਾਇਦਾਦ ਤਾਂ ਸਾਰੀ ਦਾ ਕੋਟ ਹੋਇਆ ਹੋਇਆ। ਬਾਬਾ ਜੀ ਫਿਰ ਚੁੱਪ ਸੀ। ਮੈਨੂੰ ਤਾਂ ਅਗਲਿਆਂ ਭੇਜਿਆ ਵੀ ਰੁਪਈਆ ਫੜ ਲਿਆ, ਤੂੰ ਬਲਦੇਵ ਕਰੇ ਕਮਲੀ ਹੋ ਗਈ, ਧੀਆਂ ਦੇ ਸਾਕ ਕਿਤੇ ਇਉਂ ਕੀਤੇ ਜਾਂਦੇ ਨੇ? ਠੀਕ ਹੈ ਉਹ ਤਕੜੇ ਸਰਦਾਰ ਨੇ, ਪਰ ਮਾਂ ਮੁੰਡੇ ਦੇ ਹੈਗੀ ਨਹੀਂ ਅਤੇ ਪਿਓ ਸ਼ਰਾਬੀ ਹੈ, ਉਸ ਘਰ ਮੈਂ ਆਪਣੀ ਪੋਤੀ ਵਿਆਹ ਦਿਆਂ? ਖੂਹ 'ਚ ਨਾ ਧੱਕਾ ਦੇ ਦੂੰ ਇਦੂੰ ਮੈਂ, ਬਾਬਾ ਜੀ ਨੇ ਤਲਖ ਹੋ ਕੇ ਆਖਿਆ। ਚੰਗਾ, ਸਗੋਂ ਸੱਸ ਜੇ ਨਹੀਂ ਹੈਗੀ, ਕੁੜੀ ਜਾਂਦੀ ਹੋਈ ਕਾਰ ਮੁਖਤਿਆਰ ਹੋ ਜੂ ਘਰ ਦੀ, ਨਹੀਂ ਤਾਂ 10-10 ਸਾਲ ਤਾਂ ਬੁੜੀਆਂ ਪੈਰ ਹੀ ਨਹੀਂ ਲੱਗਣ ਦਿੰਦੀਆਂ। ਦੂਜਾ, ਜੇ ਕਿਸੇ ਦੇ ਘਰ ਕੁਛ ਹੋਊ ਉਹੀ ਸ਼ਰਾਬ ਪੀਓ, ਬਾਕੀ ਕਿਹੜਾ ਸਰਦਾਰ ਨਹੀਂ ਸ਼ਰਾਬ ਪੀਂਦਾ, ਕੋਈ ਥੋੜ੍ਹੀ ਕੋਈ ਬਹੁਤੀ ਪੀਂਦਾ, ਅਤੇ ਸਾਰੇ ਹੀ ਨੇ, ਭੂਆ ਜੀ ਦਲੀਲਾਂ ਦੇ ਰਹੇ ਸਨ। ਅਤੇ ਮੁੰਡਾ 10ਵੀਂ 'ਚੋਂ ਫੇਲ ਹੋਇਆ ਹੈ ਨਾ? ਬਾਬਾ ਜੀ ਨੇ ਆਖਿਆ। ਜੇ ਫੇਲ ਹੋਇਆ ਤਾਂ ਕੀ ਹੈ, ਅਗਲੇ ਸਾਲ ਪਾਸ ਹੋ ਜੂ, ਨਾਲੇ ਪੜ੍ਹ ਕੇ ਉਹਨੇ ਕੀ ਕਰਨਾ ਹੈ, ਮਾਰ ਘਰ ਲਾਈ ਨਹੀਂ ਲੱਗਦੀ। ਲੁਧਿਆਣੇ ਬੱਸਾਂ ਚੱਲਦੀਆਂ ਨੇ, 5-5, 4-4 100 ਦੇ ਤਾਂ ਉਹਨਾਂ ਡਰਾਈਵਰ ਰੱਖੇ ਹੋਏ ਨੇ। ਮੈਂ ਤਾਂ ਤੈਨੂੰ 100 ਦੀ ਇੱਕੋ ਗੱਲ ਸੁਣਾਤੀ ਵੀ ਭਾਵੇਂ ਰਹੋ ਰਾਜੀ ਭਾਵੇਂ ਰਹੋ ਗੁੱਸੇ, ਮੈਂ ਉੱਥੇ ਰਿਸ਼ਤਾ ਨਹੀਂ ਕਰਨਾ। ਆਖ ਬਾਬਾ ਜੀ ਉੱਥੋਂ ਉੱਠ ਕੇ ਤੁਰ ਗਏ। ਭੂਆ ਜੀ ਮਾਂ ਕੋਲ ਬੈਠੇ ਕਿੰਨਾ ਹੀ ਚਿਰ ਗੱਲਾਂ ਕਰਦੇ ਰਹੇ ਅਤੇ ਰੋਂਦੇ ਵੀ ਰਹੇ, ਪਰ ਮਾਂ ਨੇ ਆਖਿਆ ਜੋ ਉਹਦੇ ਜੀ 'ਚ ਹੈ ਉਹੀ ਕਰੂ, ਬਾਪੂ ਜੀ ਤੁਹਾਡਾ ਮੇਰੀ ਕੀ ਵਟੀਂਦੀ ਹੈ। ਅਤੇ ਆਥਣੇ ਦਾਦੀ ਮਾਂ ਨੇ ਫਿਰ ਬਾਬਾ ਜੀ ਨੂੰ ਨਾਲ ਗੱਲ ਤੋਰੀ, ਮਖਾਂ ਗੁਲਾਬ ਕੌਰ ਦੇ ਬਾਪੂ ਜੀ ਬੰਦੇ ਦੇਖੇ ਭਾਲੇ ਨੇ, ਕਿਸੇ ਅਨਬੋੜ ਦਾ ਕੀ ਪਤਾ ਹੁੰਦਾ ਵਿੱਚੋਂ ਅਗਲਾ ਕਿਹੋ ਜਿਹਾ, ਨਾਲੇ ਅਗਲੇ ਬਲਦੇਵ ਕੌਰ ਨਾਲ ਤਾਂ ਔਖੇ ਭਾਰੇ ਹੋਣ, ਆਖਰ ਰੂੜੀ ਦਾ ਕੂੜਾ ਤਾਂ ਰੂੜੀ ਸੁਟਵਾਉਣੀ ਹੈ, ਕੁੜੀ ਨੂੰ ਵਿਆਹੁਣਾ ਤਾਂ ਹੈ ਹੀ, ਤੂੰ ਮੈਨੂੰ ਮੱਤਾ ਦਿੰਦੀ ਹੈ। ਕਹਿ ਕੇ ਬਲਦੇਵ ਕੌਰ ਨੂੰ ਮੈਂ ਨਹੀਂ ਉੱਥੇ ਸਾਕ ਕਰਨਾ, ਤੁਹਾਨੂੰ ਕੀ ਪਤਾ ਮੁੰਡੇ ਦੀ ਮਾਂ ਕੋਠੇ ਤੋਂ ਚਾਨ ਚੱਕ ਡਿੱਗ ਕੇ ਮਰੀ ਹੈ ਜਾਂ ਆਪ ਮਾਰੀ ਹੈ। ਬਾਬਾ ਜੀ ਨੇ ਤਿਉੜੀਆਂ ਪਾ ਕੇ ਕਿਹਾ, ਲੈ ਹੈ ਜੀ ਕੀ ਗੱਲਾਂ ਕਰਦਾ, ਇਹ ਗੱਲ ਤਾਂ ਸਾਰੇ ਜੱਗ ਨੂੰ ਪਤਾ ਵੀ ਸਲਵਾਰ ਦੀ ਮੂਹਰੀ 'ਚ ਪੈਰ ਫਸ ਗਿਆ ਅਤੇ ਉਹ ਕੋਠੇ ਤੋਂ ਡਿੱਗ ਪਈ ਅਤੇ ਮਰ ਗਈ, ਸਾਰੇ ਜੱਗ ਨੂੰ ਤਾਂ ਉਹੀ ਪਤਾ ਨਾ ਜੋ ਉਹਨੂੰ ਦੱਸਿਆ। ਲੈ ਜੇ ਕੋਈ ਗੱਲ ਹੁੰਦੀ, 5 ਭਰਾ ਸੀ ਅਗਲੀ ਦੇ ਜਿਉਂਦਿਆਂ ਛੱਡ ਦੇ, ਰਹਿਣ ਦੇ ਤੂੰ ਸਭ ਗੱਲਾਂ, ਮੈਂ ਜਾਣਦਾ ਸਰਦਾਰਾਂ ਦੇ ਘਰ 'ਚ ਜੋ ਹੁੰਦਾ, ਮੈਂ ਤਾਂ ਸਾਕ ਕਿਸੇ ਚੰਗੀ ਨੌਕਰੀ ਵਾਲੇ ਮੁੰਡੇ ਨੂੰ ਕਰਨਾ, ਬਾਕੀ ਬਲਦੇਵ ਕੌਰ ਨੂੰ ਆਖਦੇ ਵੀ ਪ੍ਰਾਹੁਣੇ ਨੂੰ ਨਾ ਭੇਜੇ ਇਸ ਕੰਮ ਖਾਤਰ, ਫਿਰ ਅਗਲਾ ਕਹੂਗਾ ਮੇਰੀ ਰੱਖੀ ਨਹੀਂ, ਇਹ ਗੱਲ ਤੀਹੋ ਕਾਲ ਨਹੀਂ ਹੋਣੀ। ਬਾਬਾ ਜੀ ਨੇ ਫੈਸਲਾ ਸੁਣਾ ਦਿੱਤਾ, ਭੂਆ ਜੀ ਰੋਂਦੇ ਵਾਪਸ ਚਲੇ ਗਏ। ਛੇਤੀ ਕਿਤੇ ਗੱਲ ਪੱਕੀ ਹੋ ਜਾਏ ਤਾਂ ਚੰਗਾ, ਇਸ ਕਲੱਛਣੇ ਟੱਬਰ ਨੇ ਮੈਨੂੰ ਦੁਖੀ ਕਰ ਮਾਰਿਆ, ਬਾਬਾ ਜੀ ਬਹੁਤ ਫਿਕਰਮੰਦ ਹੋ ਕੇ ਆਖ ਰਹੇ ਸੀ। ਉੱਧਰ ਬਿਸ਼ਨਾ ਪ੍ਰੋਹਤ ਆਖ ਰਿਹਾ ਸੀ, ਕੋਈ ਉਪਾਅ ਕਰ ਲਓ ਸਤਵਾਹ ਦਾ,
ਇਉਂ ਅੱਧ ਵਿਚਾਲੇ ਰਹਿ ਜਾਣਾ ਚੰਗਾ ਨਹੀਂ ਹੁੰਦਾ, ਸਾੜਸਤੀ ਬਲ ਕਰ ਰਹੀ ਹੈ। ਬੀਬੀ ਆਖਦੀ, ਜਵਾਕਾਂ ਦੀ ਰੱਬ ਮੰਨ ਲੈਂਦਾ, ਤੂੰ ਦੀਪ ਅਰਦਾਸ ਕਰਿਆ ਕਰ, ਰੱਬ ਤੈਨੂੰ ਇੱਕ ਵੀਰ ਦੇ ਦੇਵੇ, ਨਹੀਂ ਤਾਂ ਇੰਦੂ ਦੇ ਮੁੰਡੇ ਤੇਰੇ ਬਾਪੂ ਜੀ ਨੂੰ ਮਾਰ ਦੇਣਗੇ ਜ਼ਮੀਨ ਸਾਂਭਣ ਖਾਤਰ। ਇੰਦੂ ਤਾਂ ਆਪ ਉਹਨਾਂ ਨੂੰ ਆਖ ਦਿੰਦੀ ਹੈ ਵੀ ਰੁੜ ਜਾਣਿਓ, ਇੱਕ ਜਣਾ ਮਾਰ ਦਿਓ ਕਾਕੇ ਨੂੰ, ਬਾਕੀ ਚਾਰ ਉਹਦੀ ਢੇਰੀ ਸਾਂਭ ਲਓ। ਇਹ ਤਾਂ ਬਾਬਾ ਜੀ ਤੋਂ ਡਰਦੇ ਨੇ ਵੀ ਕੋਹਲੂ ਥਾਣੀ ਪੜਵਾ ਦੂ ਸਾਰੇ ਟੱਬਰ ਨੂੰ, ਨਹੀਂ ਹੁਣ ਤਾਂ ਹੀ ਉਹਨਾਂ ਨੇ ਛੱਡਣਾ ਸੀ ਤੇਰੇ ਬਾਪੂ ਜੀ ਨੂੰ। ਪਰ ਬਾਪੂ ਜੀ ਕੋਲ ਬੰਦੂਕ ਹੁੰਦੀ ਹੈ, ਪਿਸਤੌਲ ਹੈ, ਉਹ ਮਾਰ ਕਿਵੇਂ ਦੇਣਗੇ, ਮੈਂ ਆਖਿਆ ਸੀ। ਉਹ ਨਹੀਂ ਹੈ, ਉਹ ਸਾਹਮਣੇ ਆਏ ਤਾਂ ਉਹ ਦਸਾਂ ਬੰਦਿਆਂ ਨੂੰ ਨਹੀਂ ਵਿੱਧ ਦੇ ਸਿਰ ਪੜਾ ਕੇ ਹੀ ਮਾਰ ਦੇਣ ਦੋ ਨੂੰ, ਪਰ ਜੇ ਅਗਲਿਆਂ ਨੇ ਹਨੇਰੇ ਸਵੇਰੇ ਵੇਲਾ ਕੁ ਵੇਲਾ ਤਕਾ ਕੇ ਮਾਰ ਕੀਤੀ ਫੇਰ ਨਹੀਂ ਕੁਛ ਬਣਨਾ। ਮੈਂ ਤਾਂ ਹਰ ਵੇਲੇ ਸੁੱਖਾਂ ਸੁੱਖਦੀ ਰਹਿੰਦੀ ਹਾਂ ਵੀ ਬਾਬਾ ਨਾਨਕ ਉਹਨਾਂ ਦੇ ਅੰਗ ਸੰਗ ਸਹਾਈ ਹੋਵੇ। ਬਾਬਾ ਨਾਨਕ ਨਹੀਂ, ਗੁਰੂ ਗੋਬਿੰਦ ਸਿੰਘ ਆਖਿਆ ਕਰ, ਉਹਨਾਂ ਕੋਲ ਤਾਂ ਤਲਵਾਰ ਵੀ ਹੁੰਦੀ ਹੈ। ਮੈਂ ਜਦੋਂ ਆਖਿਆ ਉਹ ਹੱਸ ਪਈ, ਬੋਲੀ, ਇਸ ਘਰ ਦੇ ਸਾਰੇ ਜੀਆਂ 'ਚ ਖਬਰ ਨਹੀਂ ਇੰਨੀ ਅਕਲ ਕਿੱਥੋਂ ਆ ਗਈ, ਮੈਨੂੰ ਤਾਂ ਇਹ ਸੁੱਝਿਆ ਹੀ ਨਹੀਂ ਵੀ ਤੇਰੇ ਬਾਪੂ ਜੀ ਦੀ ਰੱਖਿਆ ਕਰਨ ਲਈ ਗੁਰੂ ਨਾਨਕ ਦੀ ਥਾਂ ਗੁਰੂ ਗੋਬਿੰਦ ਸਿੰਘ ਨੂੰ ਆਖਾਂ। ਅਤੇ ਕੁਝ ਹੀ ਦਿਨਾਂ ਮਗਰੋਂ ਐਰ ਵੈਰ ਮਿਲਦਿਆਂ ਰੋਡੂ ਛਿੰਬਾ ਨੱਠਿਆ ਆਇਆ, ਅੰਮਾ ਲੜਾਈ ਹੋ ਪਈ ਸੱਥ 'ਚ, ਘਰ ਦੇ ਸਾਰੇ ਜੀ ਬਾਹਰ ਨੂੰ ਨੱਠੇ। ਗੱਲ ਇਹ ਹੋਈ ਕਿ ਨਿੱਕਾ ਜਿਹਾ ਡੰਡੋਰਕਾ ਹੱਥ 'ਚ ਫੜੀ ਬਾਪੂ ਜੀ ਨਿਆਈ ਵਾਲੇ ਖੇਤ ਕੰਨੀ ਗੇੜਾ ਮਾਰ ਕੇ ਘਰ ਨੂੰ ਆ ਰਹੇ ਸੀ। ਇੰਦੋ ਦੇ ਮੁੰਡਿਆਂ 'ਚੋਂ ਇੱਕ ਨੇ ਮਗਰੋਂ ਸਿਰ 'ਚ ਗੰਡਾਸਾ ਮਾਰਨ ਦੀ ਕੋਸ਼ਿਸ਼ ਕੀਤੀ ਪਰ ਨਿਸ਼ਾਨਾ ਖੁੰਝ ਜਾਣ ਕਰਕੇ ਮੋਹਰਾਂ 'ਚ ਆ ਵੱਜਿਆ। ਸਵੈਟਰ ਕੁੜਤਾ ਕੱਟ ਕੇ ਗੰਡਾਸੇ ਨੇ ਜ਼ਖਮ ਕਰਤਾ, ਪਰ ਲੱਗਦੇ ਹੱਥ ਬਾਪੂ ਜੀ ਨੇ ਭੌਂ ਕੇ ਗੰਡਾਸਾ ਖੋਹ ਲਿਆ। ਇੰਨੇ ਨੂੰ ਇੰਦੋ ਦੇ ਦੂਜੇ ਮੁੰਡੇ ਡਾਂਗਾ ਕਿਰਪਾਨਾਂ ਨਾਲ ਟੁੱਟ ਪਏ। ਬਾਪੂ ਜੀ ਨੇ ਉਸੇ ਗੰਡਾਸੇ ਦੇ ਪੁੱਠੇ ਪਾਸੇ ਨਾਲ ਦੋ ਤਿੰਨ ਨੂੰ ਝੰਬਿਆ, ਕੁਝ ਸੱਟਾਂ ਹੋਰ ਮਾਰ ਗਏ, ਇਹਨੇ ਨੂੰ ਹੋਰ ਲੋਕ ਵੀ ਭੱਜੇ। ਬਾਪੂ ਜੀ ਚੱਕਰ ਖਾ ਕੇ ਡਿੱਗ ਪਏ। ਇੰਦੋ ਦੇ ਭੱਜੇ ਜਾਂਦੇ ਮੁੰਡੇ ਮੁੜੇ ਬਈ ਮਾਰ ਚੱਲੀਏ, ਪਰ ਇੰਨੇ ਨੂੰ ਰੋਂਦੀ ਪਿੱਟਦੀ ਮਾਂ ਬਾਪੂ ਜੀ ਉੱਪਰ ਜਾ ਡਿੱਗੀ। ਲੋਕਾਂ ਨੇ ਇੰਦੋ ਦੇ ਮੁੰਡਿਆਂ ਨੂੰ ਰੋਕ ਲਿਆ, ਬਾਪੂ ਜੀ ਦੀ ਸੱਟਾਂ ਲੱਗੀਆਂ ਲਗਾਈਆਂ, ਖੂਨ ਵਗਦੇ ਵਗਦੇ ਫਿਰ ਉੱਠੇ, ਇੱਕ ਚੀਚੀ ਵੱਟ ਕੇ ਗਾਲ ਕੱਢ ਕੇ ਇੰਦੋ ਦੇ ਮੁੰਡਿਆਂ ਨੂੰ ਲਲਕਾਰਿਆ, ਪਰ ਲੋਕਾਂ ਫੜ ਲਿਆ। ਫਿਰ ਗੱਡਾ ਜੋੜ ਕੇ ਬਾਪੂ ਜੀ ਨੂੰ ਅੱਧਾ ਪਿੰਡ ਇਕੱਠਾ ਹੋ ਕੇ ਮਲੌਦ ਹਸਪਤਾਲ ਲੈ ਕੇ ਗਏ। ਸਵੇਰ ਤੱਕ ਪੁਲਿਸ ਲੈ ਕੇ ਫੁੱਫੜ ਜੀ ਆ ਪਹੁੰਚੇ, ਪਰ ਬਾਪੂ ਜੀ ਆਖਦੇ ਸਨ, ਕੇਸ ਪੁਲਿਸ ਨੂੰ ਨਹੀਂ ਦੇਣਾ, ਮੈਂ ਆਪ ਹੀ ਸਮਝ ਲਊਂ, ਸਾਲਿਆਂ ਦੀ ਇਹ ਹਿੰਮਤ। ਬਾਬਾ ਜੀ ਆਖਦੇ ਸਨ, ਮੇਰਾ ਚਾਹੇ ਕੁਛ ਲੱਗ ਜੇ ਸਾਰਿਆਂ ਨੂੰ ਉਮਰ ਕੈਦ ਨਾ ਕਰਵਾਈ, ਮੇਰਾ ਨਾਂ ਹਜੂਰਾ ਸਿੰਘ ਨਹੀਂ, ਪਰ ਬਾਪੂ ਜੀ ਬਾਬੂਆ ਜੀ ਨਾਲ ਲੜ ਪਏ ਆਖਣ, ਕੇਸ ਪੁਲਿਸ ਨੂੰ ਨਹੀਂ ਦੇਣਾ। ਇੰਦੋ ਦੇ ਪੁੱਤਰਾਂ ਨੂੰ ਵੀ ਸੱਟਾਂ ਲੱਗੀਆਂ, ਪਰ ਉਹਨਾਂ ਨੂੰ ਇਹ ਵੀ ਪਤਾ ਲੱਗ ਗਿਆ ਕਿ ਪੁਲਿਸ ਵਿੱਚ ਰਿਪੋਰਟ ਨਹੀਂ ਲਿਖਾਈ ਗਈ। ਦਸਾਂ ਕੁ ਦਿਨਾਂ ਮਗਰੋਂ ਬਾਪੂ ਜੀ ਘਰ ਆ ਗਏ। ਘਰ ਵੜਨ ਤੋਂ ਪਹਿਲਾਂ ਉਹਨਾਂ ਇੰਦੋ ਨੂੰ ਆਖਿਆ, ਇੰਦੋ ਤੇਰੇ ਮੁੰਡਿਆਂ ਨੇ ਤਾਂ ਲੁੱਕ ਕੇ ਵਾਰ ਕੀਤਾ ਸੀ, ਮੈਂ ਸਾਹਮਣੇ ਆਖਦਾ ਵੀ ਖਾ ਪੀ ਲਓ ਜੋ ਖਾਣਾ ਪੀਣਾ, ਨਾਲੇ ਤਿਆਰ ਹੋ ਜਾਓ। ਫਿਰ ਕੀ ਸੀ, ਇੰਦੋ ਤਾਈ ਨੇ ਸਾਰੇ ਸਾਕ ਨਾਤੇ ਇਕੱਠੇ ਕਰ ਲਏ, ਮੁੰਡਿਆਂ ਨੂੰ ਨਾਲ ਲੈ ਕੇ ਬਾਪੂ ਜੀ ਦੇ ਪੈਰੀਂ ਝੋਨਾ ਜਾ ਧਰਿਆ। ਤੂੰ ਬੇਸ਼ੱਕ ਜੁੱਤੀਆਂ ਮਾਰ ਲੈ, ਤੇਰੇ ਕੋਲ ਲਿਆ ਤੇ ਪਰ ਦਿਲ 'ਚ ਨਾ ਗੱਲ ਰੱਖੀ। ਪਹਿਲੇ ਬਾਪੂ ਜੀ ਨੂੰ ਗੁੱਸਾ ਚੜਿਆ ਕਿ ਕੀ ਖੇਖਣ ਕਰਦੀ ਹੈ, ਫਿਰ ਮੁੰਡਿਆਂ ਨੂੰ ਆਖਣ ਲੱਗੇ, ਸਾਲਿਓ ਜਦ ਆਪਣੀ ਮਾਂ ਨੂੰ ਹੀ ਨਾਲ ਲੈ ਆਏ ਹੋ ਫਿਰ ਮੈਂ ਕੀ ਆਖਣਾ। ਅਤੇ ਹੱਥ ਨੇ ਉਹਨਾਂ ਦੇ ਘਰ ਇੰਦੋ ਤੋਂ ਲੈ ਕੇ ਦੁੱਧ ਵੀ ਪੀਆ ਹੈ। ਦਾਦੀ ਮਾਂ ਬਥੇਰਾ ਲੜੀ ਵੀ ਉਹਨਾਂ ਨੇ ਦੁੱਧ 'ਚ ਹੀ ਕੁਛ ਦੇ ਕੇ ਮਾਰ ਦੇਣਾ। ਕੁਝ ਦਿਨਾਂ ਮਗਰੋਂ ਗਰਮੀ ਦੀਆਂ ਛੁੱਟੀਆਂ ਮੁੱਕ ਗਈਆਂ ਅਤੇ ਭੂਆ ਜੀ ਜਾ ਕੇ ਮੈਨੂੰ ਪਿੰਡੋਂ ਲੈ ਆਏ, ਪਰ 2 ਕੁ ਦਿਨਾਂ ਮਗਰੋਂ ਸੁਨੇਹਾ ਆ ਗਿਆ, ਬਾਬਾ ਜੀ ਬਿਮਾਰ ਨੇ। ਫੁੱਫੜ ਅਤੇ ਬੇਜੀ ਖਬਰ ਨੂੰ ਗਏ, ਨਾਲ ਡਾਕਟਰ ਨੂੰ ਵੀ ਲੈ ਕੇ ਗਏ। ਮੈਂ ਜ਼ਿੱਦ ਕੀਤੀ ਮੈਂ ਵੀ ਜਾਣਾ, ਬਾਬਾ ਜੀ ਐਡੇ ਬਿਮਾਰ ਤਾਂ ਨਹੀਂ ਸਨ। ਫਿਰ ਵੀ ਮੁੜਦਿਆਂ ਨੂੰ ਉਹਨਾਂ ਨੇ ਬੇਜੀ ਅਤੇ ਫੁੱਫੜ ਜੀ ਨੂੰ ਆਖਿਆ, ਅਲਮਾਰੀ 'ਚ ਕਾਲੇ ਟਰੰਕ 'ਚ ਕੁਝ ਜ਼ਰੂਰੀ ਕਾਗਜ਼ ਨੇ, ਉਹ ਤੁਸੀਂ ਨਾਲ ਲੈ ਜਾਓ। ਲੈ ਹੈ ਬਾਪੂ ਜੀ, ਇਉਂ ਨਹੀਂ ਤੁਹਾਨੂੰ ਕੁਛ ਹੁੰਦਾ, ਪਰਸੋਂ ਨੂੰ ਅਸੀਂ ਫੇਰ ਆਏ ਤੁਹਾਡੀ ਖਬਰ ਨੂੰ, ਬੇਜੀ ਨੇ ਆਖਿਆ, ਪਰ ਪਰਸੋਂ ਤੱਕ ਬੰਦਾ ਆ ਗਿਆ ਕਿ ਬਾਬਾ ਜੀ ਪੂਰੇ ਹੋ ਗਏ। ਅੰਗ 9 ਬਾਬਾ ਜੀ ਦੇ ਸੰਸਕਾਰ ਵੇਲੇ ਬੇਜੀ ਅਤੇ ਫੁੱਫੜ ਜੀ ਪਿੰਡ ਗਏ, ਮੈਨੂੰ ਨਾਲ ਨਹੀਂ ਲੈ ਕੇ ਗਏ। ਪਿੱਛੋਂ ਮੈਂ ਆਪਣੇ ਕਮਰੇ 'ਚ ਬੈਠੀ ਬਹੁਤ ਰੋਂਦੀ ਰਹੀ। ਇੱਕ ਵਾਰੀ ਖਿਆਲ ਆਇਆ, ਬਾਬਾ ਜੀ ਨੂੰ ਚਿੱਠੀ ਲਿਖਾਂਗੀ ਕਿ ਬੇਜੀ ਮੈਨੂੰ ਨਾਲ ਨਹੀਂ ਲਿਆਏ। ਫਿਰ ਖਿਆਲ ਆ ਗਿਆ, ਬਾਬਾ ਜੀ ਤਾਂ ਮਰ ਗਏ ਨੇ, ਹੁਣ ਤੱਕ ਤਾਂ ਉਹਨਾਂ ਨੂੰ ਜਲਾ ਵੀ ਦਿੱਤਾ ਹੋਣਾ। ਆਹ ਗੁਰਦੁਆਰੇ ਚੱਲਣਾ, ਮੈਂ ਤਾਂ ਹਰਬੰਸ ਚੱਲੀ ਹਾਂ। ਤਾਈ ਜੈਮਲ ਦੀ ਵਹੁਟੀ ਤਾਈ ਗੁਰਨਾਮ ਨੇ ਮੇਰੇ ਕੋਲੋਂ ਪੁੱਛਿਆ। ਹਰਬੰਸ ਸਿਰ ਥੱਲੇ ਵਾਲੇ ਜੈਲਦਾਰ ਅਤੇ ਬਾਬਾ ਜੀ ਦੇ ਪੱਗ ਵੱਟ ਦੋਸਤ ਦੀ ਧੀ ਸੀ, ਜਿਹਦਾ ਸਾਕ ਬੇਜੀ ਆਪਣੇ ਜੇਠ ਦੇ ਲੜਕੇ ਗੁਰਦਿਆਲ ਲਈ ਲੈ ਆਏ ਸਨ। ਗੁਰਦਿਆਲ ਦਾ ਪਿਓ ਫੁੱਫੜ ਜੀ ਦਾ ਭਾਈ ਸ਼ਰੀਕਾ ਨੇ ਵੱਢ ਦਿੱਤਾ ਸੀ, ਉਦੋਂ ਗੁਰਦਿਆਲ ਨੂੰ ਵੱਡੇ ਬੇਜੀ ਨੇ ਗੋਦ ਲੈ ਲਿਆ ਸੀ, ਪੜ੍ਹਾ ਕੇ ਨੌਕਰ ਕਰਵਾ ਕੇ ਵਿਆਹ ਦਿੱਤਾ। ਆਖਦੇ ਨੇ ਪਹਿਲੀ ਵਹੁਟੀ ਉਹਦੀ
अवतार कौर परियां अर्गी सी, उहदे मरन मगरों हरबंस व्याही। पंज भरा कड़ियां अर्गे ते जैलदार दी धी, नाले गुरदयाल दा दूजा व्याह। पर हुण उह बहुत शराब पीण लग पिया सी। शराब पी के उर्दू दे शेर गाउंदा, अवतार कौर नूं याद वी करदा रहिंदा। मैं गुरनाम ताई ते हरबंस नाल गुरद्वारे जाण ते सिर फेर दित्ता। असीं गुरद्वारे चलियां, दीप घरे ही है कल्ली। जांदी जांदी ताई गुरनाम गुरदयाल भरा नूं दस के गई। बिंद क मगरों शराब नाल रज्जियो मेरे कमरे च आए। मेरी निक्की भैन, निक्की जी भैन, आई लव यू, आख उन्हां ने जड़ाऊ मूंगे मोतियां वालियां अंगूठियां वाला हाथ जदों मेरे सिर ते रखिया, तां किसी अणजाणे भैन नाल मैं त्रभक गई। डरदी क्यों है? यू आर माई डार्लिंग सिस्टर। रोंदी क्यों है? ओह नाना जी मर गए इसलिए, ही वॉज अ ग्रेट मैन। चल मेरे कमरे च चल के बैठिए। उन्होंने मेरे सिर तो मोढ़िया ते मोढ़िया तो पिट तक हाथ फेरदिया आख्या, गुरदयाल भरा जी थोनू कोई बाहर आवाजा मार रहा। मैं झूठ मूठ ही आख्या। नो नो, कोई साला मैनू आवाज नहीं दे सकता। मैं अपनी गुड़िया बहन को जान से भी ज्यादा प्यार करता हूँ। इन्ने नू हरबंस काली नाल अंदर आई ते बोली, बाबा जी आ गए। भाव सी फुफड़ जी बाबा जी का संस्कार करवा के मुड़ आए सन। गुरदयाल भरा जी ने झट जेब चो इलायची कट के मूँह च पा ली ते हरबंस के नाल अपने कमरे वालों तुर गए। ताई तुसी गुरुद्वारे नहीं सी गईयां? मैं गुरनाम ताई नू जदों पुछया आखन लगी, राह चो मुड़ आईयां सी भी घरे तू कली होवेंगी। ये तो मगरों जदों भी घर मैं कली हुंदी, डंगरां पशुआं नू सांभदी, सन्नियां करदी, पाणी धानी पिलाउंदी, ताई सुंदर कोल आ बैठदी ते उहनू कोई ना कोई साखी सुनाउण लई आखदी तां जो उहनू इही लगे कि मैं इहतों साखी सुणन आई हां। अजीब गल सी कि घर च इन्ने नौकर चाकर हुंदे सन, फिर भी उहनां दी जिवें कोई होंद नहीं सी। वो तो जिवें अपने 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 काम करने वाली मशीन सन। बाबा जी दे भोग वेले बाकी सब दे नाल मैं भी पिंड नूं गई। मीह पै के हटिया सी, पिंड दे नेड़े कलरां च पाणी खड़ा सी। उच्चे नीवे थां दा पता नहीं सी लगता। एक थां कार धस गई, आले दुआले खेतां च काम करदे लोग कार नूं धक्का लाउण आए। साऊ तुसी किहदे जाणा, एक बिरध ने पुछया। सरदार हजूरा सिंह दे रब्बों, फुफड़ जी ने दस्या। मैं भी कहां भी ये परौने तां सरदार हजूरा सिंह के ही लगते आ। तुर गया बेचारा, भलके भोग है, तुसी उसे दे आए होवोंगे। बंदे ने की लै जाना है, कल ताई जड़ा मिलखां दा मालक सी अज उजाड़ी जा सुत्ता हाथ जे झाड़ के। इहनूं आखदे ने डाढ़े दे रंग। तुसी पटियाले तों आए हो जां समराले तों? उहने पुछया। उहदी गल दा किसे ने जवाब ना दित्ता। कार गारे चों निकल पही पै गई सी। पिंड दे बाहर बेजी होरी कार तों उतर पए, मूँह ते पला नीवा करके उच्ची उच्ची रोंदे। भाभी हरनाम कौर वड्डे बेजी ते भाभी बुगरू दे नाल पिंड वड़े। घर च पहले ही उन्होंने आने की खबर पहुँच गई सी। वी ही वेहड़े दिया जनानियां कट्ठियां हो गई, उच्ची उच्ची कीरने पा के एक दूजे के गल लग लग रोईया। ना मेरी धी, बस बाबा जी तां तेरा बुढ़ा सी, उन्हें तो एक दिन मरना ही सी। इन्ना नहीं रोई था, माँ ने अपनी अखां पूंझ के मैनू एक पासे बैठी रोंदी नूं देख के चुप कराया। कुछ चिर मगरों रोना धोना हट गया ते बुढ़िया आपस च गल्लां करन लग पईआं। फिर चाह आ गई, फिर जिवें सब नूं भुल ही गया कि बाबा जी दी मौत दा कट सी। किधरे मठियाईयां पक रहीआं सन, किधरे कपड़े लिआंदे पए सन, गंदड़े दीआं टिक्कीआं ते टोकरे भरे पए सन, कई दर्जन नवीआं गड़वीआं खरीदीआं गईआं सन। रात नूं मकान आईआं जनानीआं गल्लां दे नाल ठट्ठा मजाक वी कर रहीआं सन, विचों लैण देण दीआं गल्लां वी हो रहीआं सन। बापू जी भावें बहुत रो रहे सन पर शराब उन्होंने अज भी पीती हुई सी। अगले दिन भोग पै गया, पटड़ी फेर गदौड़ा फेरिया गया, गदौड़े दियां टिक्कियां गड़वियां मठियाईयां भाजियां कपड़े गहणियां दा लैण देण होया, बापू जी नूं पग्गां दित्तियां गईयां। मैनूं इह सब कुछ ही अजीब लग रहा सी। दादी मां किसी दे मर जाण ते मठियाईयां थोड़े पकाई दियां ने, मैं गुस्से जिहे नाल आख्या। ना पुत, तेरा बाबा जी कोई छोटा मोटा आदमी तां नहीं सी ਵੀ ਉਹਨੂੰ ਵੱਡਾ ਨਾ ਕਰਦੇ ਅਤੇ ਉਹਦਾ ਬਵਾਨ ਨਾ ਕੱਢਦੇ? ਜਦੋਂ ਫੂਕਣ ਵੇਲੇ ਦੁਸ਼ਾਲਾ ਉੱਤੇ ਪਾਓ ਇਹਦਾ ਮਤਲਬ ਹੁੰਦਾ ਹੈ ਹੰਗਾਮਾ ਕਰੋਗੇ, ਵੱਡਾ ਕਰੋਗੇ। ਲੋਕਾਂ ਮੂੰਹਾਂ 'ਚ ਮੂੰਹ 'ਚ ਹੱਥ ਦੇਣੇ ਸਨ ਵੀ ਉਹ ਕੋਈ ਨਿਆਣਾ ਤਾਂ ਨਹੀਂ ਸੀ ਮਰਿਆ, ਪੁੱਤਾਂ ਪੋਤਿਆਂ ਵਾਲਾ ਤਾਂ ਸੀ। ਕਹਿੰਦੇ ਨੇ ਜਿਹਦੀ ਮਜ਼ਲ 100 ਬੰਦਾ ਹੋਵੇ ਉਹ ਸਿੱਧਾ ਸੁਰਗ ਨੂੰ ਜਾਂਦਾ। ਤੇਰੇ ਬਾਬਾ ਜੀ ਦੇ ਅਰਥੀ ਦੇ ਮਗਰ ਤਾਂ ਕੋਈ 4 ਪਿੰਡ ਹੋਣਗੇ, ਬਸ ਇੱਕ ਕਾਕੇ ਦੇ ਮੁੰਡਾ ਹੋ ਜਾਂਦਾ। ਫੇਰ ਨਹੀਂ ਸੀ ਮੈਂ ਕਿਸੇ ਗੱਲੋਂ ਝੁਰਦੀ, ਹੁਣ ਤਾਂ ਮੇਰੇ ਇਕੱਲੇ ਜੇ ਪੁੱਤ ਦੀ ਪਿੱਠ ਨੰਗੀ ਕਰ ਗਿਆ। ਮਗਰ ਨਾ ਕੋਈ ਔੜੂ ਨਾ ਕੋਈ ਬਹੋੜੂ,
ਹੋਰ 2-4 ਵਰੇ ਬੈਠਾ ਰਹਿੰਦਾ, ਆਪਣੇ ਹੱਥੀ ਕੁੜੀਆਂ ਦੇ ਹੱਥ ਪੀਲੇ ਕਰ ਜਾਂਦਾ। ਪਿਓ ਤਾਂ ਸੱਤਿਆਮਾਨ ਕਿਸੇ ਵੱਲ ਅੱਖ ਨਹੀਂ ਖੋਲਦਾ। ਦਾਦੀ ਮਾਂ ਮੇਰੇ ਨਾਲ ਨਹੀਂ ਆਪਣੇ ਆਪ ਨਾਲ ਹੀ ਗੱਲਾਂ ਕਰ ਰਹੀ ਸੀ। ਭੋਗ ਪੈ ਜਾਣ ਪਿੱਛੋਂ ਜਦੋਂ ਲੈਣ ਦੇਣ ਮੁੱਕਿਆ ਤੇ ਆਏ ਮਹਿਮਾਨਾਂ 'ਚੋਂ ਬਹੁਤੇ ਚਲੇ ਗਏ ਤਾਂ ਦਾਦੀ ਮਾਂ ਨੇ ਬੇਜੀ ਨੂੰ ਕੋਲ ਸੱਦਿਆ ਤੇ ਆਖਿਆ, ਦੀਪ ਨੂੰ ਕੁਝ ਦਿਨ ਇੱਥੇ ਛੱਡ ਜਾਓ ਮੇਰੇ ਕੋਲ, ਆਪਣੇ ਬਾਬਾ ਜੀ ਦੀ ਖਬਰ ਸੁਣ ਕੇ ਹੌਲ ਗਈ ਲੱਗਦੀ ਆ। ਦੇਖ ਮੂੰਹ ਕਿਵੇਂ ਪੀਲਾ ਹੋਇਆ ਪਿਆ, ਨਾਲੇ ਇਹਦੀ ਗੱਲ ਤੇਰੇ ਬਾਪੂ ਜੀ ਫਲਾਣੇ ਥਾਂ ਪੱਕੀ ਕਰ ਗਿਆ। ਬਾਪੂ ਜੀ ਜੇ ਮਾਂ ਤੈਨੂੰ ਕੁਛ ਦੱਸ ਦੁੱਸ ਗਏ ਨੇ ਤਾਂ ਉਹ ਪਟਿਆਲੇ ਭੇਜ ਦੇ, ਨਹੀਂ ਤਾਂ ਕਾਕਾ ਸੀ ਉਹਨੇ ਸਭ ਵੇਚ ਵੱਟ ਕੇ ਸ਼ਰਾਬ ਪੀ ਜਾਣੀ ਹੈ, ਬੇਜੀ ਨੇ ਦਾਦੀ ਮਾਂ ਨੂੰ ਕਿਹਾ। ਪਰ ਲੈ ਕੇ ਕਿਵੇਂ ਜਾਵਾਂਗੇ ਕਾਕੇ ਨੂੰ ਜੇ ਪਤਾ ਲੱਗ ਗਿਆ, ਦਾਦੀ ਮਾਂ ਨੇ ਚਿੰਤਾ ਪ੍ਰਗਟ ਕੀਤੀ। ਇਹਦਾ ਤੂੰ ਫਿਕਰ ਨਾ ਕਰ, ਆਖ ਬੇਜੀ ਨੇ ਨਿੱਕੇ ਨੂੰ ਭੇਜ ਕੇ ਫੁੱਫੜ ਜੀ ਨੂੰ ਬਾਹਰ ਆਦਮੀਆਂ 'ਚ ਬੈਠਿਆਂ ਨੂੰ ਅੰਦਰ ਸੱਦਿਆ, ਸਾਰੀ ਗੱਲ ਸਮਝਾਈ। ਬਾਹਰ ਆ ਕੇ ਉਹਨਾਂ ਬਾਪੂ ਜੀ ਨੂੰ ਡਰਾਈਵਰ ਨਾਲ ਮਲੌਦੋਂ ਕੁਝ ਚੀਜ਼ਾਂ ਲੈਣ ਭੇਜਤਾ। ਆਖਦੇ ਨੇ ਮਲੌਦ ਜਾ ਕੇ ਕਾਰ ਖਰਾਬ ਹੋ ਗਈ। ਕਾਰ ਦੇ ਵਿੱਚ ਹੀ ਬੈਠੇ ਬਾਪੂ ਜੀ ਸ਼ਰਾਬ ਪੀਂਦੇ ਰਹੇ ਸਨ ਅਤੇ ਪੀਂਦੇ ਪੀਂਦੇ ਬੇਸੁੱਧ ਹੋ ਗਏ ਸਨ। ਬੜੀ ਰਾਤ ਗਈ ਮੁੜੇ। ਇੰਨੇ ਚਿਰ ਨੂੰ ਬਦਰੇ, ਗੁੱਜਰ, ਗੇਂਦਾ ਰਾਮ ਅਤੇ ਨਿੱਕੇ ਚੀਮਬੇ ਨੇ ਅੰਦਰਲੀ ਬੈਠਕ ਦਾ ਫਰਸ਼ ਪੁੱਟ ਕੇ ਹੇਠੋਂ ਚਾਂਦੀ ਦੇ ਰੁਪਈਆਂ ਦੇ ਤੋੜੇ ਲੱਭ ਕੇ ਰੁਪਈਏ ਟਰੰਕਾਂ 'ਚ ਪਾ ਲਏ ਅਤੇ ਟਰੰਕ ਕਾਰ ਦੇ ਪਿੱਛੇ ਰੱਖ ਦੇ। ਕਿਸੇ ਨੂੰ ਕੋਈ ਪਤਾ ਨਹੀਂ ਲੱਗਿਆ। ਕਮਰੇ 'ਚ ਟੋਏ ਉਸੇ ਤਰ੍ਹਾਂ ਖਾਲੀ ਤੋੜੇ ਪਾ ਕੇ ਪੂਰ ਦਿੱਤੇ, ਉੱਪਰ ਤਲੀ ਦੇ ਦਿੱਤੀ। ਸਿਰਫ ਜਿਨ੍ਹਾਂ ਨੇ ਟਰੰਕ ਅੰਦਰੋਂ ਚੁੱਕ ਕੇ ਕਾਰ 'ਚ ਰਖਵਾਏ ਉਹੀ ਸੋਚਦੇ ਸਨ ਟਰੰਕਾਂ 'ਚ ਇੰਨਾ ਭਾਰ ਖਬਰ ਨਹੀਂ ਕਾਹਦਾ ਪਾਇਆ। ਬਾਪੂ ਜੀ ਦੇ ਹੋਸ਼ ਆਉਣ ਤੋਂ ਪਹਿਲਾਂ ਪਹਿਲਾਂ ਕਾਰ ਪਟਿਆਲੇ ਪਹੁੰਚ ਚੁੱਕੀ ਸੀ। ਇਸ ਵਾਰੀ ਬੇਜੀ ਨੇ ਬਾਬਾ ਜੀ ਦਾ ਜ਼ਰੂਰੀ ਕਾਗਜ਼ਾਂ ਵਾਲਾ ਟਰੰਕ ਵੀ ਨਾਲ ਰਖਵਾ ਲਿਆ। ਬਾਪੂ ਜੀ 2-4 ਦਿਨ ਵੇਖਦੇ ਰਹੇ ਕਿ ਦਾਦੀ ਮਾਂ ਆਪ ਹੀ ਕੋਈ ਗੱਲ ਤੋਰੇਗੀ, ਪਰ ਦਾਦੀ ਮਾਂ ਐਡੀ ਸਹਿਮੀ, ਐਡੀ ਉਦਾਸ, ਐਡੀ ਭੈ ਭੀਤ ਹੋ ਗਈ ਸੀ ਕਿ ਉਸ ਕੋਲੋਂ ਕੁਝ ਵੀ ਪੁੱਛਣ ਦਾ ਬਾਪੂ ਜੀ ਨੂੰ ਹੌਸਲਾ ਨਹੀਂ ਸੀ ਪੈਂਦਾ। ਕਿੰਨੇ ਹੀ ਦਿਨਾਂ ਮਗਰੋਂ ਇੱਕ ਦਿਨ ਉਹਨਾਂ ਗੱਲ ਤੋਰੀ, ਮਾਂ ਬਾਪੂ ਜੀ ਕੁਝ ਦੱਸ ਦੁੱਸ ਕੇ ਗਏ ਹੋਣੇ ਨੇ, ਮੇਰੇ ਅਤੇ ਤੇਰੇ ਬਾਪੂ ਜੀ ਨੂੰ ਕਦ ਇਤਬਾਰ ਸੀ, ਉਹ ਤਾਂ ਬਾਹਰ ਅੜਾ ਕੇ ਆਪੇ ਕਿਧਰੇ ਕੰਧਾਂ ਕੋਲਿਆਂ 'ਚ ਧਰਦਾ ਰਹਿੰਦਾ ਸੀ, ਮੈਨੂੰ ਤਾਂ ਤੇਰੀ ਉਹ ਸਹੁੰ ਜੇ ਮੇਰੇ ਕੋਲ ਕੁਛ ਹੋਵੇ। ਦਾਦੀ ਮਾਂ ਨੇ ਜਦੋਂ ਬਾਪੂ ਜੀ ਦੀ ਸਹੁੰ ਖਾ ਲਈ, ਬਾਪੂ ਜੀ ਨੇ ਬੜੇ ਭੈ ਭੀਤ ਜਿਹੇ ਹੋ ਕੇ ਦਾਦੀ ਮਾਂ ਵੱਲ ਵੇਖਿਆ। ਦਾਦੀ ਮਾਂ ਵੀ ਜਿਵੇਂ ਡਰ ਗਈ, ਆਖਣ ਲੱਗੀ, ਲੈ ਉਹ ਨਾਲ ਤਾਂ ਨਹੀਂ ਲੈ ਗਿਆ ਕੁਛ ਚੱਕ ਕੇ, ਸਭ ਕੁਛ ਇੱਥੇ ਹੀ ਹੈ, ਘਰੇ ਹੀ ਹੋਣਾ, ਸਭ ਥਿਆਜੂ ਹੌਲੀ ਹੌਲੀ, ਕਿਧਰੇ ਨਹੀਂ ਜਾਂਦਾ, ਨਾਲੇ ਤੇਰੇ ਬਿਨਾਂ ਮੇਰੇ ਕਿਹੜੇ 2-4 ਮੁੰਡੇ ਨੇ, ਵੀ ਉਹਨਾਂ ਨੂੰ ਦੇ ਦੂੰ, ਸਭ ਕੁਛ ਤੇਰਾ ਹੀ ਹੈ। ਬਾਪੂ ਜੀ ਉੱਠ ਕੇ ਬਾਹਰ ਨੂੰ ਚਲੇ ਗਏ, ਸ਼ਾਇਦ ਠੇਕੇ ਨੂੰ। ਦਾਦੀ ਮਾਂ ਨੇ ਮੈਨੂੰ ਕੋਲ ਸੱਦਿਆ ਅਤੇ ਫਿਰ ਮੈਨੂੰ ਉੱਪਰ ਕੋਠੇ 'ਤੇ ਲੈ ਗਏ। ਕੁਛ ਚਿਰ ਬੈਠੀ ਰੋਂਦੀ ਰਹੀ, ਫਿਰ ਆਖਣ ਲੱਗੀ, ਮੇਰਾ ਤਾਂ ਜੀ ਨੂੰ ਹੌਲ ਜਿਹੇ ਪੈਂਦੇ ਨੇ, ਤੈਨੂੰ ਇੱਕ ਗੱਲ ਦੱਸਾਂ, ਆਖਦੀ ਨੇ ਉਹਨੇ ਆਪਣੇ ਨਾਲੇ ਨਾਲ ਬੰਨਿਆ ਤਵੀਤ ਖੋਲ੍ਹਿਆ ਅਤੇ ਮੈਨੂੰ ਵਿਖਾਉਂਦੀ, ਆਖਣ ਲੱਗੀ, ਅਖੀਰ ਵੇਲੇ ਮਰਨ ਤੋਂ 1 ਦਿਨ ਪਹਿਲਾਂ ਤੇਰੇ ਬਾਬਾ ਜੀ ਨੇ ਮੈਨੂੰ ਤਵੀਤ ਦਿੱਤਾ ਸੀ, ਆਖਦਾ ਸੀ ਸਾਂਭ ਕੇ ਰੱਖੇ, ਕਿਸੇ ਨੂੰ ਦੇਈ ਨਾ, ਦੱਸੀ ਵੀ ਨਾ, ਜੇ ਕਾਕੇ ਨੇ ਸਾਰਾ ਕੁਝ ਵੀ ਗਵਾਤਾ ਫਿਰ ਵੀ ਇਹ ਤਵੀਤ ਜੇ ਤੁਹਾਡੇ ਕੋਲ ਹੋਇਆ, ਐਡੇ ਹੀ ਰਹਿ ਜਾਓਗੇ ਜਿੱਡੇ ਅੱਜ ਹੋ। ਇਸ 'ਚ ਆਖਦਾ ਸੀ, ਲਿਖ ਕੇ ਪਰਚੀ ਪਾਈ ਹੋਈ ਹੈ ਆਪਣੇ, ਉਹ ਇਸ ਤਵੀਤ ਦਾ ਬਿੰਦ ਵਸਾਹ ਨਹੀਂ ਸੀ ਕਰਦਾ ਹੁੰਦਾ, ਹਮੇਸ਼ਾ ਕੰਘੇ ਨਾਲ ਬੰਨ੍ਹ ਕੇ ਜੂੜੇ 'ਚ ਟੰਗ ਕੇ ਰੱਖਦਾ। ਮੈਂ ਜੇ ਕਿਤੇ ਪੁੱਛਿਆ ਤਾਂ ਆਖ ਤਾਂ ਬਾਵੇ ਮਾੜੂ ਦਾਸ ਦਾ ਦਿੱਤਾ ਪਿਆ ਤਵੀਤ ਹੈ, ਪਰ ਜਦੋਂ ਦਾ ਉਹ ਮੈਨੂੰ ਇਹ ਫੜਾ ਗਿਆ, ਮੈਨੂੰ ਤਾਂ ਨਾ ਦਿਨੇ ਟੇਕ ਆਉਂਦੀ ਹੈ ਨਾ ਰਾਤ ਨੂੰ ਨੀਂਦ, ਬਸ ਇਹੀ ਸੰਸਾ ਲੱਗਿਆ ਰਹਿੰਦਾ ਕਿੱਥੇ ਰੱਖਾਂ, ਕਿੱਥੇ ਗੁਮਾ 'ਚ ਹੀ ਨਾ ਜਾਵੇ, ਕੋਈ ਚਾ ਕੇ ਨਾ ਲੈ ਜਾਏ। ਨਿੱਕਾ ਜਿਹਾ ਤਵੀਤ ਜਿਸ 'ਚ ਸਾਡੇ ਘਰ ਦੀ ਹੋਣੀ ਅਤੇ ਭਵਿੱਖ ਬੰਦ ਸੀ, ਮੈਂ ਹੱਥ 'ਚ ਫੜ ਕੇ ਵੇਖਿਆ। ਇਉਂ ਕਰ, ਤੂੰ ਰੱਖ ਲੈ ਆਪਣੇ ਕੋਲ, ਮੇਰਾ ਨਹੀਂ ਹੁਣ ਕੁਛ ਪਤਾ, ਭਾਵੇਂ ਭਲਕੇ ਸਾਹ ਨਿਕਲ ਜਾਣ, ਅਤੇ ਨਾਲੇ ਜੇ ਤੇਰੇ ਬਾਪ ਨੂੰ ਪਤਾ ਲੱਗ ਗਿਆ ਫਿਰ ਮੈਂ ਕੀ ਕਰੂੰ, ਦਾਦੀ ਮਾਂ ਨੇ ਤਰਲੇ ਵਾਂਗ ਆਖਿਆ। ਬੀਬੀ ਨਾਲ ਗੱਲ ਕਰਦਿਆਂ ਮੈਂ ਕਿਹਾ, ਉਹ ਤਾਂ ਕਾਕੇ ਤੋਂ ਬਾਹਲਾ ਹੀ ਡਰਦੀ ਆ, ਉਹਨੇ ਤਾਂ ਫੜਨਾ, ਉਹਨੇ ਨਹੀਂ ਫੜਨਾ, ਦਾਦੀ ਮਾਂ ਨੇ ਦੱਸਿਆ। ਫਿਰ ਵੀ ਅਸੀਂ ਬੀਬੀ ਨਾਲ ਗੱਲ ਕੀਤੀ। ਪਹਿਲਾਂ ਉਹਨੇ ਆਖਿਆ, ਛੋਕਰਾਂ ਵਾਲੇ ਮਾਮੇ ਸੌਣ ਸੀ ਉਹਨੂੰ ਖੜਾ ਛੱਡਦੇ ਆ, ਫਿਰ ਆਖਣ ਲੱਗੀ, ਨਾ ਭਾਈ ਜੇ ਤੇਰੇ ਬਾਪੂ ਨੂੰ ਪਤਾ ਲੱਗ ਗਿਆ ਨਾਲੇ ਮਾਮਾ ਕਿੱਥੇ ਲੁਕੋ ਕੇ ਰੱਖੂਗਾ, ਇਉਂ ਕਰੋ ਪੜ੍ਹਾ ਕੇ ਦੇਖ ਤਾਂ ਲਓ ਵਿੱਚ ਕੀ ਹੈ। ਮੈਂ ਕਿਹਾ, ਚਾਂਦੀ ਦਾ ਤਵੀਤ ਜਦੋਂ ਖੋਲ੍ਹਿਆ ਵਿੱਚ ਇੱਕ ਪਰਚੀ ਸੀ ਜਿਸ ਉੱਪਰ ਕੁਝ ਲਿਖਿਆ ਹੋਇਆ ਸੀ ਅਤੇ ਨਾਲ ਨਕਸ਼ਾ ਬਣਿਆ ਸੀ, ਪਰ ਪੜ੍ਹਿਆ ਨਹੀਂ ਸੀ ਜਾਂਦਾ ਕਿਉਂਕਿ ਲਿਖਤ ਲੰਡਿਆ ਵਿੱਚ ਸੀ ਅਤੇ ਪਰਚੀ ਮੁੜ ਤਵੀਤ 'ਚ ਪਾ ਕੇ ਤਵੀਤ ਉਸੇ ਤਰ੍ਹਾਂ ਬੰਦ ਕਰਤਾ। ਕਿਸੇ ਤੋਂ ਪੜ੍ਹਾ ਨਾ ਲਈਏ, ਬੀਬੀ ਨੇ ਕਿਹਾ। ਜੀ ਤੋਂ ਪੜ੍ਹਾਵਾਂਗੇ, ਅਗਲੇ ਨੂੰ ਪਤਾ ਲੱਗ ਜੂ, ਮਾਂ ਨੇ ਆਖਿਆ। ਸਲਾਹ ਇਹ ਹੋਈ, ਬੀਬੀ ਛੋਕਰੀ ਆਪਣੇ ਨਾਨਕੀ ਜਾਵੇ,
ਉੱਥੇ ਉਹਦਾ ਮਾਮਾ ਕਿਸੇ ਅਣਜਾਣ ਡੰਡੇ ਉਠਾਲ ਸਕਣ ਵਾਲੇ ਬੰਦੇ ਨੂੰ ਲਿਆਵੇ, ਉਹਨੂੰ ਬਿਨਾਂ ਦੱਸੇ ਪਰਚੀ ਪੜਾਈ ਜਾਵੇ। ਅਗਲੇ ਦਿਨ ਬੀਬੀ ਛੋਕਰੀ ਗਈ, ਵਾਪਸ ਆ ਕੇ ਉਹਨੇ ਦੱਸਿਆ ਮਲੇਰਕੋਟਲੇ ਤੋਂ ਆੜਤੀਆ ਲਿਆਂਦਾ ਸੀ ਮਾਮੇ ਨੇ। ਮੈਂ ਘੁੰਡ ਕੱਢ ਕੇ ਕੋਲ ਬੈਠ ਕੇ ਸੁਣਿਆ ਇਕੱਲੀ ਨੇ, ਵੀ ਉਹਨੂੰ ਪਤਾ ਨਾ ਲੱਗ ਜੇ ਮੈਂ ਕੌਣ ਆ। ਪਰਚੀ 'ਚ ਇੰਨੇ ਹਜ਼ਾਰ ਮੁਹਰ, ਡੂਢ ਮਣ ਚਾਂਦੀ, ਇੰਨੇ ਰੁਪਈਏ ਅਤੇ ਖਾਸਾ ਸੋਨਾ ਲਿਖਿਆ ਹੋਇਆ ਅਤੇ ਨਾਲ ਘਰ ਦਾ ਨਕਸ਼ਾ ਦਿੱਤਾ ਹੋਇਆ। ਪਰ ਹਾ ਫੜੋ ਅੰਮਾ ਜੀ, ਤਵੀਤ ਦੀਪ ਦੇ ਬਾਪੂ ਜੀ ਨੂੰ ਪਤਾ ਲੱਗ ਗਿਆ ਤਾਂ ਜਾਨੋਂ ਮਾਰ ਦੇਣਗੇ। ਸ਼ਰਾਬ ਪੀ ਕੇ ਬਾਪੂ ਜੀ ਘਰ 'ਚ ਕਰੇਲੀਆਂ ਦਿੰਦੇ ਫਿਰ ਰਹੇ ਸਨ। ਉਹਨਾਂ ਦਾ ਰੌਣ ਦੇਖ ਕੇ ਬੀਬੀ ਨੇ ਕਪੂਰੀ ਝੋਰੀ ਨੂੰ ਭੇਜ ਕੇ ਮਾਮਾ ਜੀ ਨੂੰ ਸੱਦ ਲਿਆ ਅਤੇ ਪੇਕਿੰਗ ਚਲੀ ਗਈ। ਦੂਜੇ ਇੱਕ ਦਿਨ ਆਥਣੇ ਜੇ ਬਾਪੂ ਜੀ ਨੇ ਦਾਦੀ ਮਾਂ ਦੀ ਬਾਂਹ ਫੜ ਕੇ ਕਾਲੇ ਪੀਲੇ ਹੋ ਕੇ ਆਖਿਆ, ਮੈਂ ਪੁੱਛਦਾ ਕਿੱਥੇ ਆ ਮੇਰੇ ਬਾਪ ਦਾ ਸਾਰਾ ਕੁਛ। ਦਾਦੀ ਮਾਂ ਬਹੁਤ ਡਰ ਗਈ। ਮੈਂ ਕਹਿੰਦਾ ਆਪਣੀਆਂ ਧੀਆਂ ਉਹਨੂੰ ਨਾ ਦੇ ਦੇਈਂ, ਮੇਰਾ ਸਾਰਾ ਘਰ ਪੱਟ ਕੇ ਮੈਨੂੰ ਨਾ ਉਜਾੜ ਦੇਈਂ। ਬਾਪੂ ਜੀ ਕਹਿਰਵਾਨ ਹੋਏ ਆਖ ਰਹੇ ਸਨ, ਨਾ ਪੁੱਤਾਂ ਧੀਆਂ ਦੇ ਘਰ ਆਪਣਾ ਬਥੇਰਾ ਕੁਛ ਹੈ, ਨਾਲੇ ਉਹਨਾਂ ਨੇ ਗਾਹਾਂ ਕਿਹਨੂੰ ਦੇਣਾ, ਸਹੁੰ ਦੇ ਦੀ, ਮੈਂ ਨਹੀਂ ਕੁਛ ਦਿੰਦੀ। ਪਰ ਸਾਰਾ ਕੁਛ ਹੈ ਕਿੱਥੇ, ਉਹਨਾਂ ਜ਼ੋਰ ਨਾਲ ਦਾਦੀ ਨੂੰ ਹਲੂਣ ਕੇ ਪੁੱਛਿਆ। ਦਾਦੀ ਮਾਂ ਦਾ ਡਰਿਆ ਮੂੰਹ ਦੇਖ ਕੇ ਮੈਂ ਦਾਦੀ ਮਾਂ ਦੇ ਨਾਲ ਆ ਖਲੋਤੀ। ਦਾਦੀ ਮਾਂ ਦੀ ਬਾਂਹ ਛੱਡ ਕੇ ਬਾਪੂ ਜੀ ਬਾਹਰ ਨੂੰ ਤੁਰ ਗਏ। ਪਟਿਆਲਿਓਂ ਬੇਜੀ ਨੂੰ ਸਾਦਰੋਂ ਮੈਂ ਆਖਿਆ, ਦਾਦੀ ਮਾਂ ਦੀ ਜਿਵੇਂ ਮਸਾਂ ਜਾਨ 'ਚ ਜਾਨ ਆਈ। ਸੰਤੇ ਨਾਈ ਨੂੰ ਪਟਿਆਲੇ ਭੇਜਤਾ, ਉਸ ਰਾਤ ਤਵੀਤ ਦਾਦੀ ਮਾਂ ਨੇ ਮੈਨੂੰ ਫੜਾ ਛੱਡਿਆ। ਮੈਂ ਕਦੇ ਸਿਰਾਣੇ ਹੇਠ ਲੁਕੋਵਾਂ, ਕਦੇ ਚੁੰਨੀ 'ਤੇ ਲੜ ਨਾਲ ਬੰਨਾਂ, ਕਦੇ ਅੰਦਰ ਰੱਖ ਕੇ ਆਵਾਂ, ਕਦੇ ਬਾਹਰ ਲੈ ਕੇ ਆਵਾਂ। ਅਗਲੇ ਦਿਨ ਬੇਜੀ ਆ ਗਏ, ਫਿਰ ਇਹ ਕੁਛ ਮੰਗਣ ਤਾਂ ਨਹੀਂ ਆ ਗਈ? ਬਾਪੂ ਜੀ ਨੇ ਦਾਦੀ ਨੂੰ ਅੱਡ ਕਰਕੇ ਪੁੱਛਿਆ। ਮੈਨੂੰ ਪਤਾ ਪਿਛਲੀ ਵਾਰ ਸਰਦਾਰ ਜਦੋਂ ਵੋਟਾਂ 'ਚ ਖੜਾ ਹੋਇਆ ਸੀ ਤਾਂ ਵੀ ਉਹਨੂੰ ਨਾਲ ਲੈ ਕੇ ਕਾਰ ਜੋੜ ਕੇ ਆ ਗਈ ਸੀ। ਬਾਪੂ ਜੀ ਨੇ ਜਾਣ ਬੁੱਝ ਕੇ ਇਹਨਾਂ ਦੇ ਨਾਲ ਜਾ ਕੇ ਖੰਨੇ ਟੂਮਾ ਵੇਚ ਕੇ 19,000 ਰੁਪਈਏ ਦਿੱਤੇ ਸੀ ਤਾਂ ਜੋ ਫਿਰ ਨਾ ਮੁੜ ਕੇ ਮੰਗਣ, ਅਤੇ ਇਹਨਾਂ ਦੇ ਜਾਣ ਮਗਰੋਂ ਰੁਪਈਏ ਦੇ ਕੇ ਟੂਮਾ ਮੋੜ ਲਿਆਏ ਸੀ। ਇਸ ਵਾਰੀ ਤਾਂ ਸਰਦਾਰ ਦਾ ਖਰਚ ਹੀ ਬਹੁਤ ਹੋਇਆ। ਬਾਦਲ ਖੜਾ ਸੀ ਨਾ ਮੁਕਾਬਲੇ 'ਚ, 70,000 ਤਾਂ ਆਖਦੇ ਨੇ, ਸਿਰ ਕਰਜ਼ਾ ਚੜ੍ਹ ਗਿਆ। ਮੇਰਾ ਘਰ ਨਾ ਉਜਾੜ ਦੇ, ਬਾਪੂ ਜੀ ਨੇ ਦਾਦੀ ਮਾਂ ਨੂੰ ਆਖਿਆ। ਉਸੇ ਰਾਤ ਦਾਦੀ ਮਾਂ ਨੇ ਮੇਰੇ ਸਾਹਮਣੇ ਬੇਜੀ ਨੂੰ ਆਖਿਆ, ਗੁਲਾਬ ਘੁਰੇ, ਇੱਕ ਅਮਾਨਤ ਫੜਾਉਣ ਲੱਗੀ ਹਾਂ, ਦੇਖੀ ਇਹਨੂੰ ਤਵੀਤ ਨੂੰ ਸਾਂਭ ਕੇ ਰੱਖੀ। ਜੇ ਲੈਕ ਦਾ ਹੁੰਦਾ ਤੇਰਾ ਬਾਪੂ ਜੀ ਆਪਣੇ ਹੱਥੀਂ ਕਾਕੇ ਨੂੰ ਸਭ ਕੁਝ ਸੰਭਾਲ ਕੇ ਜਾਂਦਾ, ਫਿਰ ਵੀ ਕੱਲ੍ਹ ਨੂੰ ਉਹਨੇ ਧੀਆਂ ਵਿਆਹੁਣੀਆਂ ਹੋਣਗੀਆਂ, ਹੋਰ ਕਾਰ ਵਿਹਾਰ ਕਰਨੇ ਹੋਣਗੇ, ਉਹਦਾ ਗਮਾਈ ਨਾ ਕੁਛ। ਰੱਬ ਕਰੇ ਜੇ ਉਹਦੇ ਘਰ ਮੇਰੀ ਜਿਉਂਦੀ ਜਿਉਂਦੀ ਰੱਬ ਭੁੱਲ ਜੇ, ਇੱਕ ਪੁੱਤ ਦੇ ਦੇਵੇ, ਸਭ ਕੁਛ ਉਹਦੇ ਨਾਂ ਕਰ ਦਿਓ। ਪਰ ਦੇਖੀ ਮੇਰੀ ਧੀ, ਚਾਹੇ ਲਾਇਕ ਦਾ ਹੈ ਚਾਹੇ ਨਾ ਲਾਇਕ ਦਾ ਹੈ ਤਾਂ ਇਸ ਘਰ ਦੀ ਜੜ ਮੇਖ, ਕਾਕੇ ਦਾ ਕੁਛ ਵੀ ਆਪ ਨਾ ਵਰਤੀ, ਮੈਂ ਜਿਉਂਦੀ ਹੋਵਾਂ ਚਾਹੇ ਨਾ, ਮੇਰੇ ਬੋਲ ਯਾਦ ਰੱਖੀ, ਇਹ ਉਸੇ ਦੀ ਅਮਾਨਤ ਹੈ। ਤੇਰਾ ਬਾਪੂ ਜੀ ਇਹ ਅਮਾਨਤ ਮੈਨੂੰ ਸੰਭਾਲ ਗਿਆ ਸੀ, ਮੈਂ ਗਾਹਾਂ ਤੈਨੂੰ ਸੌਂਪਦੀ ਹਾਂ, ਘਰ ਦਾ ਸਭ ਕੁਛ ਇਸੇ ਤਬੀਤ 'ਚ ਆ। ਲੈ ਮਾਂ ਬੇਮਾਨੀ ਕਰਕੇ ਮੈਂ ਕਿਹਨੂੰ ਦੇਣਾ ਕੁਛ, ਮੈਂ ਤਾਂ ਸਰਦਾਰ ਸਾਹਿਬ ਨੂੰ ਆਖਿਆ ਆਪਾਂ ਚੱਲ ਕੇ ਮਲੌਦ ਵਾਲੇ ਰਾਜੇ ਅਤੇ ਸਿਆੜ ਵਾਲੇ ਜੈਲਦਾਰ ਤੋਂ ਵੀ ਲੈ ਆਈਏ ਪੈਸੇ, ਕੱਲ੍ਹ ਨੂੰ ਉਹਨਾਂ 'ਚੋਂ ਕਿਸੇ ਨੂੰ ਕੁਛ ਹੋ ਗਿਆ ਕੌਣ ਲਈ ਬੈਠਾ ਫਿਰ, ਨਾਲੇ ਜੋ ਕਾਕਾ ਸੀ ਉਹ ਲੈ ਆਇਆ, ਇਹਨੇ ਤਾਂ ਸ਼ਰਾਬ ਦੇ ਮੂੰਹ ਹੀ ਉਡਾ ਦੇਣਾ ਸਭ ਕੁਛ। ਜਿਵੇਂ ਤੁਹਾਡੀ ਮਰਜ਼ੀ ਕਰ ਲਓ, ਪਰ ਇੱਕ ਗੱਲ ਮੈਂ ਹੱਥ ਬੰਨ੍ਹ ਕੇ ਆਖਦੀ ਹਾਂ, ਕਾਕੇ ਦਾ ਵੀ ਤੁਹਾਡੇ ਬਿਨਾਂ ਕੌਣ ਹੈ, ਉਹਨੂੰ ਕਦੇ ਦਗਾ ਨਾ ਦਿਓ। ਤੂੰ ਤਾਂ ਮਾਂ ਕਮਲੀ ਹੋ ਗਈ, ਸਾਡੇ ਆਪਣੇ ਘਰ ਲਾਈ ਨਹੀਂ ਲੱਗਦੀ, ਨਾਲੇ ਮੈਂ ਬੇਈਮਾਨੀ ਕਰਕੇ ਦੇਣਾ ਕਿਹਨੂੰ ਹੈ, ਬੇਜੀ ਨੇ ਸਮਝਾਇਆ। ਬੇਈਮਾਨੀ ਕਰਕੇ ਦੇਣਾ ਕਿਹਨੂੰ ਹੈ, ਇਸ ਗੱਲ ਨਾਲ ਦਾਦੀ ਮਾਂ ਦੀ ਤਸੱਲੀ ਹੋ ਗਈ ਅਤੇ ਉਹਨੇ ਤਬੀਤ ਬੇਜੀ ਨੂੰ ਫੜਾ ਦਿੱਤਾ। ਪਟਿਆਲੇ ਆ ਕੇ ਪਹਿਲੀ ਗੱਲ ਜਿਹੜੀ ਬੇਜੀ ਨੇ ਕੀਤੀ ਉਹ ਸੀ ਕਿ ਫੁੱਫੜ ਜੀ ਨੂੰ ਨਾਲ ਲੈ ਕੇ ਜੋਤੀ ਸਰਾਫ ਦੇ ਮੁਨੀਮ ਤੋਂ ਉਸ ਤਵੀਤ ਵਿਚਲੀ ਪਰਚੀ ਪੜਾਈ।